desieconomies.com ਇਸ ਨੂੰ ਚੈੱਕ ਕਰਨਾ ਨਾ ਭੁੱਲੋ ਕਿਉਂਕਿ ਇੱਥੇ ਤੁਹਾਨੂੰ ਮਿਲਣਗੀਆਂ ਲੇਟੈਸਟ ਆਰਟੀਕਲਸ ਰੀਅਲ ਏਸਟੇਟ ਦੇ ਉੱਪਰ ਸਟਾਕ ਮਾਰਕੀਟ ਐਂਡ ਕ੍ਰਿਪਟੋ ਦੇ ਉੱਪਰ ਤੇ ਹੋਰ ਵੀ ਬਹੁਤ ਸਾਰੇ ਟ੍ਰੈਂਡਿੰਗ ਨਿਊਜ਼ ਦੇਖਣਾ ਨਾ ਭੁੱਲੋ ਸਾਡੇ ਲਾਈਵ ਪ੍ਰੋਗਰਾਮ ਜਿੱਥੇ ਐਵਰੀ ਮਾਰਨਿੰਗ ਤੁਹਾਨੂੰ ਮਿਲਦੀ ਹੈ ਲੇਟੈਸਟ ਨਿਊਜ਼ ਸਟਾਕ ਮਾਰਕੀਟ ਦੇ ਬਾਰੇ ਤੇ ਐਵਰੀ ਈਵਨਿੰਗ ਚਰਚਾ ਹੁੰਦੀ ਹੈ ਰੀਅਲ ਸਟੇਟ ਇਕਨੋਮੀ ਤੇ ਹੋਰ ਟ੍ਰੈਂਡਿੰਗ ਇਸ਼ੂਸ ਦੇ ਉੱਪਰ ਹੁਣ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਮੋਟ ਕਰ ਸਕਦੇ ਹੋ ਦੇਸੀ ਇਕਨੋਮਿਸ ਦੇ ਪਲੇਟਫਾਰਮ ਦੇ ਉੱਪਰ ਜਿੱਥੇ ਤੁਹਾਡੀ ਐਡ ਪਹਿਲੇ 2 ਮਹੀਨੇ ਲਈ ਦੇਸੀ ਇਕਨੋਮਿਸ ਦੇ ਸਾਰੇ ਪਲੇਟਫਾਰਮਸ ਦੇ ਉੱਪਰ ਬਿਲਕੁਲ ਫ੍ਰੀ ਰਨ ਕੀਤੀ ਜਾਏਗੀ ती सा माइंडफुल पॉडकास्ट प्रोग्राम शामिल होके साथ शेयर कर सकते हो तो लाइफ एक्सपीरियंस सक्सैस स्टोरीस या बिजनेस आईडिया जॉइन करो सा डिस्क्योड प्लेटफॉर्म फॉर लेटेस्ट स्टॉक मार्केट ट्रेडिंग आइडिया एंड इनवेटिंग टिप्स ज्वाइन करने के लिए इस क्यू आर कोड न हो ਹਾਂਜੀ ਸਸਰੀ ਕਾਲ ਆਦਾਬ ਨਮਸਕਾਰ ਅੱਜ ਤੁਸੀਂ ਫੇਰ ਸਾਡੇ ਨਾਲ ਜੁੜ ਚੁੱਕੇ ਹੋ ਜੀ ਕੈਨੇਡਾ ਦੇ ਪਹਿਲੇ ਬਿਜ਼ਨਸ ਚੈਨਲ ਤੇ ਜਿੱਥੇ ਆਪਾਂ ਗੱਲਬਾਤ ਕਰਦੇ ਹਾਂ ਸਟਾਕਸ ਦੀ ਰੀਅਲ اسٹیਟ ਦੀ ਤੇ ਹੋਰ ਇਨਵੈਸਟਮੈਂਟ ਦੇ ਟਾਪਿਕਸ ਆਪਾਂ ਕਵਰ ਕਰਦੇ ਹਾਂ ਤੇ ਜਿਹੜੀ ਅੱਜ ਦੀ ਆਪਾਂ ਗੱਲਬਾਤ ਰੱਖਣ ਜਾ ਰਹੇ ਹਾਂ ਇੱਕ ਤਾਂ ਲਖਵਿੰਦਰ ਪਾਜੀ ਹੁਣਾਂ ਰੱਖਣ ਜਾ ਰਹੇ ਆ ਪਾਜੀ ਬਹੁਤ ਹੀ ਦਿਲਚਸਪ ਸਟੋਰੀਆਂ ਤੇ ਗੱਲਬਾਤ ਕਰਨਾ ਚਾਹੁੰਦੇ ਹੁੰਦੇ ਹਮੇਸ਼ਾ ਹੀ ਤੇ ਅੱਜ ਜਿਹੜੀ ਇਹ ਸਟੋਰੀ ਚਲੋ ਤਾਂ ਵੈਲਕਮ ਬੈਕ ਪਾਜੀ ਥੈਂਕ ਯੂ ਥੈਂਕ ਯੂ ਕਾਫੀ ਸਮੇਂ ਬਾਅਦ ਆਪਾਂ ਇਕੱਠੇ ਸ਼ ਨਹੀਂ ਬਾਈ ਮੈਂ ਕਾਫੀ ਚਰ ਹੋ ਗਿਆ ਕੋਈ ਮੈਨ ਲਾ ਦੋ ਵੀਕ ਵੀ ਹੋਣੇ ਆ ਹਾਂ ਪਰ ਐ ਲੱਗਦਾ ਹਾਂ ਹਾਂਜੀ 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 ਆ ਕੁਝੋ ਕਈ ਵਾਰ ਆਪਾਂ ਟਾਈਮ ਜਿਹੜਾ ਚੇਂਜ ਹੋਇਆ ਕਰਕੇ ਉਹਦੇ ਜਦੋਂ ਤੁਸੀਂ ਵਾਪਸ ਆਏ ਮੈਨ ਲੱਗਦਾ ਆਪਾਂ ਕੀਤਾ ਨਹੀਂ ਇਕੱਠੇ ਮੈਨ ਲੱਗਦਾ ਹੈ ਦੈਟ ਦੈਟ ਇਜ਼ ਕਰੈਕਟ ਯਾ ਯਾ ਸੋ ਆਪਾਂ ਮੈਨ ਲੱਗਦਾ ਕੀਤਾ ਨਹੀਂ ਹੈਗਾ ਉਹਦਾ ਬਟ ਚਲੋ ਅੱਜ ਗੱਲਬਾਤ ਜਿਹੜੀ ਕਰਦੇ ਆਂ ਤੇ ਜਿਹੜੀ ਗੱਲਬਾਤ ਆਪਾਂ ਰੱਖਣ ਜਾ ਰਹੇ ਆਂ ਜੀ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਕੈਨੇਡਾ ਦੀ हिस्ट्री ਦੇ ਵਿੱਚ ਹਾਈਸਟ ਹੋਈ ਆ ਤਾਂ ਉਹ ਉਹਦਾ ਟਾਪਿਕ ਜਿਹੜਾ ਕਵਰ ਕਰਾਂਗੇ ਕਿ ਵੀ ਕਿਦਾਂ ਇੱਕ ਇਦਾਂ ਦੀ ਸਿਨੈਰੀਓ ਜਿਵੇਂ ਜਿਵੇਂ ਤੁਸੀਂ ਉਹ ਚੀਜ਼ ਬਾਰੇ ਪੜ੍ਹਦੇ ਹੋ ਸੁਣਨ ਨੂੰ ਇਦਾਂ ਲੱਗਦਾ ਕਿ ਟੋਟਲੀ ਇੱਕ ਮੂਵੀ ਦਾ ਸੀਨ ਹੈ ਟੋਟਲੀ ਜੀ ਟੋਟਲੀ ਅੱਗੇ ਮੈਂ ਦੇਖਿਆ ਵੀ ਇਹਦੇ ਨਾਲ ਦਾ Netflix ਤੇ ਹੈਗਾ ਆਪਣਾ ਮਨੀ ਹਾਈਸਟ ਮਨੀ ਹਾਈਸਟ ਯਾ ਮੋਸਟਲੀ ਉਹਨਾਂ ਨੇ ਯੂਰਪ ਦਾ ਦਿਖਾਇਆ ਉਹਦੇ ਵਿੱਚ ਨਾ ਬੈਂਕ ਵਗੈਰਾ ਕਿਵੇਂ ਕਰਦੇ ਆ ਤੇ ਇੱਕ ਕੋਈ ਮਿਲਦੀ ਜੁਲਦੀ ਜੀ ਗੱਲ ਹੀ ਆਪਣੇ ਹੋਈ ਹੈ ਐਨੇ ਵੱਡੇ ਲੈਵਲ ਤੇ ਪੁਲਆਊਟ ਕਰਨਾ ਨਾਟ ਈਜ਼ੀ ਜੀ ਐਗਜੈਕਟਲੀ ਸੋ ਕਾਫੀ ਉੱਪਰ ਡੀ ਲੈਵਲ ਤੇ ਪੁਲਆਊਟ ਕੀਤਾ ਜਿੰਨੀ ਕਲੀਨ ਸਾਲ ਕੇ ਸਾ ਉਸ ਅਫਾਈਨਰ ਨੇ ਕਮਗੀਤਾ ਦਾ ਵਾਸ ਐਕਚੁਅਲੀ ਕਾਬਲੀਅਤ ਲੱਗਾ ਹੈ ਨਾ ਕਮੈਂਡ ਉਹ ਕੈਸਾ ਰੌਡ ਆਫ ਪਲਾਜ਼ ਜਰੂਰ ਬਣਦਾ ਹੈ ਪਰ ਉਹੀ ਹੈ ਨਾ ਕਿਤੇ ਨਾ ਕਿਤੇ ਗੱਲ ਉਹੀ ਆ ਜਾਂਦੀ ਹੈ ਭਾਜੀ ਉਹ ਜਿਵੇਂ ਇੱਕਦਮ ਇਹਨਾਂ ਪੈਸਾ ਦੇਖ ਲਿਆ ਉਹਨਾਂ ਨੇ ਹੈ ਨਾ ਫਿਰ ਉਹ ਤੇਰੇ ਅੰਡਰ ਦਾ ਕੀ ਕਹਿੰਦੇ ਰਡਾਰ ਰਹਿਣਾ ਔਖਾ ਹੋ ਗਿਆ ਉਹਨਾਂ ਲਈ ਜੀ ਉਹ ਸ਼ੋਅ ਆਫ ਮੁੰਡਾ ਜਿਆਦਾ ਕਰਨ ਲੱਗਾ ਅਮਰੀਕਾ ਵਾਲਾ ਜੀ ਸੋ ਕਾਫੀ ਚੀਜ਼ਾਂ ਹੈਪਨ ਹੋਈਆਂ ਉਹ ਤੇ ਗੱਲਬਾਤ ਕਰਾਂਗੇ ਕਿੱਦਾਂ ਸ਼ੁਰੂ ਹੋਈ ਇਹ ਚੀਜ਼ ਤੇ ਕਿ ਕੀ ਇਸ ਸਿਨੈਰੀਓ ਸੀ ਇਸ ਚੀਜ਼ ਦਾ ਥੋੜਾ ਜਿਹਾ ਟਾਪਿਕ ਜਦੋਂ ਸਾਰੇ ਜਣੇ ਜੁੜ ਜਾਂਦੇ ਆ ਫਿਰ ਆਪਾਂ ਇਹਦੇ ਗੱਲਬਾਤ ਸ਼ੁਰੂ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਕੁਝ ਖਬਰਾਂ ਕਰ ਲੈਣੇ ਆ ਜੀ ਬਾਕੀ ਸਰੋਤਿਆਂ ਨੂੰ ਵੀ ਪਤਾ ਹੋਣਾ ਅੰਦਰਲੀ ਗੱਲਾਂ ਕਾਫੀ ਵੀ ਕੀ ਉਹਨਾਂ ਨੂੰ ਲੱਗਦਾ ਤੇ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਸਾਰੇ ਗਰੁੱਪਸ ਵਗੈਰਾ ਚ ਹੁੰਦੇ ਆ ਅੱਗੇ ਅੱਗੇ ਗੱਲ ਆ ਜਾਂਦੀ ਆ ਉਹ ਵੀ ਕਾਲ ਕਰਕੇ ਆਪਾਂ ਦੱਸ ਸਕਦੇ ਆ ਵੀ ਕਿਵੇਂ ਉਹਨਾਂ ਨੂੰ ਲੱਗਿਆ ਉਹਨਾਂ ਨੇ ਆ ਪੁੱਲ ਆਊਟ ਕੀਤੀ ਆ ਆ ਇਸ ਤਰ੍ਹਾਂ ਜਿਹੜੀ ਜੀ ਪਰ ਨਾਲੇ ਆਪਣੇ ਇਹਦੇ ਚ ਆ ਵੀ ਹਾਈਲਾਈਟ ਹੁੰਦਾ ਜੀ ਹੁਣ ਬਈ ਕੈਨੇਡੀਅਨ ਜਿਹੜੇ ਆਪਾਂ ਅੱਗੇ ਵੀ ਗੱਲ ਕਈ ਵਾਰ ਕਰ ਚੁੱਕੇ ਆ ਵੀ ਜਿਹੜੇ ਆਪਣੇ ਉਰੋ ਦੇ ਲਾਅ ਐਂਡ ਆਰਡਰ ਹੈਗਾ ਕੈਨੇਡਾ ਦਾ ਕਿੰਨਾ ਕੋ ਉਹ ਸਟਰੋਂਗ ਆ ਕਿੰਨਾ ਵੀਕ ਆ ਵੀ ਉਹ ਆ ਚੀਜ਼ਾਂ ਨੂੰ ਕਿੰਨਾਕ ਮੋਟੀਵੇਟ ਕਰਦਾ ਮੈਂ ਤਾਂ ਮੋਟੀਵੇਟ ਹੀ ਕਰੂੰਗਾ ਕਿਉਂਕਿ ਕਾਨੂੰਨ ਇੰਨਾ ਸਟਰੋਂਗ ਹੈ ਨਹੀਂ ਜੀ ਹੁਣ ਉਹਦੇ ਤੇ ਵੀ ਅੱਗੇ ਜਾ ਕੇ ਗੱਲ ਕਰਦੇ ਆਂ ਵੀ ਇਹਨਾਂ ਨੂੰ ਕਿੰਨੀ ਸਜ਼ਾ ਉਹਨਾਂ ਨੇ ਕਿਹਾ ਹੋਈ ਆ ਜੀ ਸੋ ਅੱਜ ਦੀਆਂ ਕੁਝ ਖਬਰਾਂ ਆਪਾਂ ਜੀ ਜੇ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕੋ ਜਿਹੜੀਆਂ ਲੋਕਲ ਮਾਰਕੀਟ ਦੇ ਵਿੱਚੋਂ ਨਿਕਲ ਕੇ ਆ ਰਹੀਆਂ ਜਾਂ ਕੈਨੇਡਾ ਵਾਇਡ ਤੋਂ ਨਿਕਲ ਕੇ ਆ ਰਹੀਆਂ ਨੇ ਹਾਂ ਜੀ ਮੈਂ ਤਾਂ ਜੀ ਉਹੀ ਆ ਜਿਹੜਾ ਹੁਣ ਤੁਸੀਂ ਵੈਸੇ ਕੱਲ ਕੀਤਾ ਵੀ ਸੀ ਇੱਕ ਤਾਂ ਲੋਕ ਬਜਟ ਨੂੰ ਲੈ ਕੇ ਕਾਫੀ ਬੋਲ ਰਹੇ ਨੇ ਜੀ ਵੀ ਉਹਦੇ ਵਿੱਚ ਉਹ ਖੁਸ਼ ਨਹੀਂ ਹੈਗੇ ਮੋਸਟਲੀ ਜਿਹੜੇ ਵੀ ਇਨਵੈਸਟਰ ਹੈਗੇ ਆ ਜੀ ਉਹ ਖੁਸ਼ ਨਹੀਂ ਵੀ ਜਿਹੜਾ ਕੈਪੀਟਲ ਗੇਨ ਟੈਕਸ ਜ਼ਿਆਦਾ ਹੋਇਆ ਖਾਸ ਕਰਕੇ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਦੇ ਵੀ ਖਾਸ ਕਰਕੇ ਆਪਾਂ ਕੱਲ ਵੀ ਜਿਹੜੀ ਗੱਲਬਾਤ ਕਰਦੀ ਸੀ ਮੇ Shopify ਹੋ ਗਿਆ ਜਿਹੜੀਆਂ ਕਨਨ ਬਿਗ ਕੰਪਨੀਆਂ ਹੈਗੀਆਂ ਨੇ ਹਾਂਜੀ ਉਹ ਆਲਰੇਡੀ ਇਹਦੇ ਤੇ ਗੱਲ ਕਰਨਾ ਸਟਾਰਟ ਕਰ ਚੁੱਕੇ ਨੇ ਵੀ ਤੁਸੀਂ ਕਿਦਾਂ ਦਾ ਮਾਹੌਲ ਬਣਾ ਰਹੇ ਹੋ ਕਿ ਜਿੱਥੇ ਕੋਈ ਬਿਜ਼ਨਸ ਆ ਕੇ ਇਨਵੈਸਟਮੈਂਟ ਕਰਨਾ ਚਾਹੁੰਦਾ ਜਾਂ ਜਿੱਥੋਂ ਭੱਜਣਾ ਚਾਹੁੰਦਾ ਬਿਲਕੁਲ ਯਾਨੀ ਤੁਸੀਂ ਲਾਈਕ ਉਹਨਾਂ ਨੂੰ ਮੋਟੀਵੇਸ਼ਨ ਨਹੀਂ ਦੇ ਰਹੇ ਵੀ ਹੋਰ ਕੰਪਨੀਆਂ ਜਾ ਕੇ ਉਹ ਰਿਨਵੈਸਟ ਕਰਨਾ ਪਈ ਉਹਨਾਂ ਨੂੰ ਉਲਟਾ ਤੁਸੀਂ ਉਹਨਾਂ ਦੇ ਲਈ ਇੱਕ ਲਾਈਕ ਰੋਡ ਬਲਾਕਸ ਕ੍ਰੀਏਟ ਕਰ ਰਹੇ ਹੋ ਵੀ ਉਹ ਆਪ ਦਾ ਪੈਸਾ ਕਿਤੇ ਹੋਰ ਲਾਉਣ ਐਗਜ਼ੈਕਟਲੀ ਹੁਣ ਐਸੀ ਗੱਲ ਕਰਕੇ ਤਾਂ ਪਾ ਜੀ ਜੀ ਮੈਂ ਟੈਕਸਿਸ ਵਗੈਰਾ ਉਹਦੇ ਵਿੱਚ ਬਹੁਤ ਕੰਪਨੀਆਂ ਮੂਵ ਹੋ ਰਹੀਆਂ ਸੀ ਡੈਲਸ ਦੇ ਵਿੱਚ ਰਾਈਟ ਖਾਸ ਕਰਕੇ ਜੇ ਤੁਸੀਂ ਇਧਰ ਅਮਰੀਕਾ ਦਾ ਵੀ ਸਿਨੈਰੀਓ ਦੇਖੋ ਤੇ ਹੋਰ ਕੰਪਨੀਆਂ ਯਾਨੀ ਕੈਲੀਫੋਰਨੀਆ ਤੋਂ ਨਿਕਲ ਕੇ ਜਿਹੜੀਆਂ ਜਿਨ੍ਹਾਂ ਦੇ ਉਹਨਾਂ ਦੇ ਹੈੱਡਕੁਆਟਰਸ ਸਾਰੇ ਮੂਵ ਕਰਕੇ ਇਧਰ ਫਲੋੜਦਾ ਹੋ ਗਿਆ ਟੈਕਸਿਸ ਵਗੈਰਾ ਹੋ ਗਿਆ ਇਧਰ ਨੂੰ ਆਦਾ ਜੀ ਅਪਰੂਵ ਹਨਾ ਵੀ ਜੇ ਤੁਸੀਂ ਕੰਪਨੀਆਂਜ਼ ਨੂੰ ਜਿਹੜਾ ਵੀ ਕੈਪੀਟਲ ਆ ਜਿੱਥੇ ਹਨਾ ਉਹਨੂੰ ਉਹਦੇ ਮੇਨਲੀ ਹੁੰਦਾ ਜੀ ਟੈਕਸਿਸ ਹਨਾ ਜਿੱਥੇ ਟੈਕਸਿਸ ਜ਼ਿਆਦਾ ਹੁੰਦੇ ਆ ਉੱਥੇ ਮੋਸਟਲੀ ਇਨਵੈਸਟਮੈਂਟ ਤੇ ਲੋਕ ਭਜਦੇ ਹੀ ਨੇ ਤੇ ਉਹੀ ਆਪਾਂ ਨੂੰ ਹੁਣ ਟਵੀਟਸ ਦੇ ਦੌਰਾਨ ਪਤਾ ਲੱਗਿਆ ਵਾ ਚਲੋ ਬਜਟ ਦੀ ਤਾਂ ਫਿਰ ਆਪਾਂ ਬਾਅਲੀ ਗੱਲ ਕਰਦੇ ਨਹੀਂ ਉਹ ਤੁਸੀਂ ਮੋਸਟਲੀ ਕਵਰ ਅਪ ਕੀਤਾ ਹੀ ਹੋਇਆ ਜੀ ਤੇ ਹੋਰ ਨਿਊਜ਼ ਜਿਹੜੀਆਂ ਹੈਗੀਆਂ ਉਹ ਆਪਣਾ ਜਿਹੜਾ ਮੇਨ ਟਾਪਿਕ ਹੈਗਾ ਵਾ ਉਹਦੇ ਵਿੱਚ ਵੀ ਜੀ 골ਡ ਜਿਹੜੀ ਹਾਈਸਟ ਹੋਈ ਆ ਵੀ 9 ਬੰਦੇ ਉਹਨਾਂ ਨੇ ਫੜੇ ਆ ਜੀ ਤੇ ਮੈਂ ਇੱਕ ਅਮਰੀਕਾ ਚ ਵੀ ਆਪਣਾ ਪਰ ਇੰਨੀ ਕ ਗੱਲ ਹੈਗੀ ਜੀ ਇਸ ਵਾਰ ਆਪਾਂ ਕਹਿ ਸਕਦੇ ਆ ਵੀ ਬ੍ਰੈਂਟਨ ਦਾ ਬਾਲਾ ਨਾ ਨਹੀਂ ਆਇਆ ਆਇਆ ਹੈਗਾ ਵੀ ਮੋਸਟਲੀ ਆਇਆ ਨਹੀਂ ਹੈਗਾ ਵੀ ਸਾਰੇ ਦੇ ਸਾਰੇ ਹੀ ਬ੍ਰੈਂਟਨ ਤੋਂ ਨੇ ਜੀ ਤੇ ਆਇਆ ਤਾਂ ਹੈਗਾ ਹਨਾ ਤੇ ਇਹਦੇ ਬਾਰੇ ਆਪਾਂ ਡਿਟੇਲ ਚ ਅੱਗੇ ਗੱਲ ਕਰ ਲੈਣੇ ਆ ਜੀ ਤੇ ਬਾਕੀ ਜੀ ਇੱਕ ਹੋਰ ਜਿਹੜਾ ਆਪਣੇ 500 ਐਡੀਸ਼ਨਲ ਸਟੂਡੈਂਟਸ ਦੇ ਲਈ ਹੈ ਹਨਾ ਕੈਨੇਡਾ ਨੇ ਏਅਰ ਟ੍ਰੈਫਿਕ ਕੰਟਰੋਲਰਸ ਦੇ ਲਈ ਉਹਨਾਂ ਨੇ ਕਿਹਾ ਵੀ ਅਸੀਂ ਹਾਇਰ ਕਰਨੇ ਆ ਤੇ ਉਹਦੇ ਲਈ ਕੰਟਰੋਲ ਹੁਣ ਆਹ ਜਾਨੀ ਜਿਹੜੇ ਵੀ ਜੌਬਸ ਵਗੈਰਾ ਆਪਣੇ ਬੱਚੇ ਕਰਨਾ ਚਾਹੁੰਦੇ ਆ ਇਹਦੇ ਬਾਰੇ ਸੋਚਣ ਥੋੜਾ ਜਨਾ ਵੀ ਜੇ ਇਹਦਾ ਕੋਰਸ ਵਗੈਰਾ ਕਰ ਲੈਣ ਏਅਰ ਟ੍ਰੈਫਿਕ ਕੰਟਰੋਲਰ ਦਾ ਕਿ ਉਹਨਾਂ ਕੋਲ ਸ਼ਾਰਟੇਜ ਆ ਤੇ ਉਹ ਕਹਿ ਰਿਹਾ ਵੀ ਅਸੀਂ ਚਾਹੁੰਦੇ ਆ ਵੀ ਇੰਨਾ ਬਈ ਬੰਦੇ ਹੋਰ ਅਸੀਂ ਹਾਇਰ ਕਰਨੇ ਆ ਜੀ ਹਾਂਜੀ ਤੇ ਬਾਕੀ ਇੱਕ ਜੀ ਸ਼ਾਪਰਸ ਡਰਗ ਮਾਰਟ ਆਪਾਂ ਦੇਖ ਜਾਣਦੇ ਆ ਹਣਾ ਸਾਰੇ ਵੀ ਉਹਨਾਂ ਦਾ ਜਿਹੜਾ ਫਾਰਮੇਸੀ ਸੀਗੇ ਜੀ ਯਾਨੀ ਫਾਰਮਰ ਉਹਨਾਂ ਦੇ ਉੱਤੇ ਜਿਵੇਂ ਫਾਰਮਸਿਸਟ ਸ਼ਾਪਰ ਡਰਗ ਮਾਰਟ ਦੇ ਵਿੱਚ ਬਣੀ ਨਹੀਂ ਹੁੰਦੀ ਜਗਾ ਫਾਰਮੇਸੀ ਦੀ ਉਹਨਾਂ ਨੇ ਉਹਨਾਂ ਨੂੰ ਕਲਾਸ ਐਕਸ਼ਨ ਲਾ ਉਸூட் ਕੀਤਾ ਵਾ ਕਿਉਂਕਿ ਉਹ ਕਹਿ ਰਹੇ ਆ ਵੀ ਉਹਨਾਂ ਨੇ ਜਾਣ ਬਚ ਕੇ ਵੀ ਯਾਨੀ ਹਾਰਡ ਕੀਤਾ ਸਾਡੇ ਲਈ ਫਾਰਮੇਸੀ ਰਨ ਕਰਨ ਲਈ ਵੀ ਜਿਹੜੀ ਸ਼ਾਪਰਸ ਡਰਗ ਮਾਰਟ ਚੇਨ ਆ ਤੇ ਉਹ ਇੱਕ ਉਹ ਖਬਰ ਸਾਹਮਣੇ ਆ ਰਹੀ ਆ ਵੀ ਉਹ ਉਹ ਕੰਡੀਸ਼ਨਸ ਹੈ ਜਿਹੜੀਆਂ ਬਣਾ ਰਹੇ ਸੀਗੇ ਵੀ ਜਿਹੜੇ ਕਿ ਐਜ਼ ਅ ਫਰੈਂਚਾਈਜ਼ੀ ਇਸ ਉੱਤੇ ਨਹੀਂ ਰਨ ਕਰ پا ਰਹੇ ਸੀਗੇ ਤੇ ਉਹ ਇੱਕ ਸੂਟ ਚੱਲ ਰਿਹਾ ਹੈ ਕਲਾਸ ਐਕਸ਼ਨ ਲਾ ਉਸூட் ਚੱਲ ਰਿਹਾ ਜੀ ਬਾਕੀ ਜੀ ਥੋੜੀ ਜੀ ਯਾਨੀ ਫੇਮ ਹੌਟ ਨੂੰ ਆਪਾਂ ਜਾਣਦੇ ਆ ਉਹਨਾਂ ਨੇ ਹੁਣ ਕੱਲ ਤੋਂ ਸ਼ੁਰੂ ਕੀਤਾ ਜੀ ਪੀਜ਼ਾ ਪੀਜ਼ਾ ਹਾਂ ਜੀ ਫਲੈਟ ਬ੍ਰੈਡ ਪੀਜ਼ਾ ਬਣਾਉਣਾ ਸ਼ੁਰੂ ਕੀਤਾ ਚੀਜ਼ ਪੈਪਰੋਨੀ ਬੇਕਨ एवरीथिंग ਐਂਡ ਚਿਕਨ ਪਾਰਮੈਜ਼ਨ ਆਹ ਆਪਣੇ ਟਿਮ ਹੌਟਨ ਚ ਮਿਲਣਾ ਸ਼ੁਰੂ ਹੋ ਜਾਏਗਾ ਹੁਣ ਜਿਹੜੇ ਪੀਜ਼ੇ ਦੇ ਸ਼ਕੀਰ ਮੈਨੂੰ ਲੱਗਦਾ ਸਾਰਾ 올 ਇਨ 1 ਕਰ ਦਿੰਦਾ ਨਾ 올 ਇਨ 1 ਦਾ ਨਾ ਮੈਂ ਤਾਂ ਚਾਹੁੰਦਾ ਹਾਂ ਜੀ ਹੁਣ ਤੁਸੀਂ ਇੰਡੀਆ ਹੋ ਕੇ ਆਏ ਹੋ ਪਤਾ ਨਹੀਂ ਹੁਣ ਮੈਂ ਤਾਂ ਜੱਦਾ ਗਿਆ ਹੋਇਆ ਸੀ ਪਹਿਲਾਂ ਉੱਥੇ ਮੈਕਡੋਨਲਡਾ ਹੁੰਦਾ ਸੀ ਆਲੂ ਟਿੱਕੀ 버ਗਰ ਆਈ ਡੋਟ ਨੋ ਤੁਸੀਂ ਇਸ ਵਾਰ ਟ੍ਰਾਈ ਕੀਤਾ ਕਿ ਨਹੀਂ ਕੀਤਾ ਭਾਜੀ ਆਲੂ ਟਿੱਕੀ 버ਗਰ ਮੈਨੂੰ ਲੱਗਦਾ ਤੁਸੀਂ ਯੂ ਨੇਮ ਇਟ ਇਥੋਂ ਵੱਧ ਫਰੈਂਚਾਈਜ਼ੀਜ਼ ਉੱਥੇ ਚਾ ਚੁੱਕੀਆਂ ਨੇ ਜਿਹੜੀਆਂ ਲੋਕਲ ਹੈਗੀਆਂ ਨੇ ਪਲੱਸ ਇੱਥੇ ਜਿਵੇਂ ਹੁਣ ਟਿਮ ਹੌਟਨ ਦੇ ਰਸ਼ਾ ਉੱਥੇ ਵੀ ਟਿਮ ਹੌਟਨ ਇਹਰ ਲੋਕਲ ਕਾਫੇ ਹੈਗੇ ਨਹੀਂ ਸਕੰਦੀ ਉਹ ਜਿਆਦਾ ਬੀਜ਼ੀ ਨੇ ਜਿਹੜੇ ਸਮਾਲ ਬੁਟੀਕ ਕਾਫੇਜ਼ ਹੈਗੇ ਨੇ ਜਿਨ੍ਹਾਂ ਦੀ ਇੱਕ ਜਾਂ ਦੋ ਤਿੰਨ ਚਾਰ ਫ੍ਰੈਂਚਾਈਜ਼ ਹੈਗੀਆਂ ਨੇ ਚੰਡੀਕੜਾ ਨਹੀਂ ਹੋਗੀਆਂ ਜਾਂ ਹੋਰ ਗੋਪਾਲਸ ਹੋਗੇ ਜੀ ਨਿਕ ਬੇਕਰਸ ਹੋਗੇ ਤੇ ਹੋਰ ਇਦਾਂ ਦੀਆਂ ਓਵਨ ਓਵਨ ਫ੍ਰੈਸ਼ ਕਰਕੇ ਕੁਛ ਇਦਾਂ ਦਾ ਹੈਗਾ ਵਾ ਦੇ ਹੈ ਰੀਲੀ ਗੁੱਡ ਫੂਡ देयर ਤੇ ਉਹ ਫੂਡ ਉਹਨਾਂ ਦਾ ਵੀ ਵਧੀਆ ਹੋ ਸਕਦਾ ਜਿਆਦਾ ਬਿਜ਼ੀ ਨੇ ਟਿਮ ਹਾਟਨ ਵਗੈਰਾ ਚੀਜ਼ਾਂ ਨਾਲ ਟਿਮ ਹਾਟਨ ਵੀ ਉੱਥੇ ਸੇਮ ਕਿੰਨੇ ਹੋ ਗਏ ਆਪਣੇ ਇੱਥੇ ਕਾਫੀ ਤੁਸੀਂ ਦੇਖ ਸਕਦੇ ਹੋ ਮਸਟ ਲਰਨਿੰਗ ਹਾਈਵੇ ਦੇ ਨਾਲ-ਨਾਲ ਦੇਖਣ ਨੂੰ ਮਿਲਦੇ ਦੇ ਇੰਨੇ ਵੀ ਨਹੀਂ ਹੈਗੇ ਪਰ ਸਾਬੇ ਥੋੜੇ ਜਿਆਦਾ ਹੈਗੇ ਨੇ ਪਰ ਹੋਰ ਵੀ ਟਿਮ ਹਾਟਨਸ ਵੀ ਹੈਗੇ ਨੇ ਬਟ ਨਾਟ 댓 ਮੱਚ ਰਾਈਟ ਜਿਆ ਕਉ ਵੀ ਉਹ ਜਿਹੜਾ ਮੋਸਟਲੀ ਡਿਮਾਂਡ ਆ ਰਹੀ ਹੈ ਜੀ ਔਰ ਇਹ ਵੀ ਜਿਹੜਾ ਮੈਂ ਨਿਊਜ਼ ਵੀ ਪੜ੍ਹ ਰਿਹਾ ਸੀ ਕਿਤੇ ਜੀ ਵੀ ਜਿਹੜਾ ਮੈਕਡੋਨਲਡ ਦੀ ਫਰੈਂਚਾਈਜ਼ ਆ ਇੰਡੀਆ ਹਨਾ ਉਥੇ ਆਲੂ ਟਿੱਕੀ 버ਗਰ ਵਗੈਰਾ ਵੈਜੀ ਤੇ ਵੈਜੀਟੇਰੀਅਨ ਆਪਸ਼ਨਸ ਬਹੁਤ ਨਹੀਂ ਵੀ ਹੁਣ ਆਪਣੀ ਕਮਿਊਨਿਟੀ ਉਰੇ ਹੈਗੀ ਆ ਕਾਫੀ ਹੁਣ ਬਈ ਮੈਕਡੋਨਲਡ ਨੂੰ ਚਾਹੀਦਾ ਮਾੜਾ ਮੋਟਾ ਉਹ ਵੈਰਾਈਟੀ ਵੀ ਉਰੇ ਲੈ ਕੇ ਆਉਣ ਜੀ ਤੇ ਉਹ ਵੀ ਗੁੱਡ ਹੋ ਜਾਏਗਾ ਤੇ ਬਾਕੀ ਜੀ ਇੱਕ ਆਪਣੇ ਬਾਕਸਿੰਗ ਓਨਰ ਮਿਸਟਰ ਖਾਨ ਹਨਾ ਬ੍ਰੈਂਟਨ ਦੇ ਵਿੱਚ ਬ੍ਰੈਂਟਨ ਬਾਕਸਿੰਗ ਕਲੱਬ ਉਹਨਾਂ ਦੇ ਹੁਣ ਉਹਨਾਂ ਤੇ ਥੋੜੇ ਜਿਹੇ ਚਾਰजेस ਲੱਗੇ ਆ ਵੀ ਉਹਨਾਂ ਨੇ ਅਸਾਲਟ ਵਗੈਰਾ ਕੀਤਾ ਕਿਸੇ ਮਾਈਨਰ ਨਾਲ ਜਿਹੜਾ ਸੁੱਥੇ ਸਿੱਖਣਾ ਸਿੱਖਣਾ ਹੁੰਦੇ ਸੀਗੇ 68 ইয়ার্স ਅਸਾਲਟ ਸੀਗੇ ਉਹ ਜੀ ਤੇ ਜਿਹੜੇ ਆਪਣੇ ਮਿਸਟਰ ਖਾਨ ਨੇ ਤੇ ਉਹਨਾਂ ਨੂੰ ਪੁਲਿਸ ਨੇ ਅਰੈਸਟ ਵਗੈਰਾ ਕੀਤਾ ਵਾ ਹੰਸੈਕਚਰ ਅਸਾਲਟ ਤੇ ਇੱਕ ਆਪਣੇ ਹਿਮਿਲਟਨ ਦੀ ਤੁਹਾਡੇ ਪਿੰਡ ਦੀ ਖਬਰ ਆ ਜੀ ਜੀ ਤੇ 21 ਯਰ ਜਣੀ 21 ਸਾਲ ਹੋ ਗਏ ਸੀਗੇ ਪੁਲਿਸ ਆਫਸਰ ਨੂੰ ਜੇ ਸੁਣੀ ਹੋਣੀ ਆ ਤੁਸੀਂ ਬਈ ਉਹਦੇ ਕੋਲੋਂ ਪੋਜ਼ੇਸ਼ਨ ਮਿਲੀ ਆ ਵੀ 20 ਇਲੀਗਲ ਫਾਇਰ ਆਰਮਸ ਦੀ ਓਕੇ ਤੇ ਐਂਡ ਗ੍ਰੇਨੇਡਸ ਇਨ ਪੋਸੈਸ਼ਨ ਪੁਲਿਸ ਆਫੀਸਰ ਕੋਲ 21 ਸਾਲ ਹੋ ਗਏ ਸੀ ਉਹਨੂੰ ਵੈਟਰਨ ਪੁਲਿਸ ਆਫੀਸਰ ਆ ਨਾਮ ਵਗੈਰਾ ਉਹਨਾਂ ਨੇ ਮੇਰੇ ਖਿਆਲ ਇਹਨਾਂ ਦੀ ਕੋਈ ਪਾਲਿਸੀ ਹੋਣੀ ਹੈ ਵੀ ਨਹੀਂ ਡਿਸਕਲੋਸ ਕਰਦੇ ਹਜੇ ਜੀ ਤੇ ਉਹ ਹੇਮਿਲਟਨ ਚ ਉਹਨਾਂ ਨੇ ਯਾਨੀ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਉਹਦੇ ਕੋਲ ਇਲੀਗਲ ਆਰਮਜ਼ ਵਗੈਰਾ ਮਿਲੀਆਂ ਨੇ ਤੇ ਗ੍ਰੇਨੇਡਸ ਵਗੈਰਾ ਮਿਲੇ ਆ ਆਈ ਡੋਨਟ ਨੋ ਦਾ ਹੁਣ ਉਹ ਕੀ ਕਰਨਾ ਚਾਹੁੰਦੇ ਸੀ ਜੀ ਤੇ ਇੱਕ ਆਪਣੇ ਅਮਰੀਕਾ ਦੀ ਖਬਰ ਆ ਜੀ ਉਹ ਉਹਨਾਂ ਨੇ ਆਪਣੇ ਹਿੰਦੂ ਟੈਂਪਲ ਆ ਕੋਈ ਹੁਣ ਆਸ਼ਤਾ ਲਕਸ਼ਮੀ ਉਹਨਾਂ ਨੂੰ ਉਹਨਾਂ ਨੇ ਸੂ ਕੀਤਾ ਵਾ ਕਿਉਂਕਿ ਵਿਜੇ ਚਿਰੂਵਾਨੇ ਉਹਨਾਂ ਨੇ ਉਹਨਾਂ ਟੈਂਪਲ ਨੂੰ ਸੂ ਕੀਤਾ ਫਾਰ 1 ਮਿਲੀਅਨ ਡਾਲਰਸ ਉਹ ਕਹਿੰਦੇ ਉਹਦਾ ਰੀਜ਼ਨ ਆਹਾ ਬਈ ਹੂਸਟਨ ਦੇ ਵਿੱਚ ਪੈਂਦਾ ਤੇ ਉਹ ਕਹਿੰਦਾ ਮੇਰੇ 11 ਸਾਲ ਦੇ ਬੱਚੇ ਨੂੰ ਉਹਨਾਂ ਨੇ ਕੋਈ ਸ਼ੋਲਡਰਸ ਦੀ ਸ਼ੇਪ ਚੇਂਜ ਕਰਨ ਲਈ ਕੋਈ ਆਇਰਨ ਰੌਡਸ ਵਗੈਰਾ ਗਰਮ ਕਰਕੇ ਲਾਈਆਂ ਬਈ ਸ਼ੋਲਡਰ ਦੀ ਸ਼ੇਪ ਵਗੈਰਾ ਚੇਂਜ ਹੋ ਜਾਈ ਕੋਈ ਰਿਲੀਜੀਅਸ ਸਰਮਨੀ ਸੀਗੀ ਜਿਹੜੀ ਉਹ ਪਰਫਾਰਮ ਕਰਦੇ ਆ ਤੇ ਉਹਦੇ ਕਰਕੇ ਉਹਦੇ ਸ਼ੋਲਡਰਸ ਵਗੈਰਾ ਬੱਚੇ ਦੇ ਖਰਾਬ ਹੋਏ ਤੇ ਉਹਦੇ ਕਰਕੇ ਉਹਨਾਂ ਨੇ ਉਹਨਾਂ ਨੂੰ ਹੁਣ ਸੂ ਕੀਤਾ ਜੀ ਜੀ ਤੇ ਬਾਕੀ ਆ ਪਾਕਿਸਤਾਨ ਦੀ ਖਬਰ ਹੈਗੀ ਜੀ ਆਪਣੇ ਪਹਿਲਾਂ ਵੀ ਆਈ ਆ ਖੈਰ ਹੁਣ ਤਾਂ ਪਾਕਿਸਤਾਨ ਜਿਹੜੀ 에ਅਰਲਾਈਨ ਹੈਗੀ ਆਪਣੀ ਜੀ ਨਾ ਉਹਨਾਂ ਦੇ ਅਟੈਂਡੈਂਟਸ ਵਗੈਰਾ ਜਿਹੜੇ ਹੁੰਦੇ ਆ ਫਲਾਈਟ ਅਟੈਂਡੈਂਟ ਉਹ ਟੋਰਾਂਟੋ ਆਉਂਦੇ ਆ ਜੇ ਫਲਾਈਟ ਉਰੇ ਉਤਰ ਜਾਂਦੀ ਆ ਤੇ ਵਾਪਸ ਉਹਨਾਂ ਨੂੰ ਫਿਰ ਕਿਹਾ ਜਾਂਦਾ ਹੋਟਲ ਵਗੈਰਾ ਚ ਰੁਕੋ ਹਨਾ ਜਿੰਨਾ ਚਿਰ ਨੈਕਸਟ ਫਲਾਈਟ ਰੈਡੀ ਨਹੀਂ ਹੁੰਦੀ ਪਰ ਉਹ ਵਾਪਸ ਨਹੀਂ ਜਾਂਦੇ ਜੀ ਤੇ ਹੁਣ ਉਹਨਾਂ ਦਾ ਰੀਜ਼ਨ ਉਹ ਕਹਿੰਦੇ ਵੀ ਹੁਣ ਤੱਕ 8 ਜਾਣੇ ਐ ਕਰ ਚੁੱਕੇ ਆ ਤੇ ਉਹਨਾਂ ਚ ਉਹਨਾਂ ਨੇ ਉਹ ਰੀਜ਼ਨ ਆ ਦੱਸਿਆ ਵੀ ਜਿਹੜਾ ਸਾਨੂੰ ਥ੍ਰੈਟਸ ਨੇ ਵੀ ਬੈਕ ਹੋਮ ਹੂੰ ਬਈ ਸਾਡੇ ਨਾਲ ਵਾਇਲੈਂਸ ਹੁੰਦਾ ਡੋਮੈਸਟਿਕ ਵਾਇਲੈਂਸ ਸਾਨੂੰ ਥ੍ਰੈਟਸ ਨੇ ਵੀ ਤਾਂ ਕਰਕੇ ਅਸੀਂ ਨਹੀਂ ਜਾਣਾ ਜਾਂਦੇ ਜੀ ਬਈ ਅਸੀਂ ਬਹੁਤ ਪਰੇਸ਼ਾਨ ਆ ਤੇ ਉਹ ਕਾਫੀ ਆ ਹਾਈਲਾਈਟ ਹੋ ਰਹੀ ਹੈ ਜੀ ਚੀਜ਼ ਆ ਪਾਕਿਸਤਾਨ 에어ਲਾਈਨ ਦੀ ਜੀ ਹਾਂ ਜੀ ਆ ਆਪਣਾ ਕਮੈਂਟ ਵੀ ਆ ਜੋ ਕਿ ਜੀ ਅਮਨ ਹੁਣਾ ਦਾ ਕਹਿੰਦੇ ਆਪਣੇ ਲੋਕ ਸਾਰੇ ਪਾਸੇ ਹੀ ਅੱਗੇ ਨੇ ਚੋਰੀਆਂ ਟਰੱਕ ਕਾਰਸ ਡਰੱਗਸ ਸਮਗਲਿੰਗ ਤੇ ਹੁਣ ਤੱਕ 골ਡ ਵੀ ਚੱਕਿਆ ਗਿਆ ਬ्रोਮ ਇਸ ਇਨ ਡੈਲਸ ਰਾਈਨ ਨਾ ਐਂਡ ਐਂਡ ਅ ਟਰੱਕ ਸਟਾਪ ਲੋਕਾਂ ਦੇ ਮੂੰਹ ਤੇ ਖੁਸ਼ੀ ਹੀ ਖੁਸ਼ੀ ਹੀ ਦਿਖੀ ਦਿਖ ਦਿਖਦੀ ਆਏ تھے ਕਿਉਂਕਿ ਉਹ ਲੋਕਾਂ ਦੇ ਇਹ ਅਸਲ ਦੇ ਵਿੱਚ ਭਾਜੀ ਫਰਕ ਹੈ ਜੇ ਤੁਸੀਂ ਅਮਰੀਕਾ ਵਾਲੀ ਸਾਈਡ ਜਾਓ ਨਾ ਇਹ ਇਹ ਹਾਂ ਮਿਲ ਲੱਗਦਾ ਜਿਹੜੇ ਸਾਡੇ ਲੋਕਾਂ ਦਾ ਬਾਕੀ ਹੁਣ ਜਿਹੜੇ ਆਪਣੇ ਕਾਲਜ ਜਿਹੜੇ ਖਾਸ ਕਰਕੇ ਟਰਕਿੰਗ ਦੇ ਵਿੱਚ ਨੇ ਉਹ ਜ਼ਿਆਦਾ ਆਸਾ ਦੀ ਮੈਂ ਹੁਣ ਵੀਰ ਹੁਣੇ ਵੀ ਕਹਿ ਰਿਹਾ ਕਿ ਲੋਕਾਂ ਦੇ ਮੂੰਹ ਤੇ ਖੁਸ਼ੀ ਹੀ ਦਿਖਦੀ ਆ ਇੱਥੇ ਚਾਹ ਤਾਂ ਮੈਂ ਸਹੀ ਕਹਿ ਰਹੇ ਹਾਂ ਔਰ ਇੱਧਰ ਤਾਂ ਨਹੀਂ ਕਿਤੇ ਲੋਕਾਂ ਦੇ ਮੂੰਹ ਤੇ ਖੁਸ਼ੀ ਨਹੀਂ ਦਿਖਦੀ। ਵੀ ਮੈਨੂੰ ਤਾਂ ਨਹੀਂ ਪਤਾ ਹੁਣ ਅਮਰੀਕਾ ਹੁਣ ਆਪਾਂ ਰਹੇ ਤਾਂ ਹੈ ਨਹੀਂ ਜਾਂਦੇ ਤਾਂ ਰਹੇ ਆ ਪਹਿਲਾਂ ਪਹਿਲਾਂ। ਉਦੋਂ ਮੈਨੂੰ ਤਾਂ ਬਾਰਡਰ ਕਰਾਸ ਕਰਦੇ ਸਾਰੀ ਨਾ ਹੋਰ ਫੀਲਿੰਗ ਆਉਂਦੀ ਹੁੰਦੀ ਸੀ। ਥੋੜੀ ਜੀ ਡਿਪਰੈਸਿੰਗ ਜੀ ਫੀਲਿੰਗ ਆਉਂਦੀ ਸੀ ਮੈਂ ਤਾਂ। ਵੀ ਕਿਤੇ ਕੈਨੇਡਾ ਚ ਜਾ ਜਾਂਦਾ ਸੀਗਾ ਉਦੋਂ ਵਧੀਆ ਸਾਹ ਸਾਹ ਆ ਜਾਂਦੇ ਸੀ ਵੀ ਠੀਕ ਆ ਹੁਣ ਆਪਦੇ ਪਿੰਡ ਆ ਗਏ ਆ। ਬਾਰਡਰ ਕਰਾਸ ਕਰਦੇ ਸਾਰੀ ਹਨਾ ਚਾਹੇ ਉਹ ਡੈਟਰਾਇਟ ਵਾਲੀ ਜਾਈਏ ਜਾਂ ਸਾਹਮੀ ਵਾਲੋਂ ਜਾਈਏ। ਤੁਸੀਂ ਇਹ ਨੋਟ ਜ਼ਰੂਰ ਕੀਤਾ ਹੋਣਾ ਵੀ ਜਦੋਂ ਤੁਸੀਂ ਅ ਕਿ ਹਾਈਵੇ ਤੋਂ ਲਾਈਕ ਸਾਰੀ ਜਿੰਜਾ ਪਰੇ-ਪਰੇ ਲਾਈਕ ਓਪਨ ਜਿਆ ਹਨਾ ਏਰੀਆ ਹਮ ਚਾਹੇ ਏਰੀਆ ਆਪਣੇ ਕੋਲ ਵੀ ਜਿਆਦਾ ਹੈਗਾ ਵਾ ਪਰ ਆਪਣੇ ਹਾਈਵੇ ਦੇ ਨਾਲ ਮਿਲਦਾ ਉਹ 19 ਪਤਾ ਨਹੀਂ ਹੁਣ ਇਹ ਕੀ ਚੀਜ਼ ਹੈਗੀ ਆ ਹੋ ਸਕਦਾ ਪਰ ਨਹੀਂ ਡੈਟਰਾਇਟ ਬੋਲੋ ਨਹੀਂ ਜਾਣਦੇ ਹੋ ਫਿਰ ਉਹ ਪਹਿਲਾਂ-ਪਹਿਲਾਂ ਤਾਂ ਕਾਫੀ ਉਹਨਾਂ ਦਾ ਵੀ ਹੈਗਾ ਦਾ ਜਿਵੇਂ ਨੀਵਾ ਹਾਈਵੇ ਆ ਜਿਹੜੇ ਸਾਈਡਾਂ ਤੇ ਘਰ ਬਣੇ ਆ ਜਾਂ ਬਿਲਡਿੰਗਸ ਬਣੀਆਂ ਉੱਚੀਆਂ ਨੇ ਤੁਸੀਂ ਐਂ ਲੱਗਦਾ ਤੁਸੀਂ ਟਨਲ ਦੇ ਥਰੂ ਜਾ ਰਹੇ ਹੋ ਡੈਟਰਾਇਟਲ ਮੈਂ ਸ਼ਾਇਦ ਉਧਰਲੀ ਸਾਈਡ ਨਹੀਂ ਗਿਆ ਹਾਂਜੀ ਤੇ ਮੈਨੂੰ ਤਾਂ ਪਰ ਆਪਣਾ ਵੀ ਖੁੱਲਾ-ਢੁੱਲਾ ਹੀ ਹੈ ਜੇ ਸਾਰਨੀ ਵੱਲੋਂ ਆਉਂਦੇ ਆ ਤਾਂ ਤੇ ਆ ਵਿੰਡਜ਼ਰ ਤੋਂ ਐਂਟਰ ਕਰਦੇ ਆਂ ਹਾਂਜੀ ਸਾਰਨੀ ਵਾਲੀ ਹਾਂ ਸਾਰਨੀ ਵਾਲੀ ਡੈਫੀਨਿਟਲੀ ਤੁਸੀਂ ਕਹਿ ਸਕਦੇ ਆਂ ਵੀ ਸਾਰਨੀ ਵਾਲੀ ਥੋੜਾ ਜਿਹਾ ਖੁੱਲਾ ਮਾਹੌਲ ਆ ਉੱਥੇ ਪਰ ਆਏ ਵੀ ਐ ਕਿ ਅੱਗੇ ਦਾ ਹੁਣ ਤਾਂ ਬਣ ਗਿਆ ਪਰ ਅੱਗੇ ਕਿੰਨੇ ਦੀ ਕਿੰਨਾ ਆਈ ਥਿੰਕ 45 ਮਿੰਟ ਡਰਾਈਵ ਤੱਕ ਕੋਈ ਸ਼ਹੀ ਨਹੀਂ ਸੀਗਾ ਗੈਸ ਸਟੇਸ਼ਨ ਹੀ ਹੈ ਨਹੀਂ ਸੀ ਕੁਝ ਅਚੇ ਹਾਂ ਸਾਰਨੀਆਂ ਦੇ ਜਦੋਂ ਤੁਸੀਂ ਇਧਰੋਂ ਲੰਡਨ ਤੋਂ ਆਈ ਥਿੰਕ ਕਿ ਕਿਹੜਾ ਐਗਜ਼ਿਟ ਆ ਪਾਸ ਕਰਦੇ ਨੇ ਉਸ ਤੋਂ ਅੱਗੇ ਰਾਜ ਕੁਝ ਨਹੀਂ ਹੁੰਦਾ ਸਿਰਫ ਪੁਰਾਣੀ ਗੱਲ ਹੋਣੀ ਹੈ ਫਿਰ ਕਾਫੀ ਕਿਉਂਕਿ ਨਹੀਂ ਉੱਥੇ ਆਪਣੇ ਸਾਰਨੀਆਂ ਮੈਨੂੰ ਤਾਂ ਹੁਣ ਵੈਸੇ ਕ੍ਰੋਸ ਕੀਤਾ ਨੂੰ ਵੀ ਟਾਈਮ ਹੋ ਚੱਲਿਆ तकरीबन 8-10 ਸਾਲ ਹੋ ਗਏ ਹੋਣੇ ਆ ਸਾਰੀ ਵੱਲੋਂ ਲੰਗੇ ਨੂੰ ਪਰ ਉਦੋਂ ਉਸ ਤੋਂ ਪਹਿਲਾਂ ਤਾਂ ਹੁੰਦੇ ਸੀ ਆਪਣੇ ਢਿਲੋਂ ਬ੍ਰਦਰਜ਼ ਹੈਗੇ ਉਹਨਾਂ ਦਾ ਗੈਸ ਸਟੇਸ਼ਨ ਹੈਗਾ ਉੱਥੇ ਤੇ ਟਰੱਕ ਸਟਾਪ ਵਗੈਰਾ ਹੈਗਾ ਕਾਫੀ ਪੁਰਾਣੇ ਆ ਉਹ ਜੀ ਹਾਂਜੀ ਆ ਕੁਨਾਲ ਬਾਈ ਹੁਣੀ ਜੁੜ ਚੁੱਕੇ ਨੇ ਜੀ ਟਿਕਟੋਕ ਦੇ ਬਸ ਵਧੀਆ ਵੀਰੇ ਤੁਸੀਂ ਦੱਸੋ ਅੱਜ ਇਹਦੀ ਗੱਲ ਬਾਤ ਜਿਹੜੀ ਕਰ ਰਹੇ ਜੀ ਕੈਨੇਡਾ ਦੇ ਵਿੱਚ ਜਿਹੜੀ 골ਡ ਹਾਈਸਟ ਹੋਈ ਆ ਉਹਦੀ ਸਟੋਰੀ ਜਿਹੜੀ ਭਾਜੀ ਹੁਣੀ ਆਪਣੇ ਨਾਲ ਸ਼ੇਅਰ ਕਰਨ ਜਾ ਰਹੇ ਆ ਕੁਛ ਨਾ ਕੁਛ ਡੇਟਾ ਇਹਨਾਂ ਨੇ ਇਹਨਾਂ ਨੇ ਕੱਢਿਆ ਕਿ ਕੀ ਚਾ ਹੋਇਆ ਸੀ ਹੁਣ ਭਾਜੀ ਜਿਹੜੀ ਸਟੋਰੀ ਹੁਣ ਸੁਣ ਲਈ ਆਪਾਂ ਵੀ ਸੋਣੀ ਦਾ ਹੁਣ ਜੀ ਸਾਰਿਆਂ ਨੇ ਸੁਣੀ ਲਈ ਵੀ ਆ ਕਿਵੇਂ ਇਹਨਾਂ ਨੇ ਆਹ ਪੁੱਲ ਆਊਟ ਕੀਤੇ ਜਿਹੜਾ ਸਾਰਾ ਚਲੋ ਜਿਨ੍ਹਾਂ ਨੇ ਨਹੀਂ ਸੁਣੀ ਭਾਜੀ ਉਹਨਾਂ ਨੂੰ ਆਪਾਂ ਦੱਸ ਦਿੰਨੇ ਅੱਜ ਦੱਸ ਦਿੰਨੇ ਆ ਦੁਆਰਾ ਜੀ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਉਹ ਐਂ ਜੀ ਆਪਣੇ ਪਿਛਲੇ ਸਾਲ ਦੀ ਗੱਲ ਆ ਜੀ April ਦੀ ਗੱਲ ਆ ਆ ਤੇ ਉਦੋਂ ਇੱਥੋਂ 20 ਮਿਲੀਅਨ ਦੇ ਨੇੜੇ ਤੇੜਾ ਜਿਹੜਾ ਆਪਣਾ ਸੋਨੇ ਦੀ ਬਾਰਡਸ ਚੋਰੀ ਹੋਈਆਂ ਯਰ ਕੈਨੇਡਾ ਕਾਰਬੋ ਫੈਸਿਲਿਟੀ ਦੇ ਵਿੱਚੋਂ ਤੇ ਨਾਲ ਕੁਝ 2.5 ਮਿਲੀਅਨ ਦੇ ਨੈਟ ਵੇਟ ਦੀ ਫੋਰਨ ਕਰੰਸੀ ਵੀ ਸੀਗੀ ਤੇ ਉਹ ਜਿਸ ਨਾਲ ਉਹਨਾਂ ਨੇ ਉਹ ਹਾਈਸਟ ਕੀਤੀ ਆ ਉਹ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਆਟੇ ਆ ਵੀ ਵਾਕਈ ਤਾਰੀਫ ਦੇ ਲਾਇਕ ਆ ਵੀ ਇੰਨਾ ਕਾਫੀ ਜਾਣੇ ਇਨਵੋਲਡ ਸੀਗੇ ਤੇ 9 ਜਾਣੇ ਤਾਂ ਜਾਨੀ ਫੜੇ ਗਏ ਇਹ ਜਿਹੇ ਕਹ ਰਹੇ ਹੋਰ ਵੀ ਜਾਣੇ ਹੋਣਗੇ ਆਈ ਥਿੰਕ 32 ਜਿਹੜੇ 32 ਔਰ 37 ਵਾਰੰਟ ਮੈਂ ਸੁਣਿਆ ਵੀ ਹਾਂਜੀ ਜਿਹੜੇ ਉਹਨਾਂ ਨੇ ਚਾਰਜਸ ਲਾਏ ਆ ਹਾਂਜੀ ਤੇ 19 ਚਾਰजेस ਵਗੈਰਾ ਲਾਏ ਹੁਣ ਤੱਕ ਤਾਂ ਤੇ ਆ ਜੋਇੰਟ ਇਹਨਾਂ ਨੇ ਕੀਤਾ ਜੀ ਪੀਲ ਪੁਲਿਸ ਐਂਡ ਜੋਇੰਟ ਇਨਵੈਸਟੀਗੇਸ਼ਨ ਯੂ ਐਸ ਬਿਊਰੋ ਆਫ ਅਲਕੋਹਲ ਟਬੈਕੋ ਫਾਇਰਆਰਮਸ ਐਂਡ ਐਕਸਪਲੋਸਿਵ ਏਟੀਐਫ ਤੇ ਉਹਨਾਂ ਨੇ ਆ ਮਿਲ ਕੇ ਜੋਇੰਟਲੀ ਆਪਰੇਸ਼ਨਾਂ ਕੀਤਾ ਸੀਗਾ ਤੇ ਇਹਦੇ ਵਿੱਚ ਉਹਨਾਂ ਨੇ ਯਾਨੀ ਮੇਨ ਕਿਹਾ ਵਾ ਵੀ ਜਿਹੜਾ ਕਿਵੇਂ ਉਹਨਾਂ ਨੇ ਆ ਯੂਰਪੋਂੋਂ ਕਾਰਗੋ ਆਇਆ ਸੀਗਾ ਤੇ ਬ੍ਰਿੰਕਸ ਨਾ ਦੀ ਜਿਹੜੀ ਆਪਣੀ ਸਿਕਿਉਰਿਟੀ ਕੰਪਨੀ ਹੈਗੀ ਆ ਜੀ ਤੇ ਉਹਨਾਂ ਨੇ ਆਹ ਕਾਰਗੋ ਜਦੋਂ ਕੈਰ ਕੈਨੇਡਾ ਦੀ ਫੈਸਿਲਿਟੀ 'ਚ ਆ ਗਿਆ ਉਸ ਤੋਂ ਬਾਅਦ ਜਿਹੜੀ ਵੀ ਇਹਦੀ ਡੈਸਟੀਨੇਸ਼ਨ ਸੀਗੀ ਉੱਥੋਂ ਉਹਨਾਂ ਨੇ ਉਹ ਪਿਕ ਕਰਕੇ ਅੱਗੇ ਪਹੁੰਚਦਾ ਕਰਨਾ ਸੀ ਜੀ ਪਰ ਹੋਇਆ ਕੀ ਉਸ ਤੋਂ ਪਹਿਲਾਂ ਹੀ ਜਿਹੜੇ ਕਿ ਕੈਰ ਕੈਨੇਡਾ ਦੇ EMPLOYEES ਕਈ ਫੋਨ ਫਾਰਮਰ ਹੋ ਗਏ ਆ ਪਰ ਉਦੋਂ ਕੰਮ ਕਰਦੇ ਸੀਗੇ ਉਹਨਾਂ ਨੇ ਮਿਲ ਕੇ ਆ ਸਾਰਾ ਪਲਾਨ ਬਣਾਇਆ ਇਹਨਾਂ ਨੂੰ ਪਤਾ ਲੱਗ ਜਾਂਦਾ ਹੋਣਾ ਵੀ ਕੀ ਆ ਰਿਹਾ ਕੀ ਨਹੀਂ ਜਾ ਰਿਹਾ ਜਿਵੇਂ ਇੰਟਰਨਲ ਜਿਹੜੇ ਕਾਰਗੋ 'ਚ ਕੰਮ ਕਰਦੇ ਆ ਉਹਨਾਂ ਨੇ ਇਹ ਸਾਰਾ ਪਲਾਨ ਕੀਤਾ ਵੀ ਕਿਵੇਂ ਨਕਲੀ ਜਿਹੜਾ ਆਪਣਾ ਮੈਨੀਫੈਸਟ ਤਿਆਰ ਕੀਤਾ ਕਿਉਂਕਿ ਮੋਸਟਲੀ ਵੈਰੀ ਸਿਕਿਉਰਡ ਫੈ ਜੀ ਇਹ ਵੀ ਤੁਸੀਂ ਜਾਣਾ ਜੇ ਕਿਸੇ ਨੇ ਟਰੱਕਾਂ ਦਾ ਕੰਮ ਕੀਤਾ ਹੋਵੇ ਉੱਥੇ ਉਹਨਾਂ ਨੂੰ ਪਤਾ ਹੋਣਾ ਵੀ ਪਹਿਲਾਂ ਲੋਡ ਕਲੀਅਰੈਂਸ ਲਈ ਵੀ ਬ੍ਰੋਕਰ ਉਹਨਾਂ ਦੇ ਆਉਦੇ ਹੁੰਦੇ ਆ ਬ੍ਰੋਕਰ ਆ ਕੇ ਦੱਸਦੇ ਆ ਵੀ ਹਾਂ ਲੋਡ ਕਲੀਅਰ ਆ ਹੁਣ ਪਿਕ ਕਰਨ ਲਈ ਕਿ ਨਹੀਂ ਫਿਰ ਉਹ ਤੁਹਾਨੂੰ ਪੇਪਰ ਵਰਕ ਦਿੰਦੇ ਆ ਫਿਰ ਤੁਸੀਂ ਅੰਦਰ ਜਾ ਕੇ ਕਾਊਂਟਰ ਤੇ ਦਿਖਾਉਨੇ ਹੋ ਫਿਰ ਉਹ ਜਾ ਕੇ ਤੁਹਾਡਾ ਲੋਡ ਚੈੱਕ ਕਰਕੇ ਫਿਰ ਤੁਹਾਨੂੰ ਕਹਿੰਦੇ ਆ ਆ ਡਾਕ ਤੇ ਲਾਓ ਫਿਰ ਡਾਕ ਤੇ ਲਾਉਣ ਤੋਂ ਬਾਅਦ ਉਹ ਫਿਰ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ ਜੇ ਤੁਸੀਂ ਜਾਣਾ ਚਾਹੁੰਦੇ ਹੋ ਨਹੀਂ ਤਾਂ ਕਹਿ ਦਿੰਦੇ ਆ ਵੀ ਟਰੱਕ 'ਚ ਬੈਠੋ ਜੇ ਲੋਡ ਹੋ ਗਿਆ ਸੀ ਦੱਸ ਦਾਂਗੇ ਰਾਈਟ ਤੇ ਇਹਨਾਂ ਨੇ ਉਹ ਸਾਰਾ ਮੈਨੀਫੈਸਟ ਕਹਿੰਦੇ ਜਿਹੜੀ ਐਂ ਪਰ ਉਹ ਸੀਗਾ ਜਿਵੇਂ ਕੋਈ ਸੀ ਫੂਡ ਹੁੰਦਾ ਉਹਦਾ ਸੀਗਾ ਵੀ ਮੈਂ ਉਹ ਪਿਕ ਕਰਨ ਆ ਰਿਹਾ ਉਹਦੇ ਬੇਸ ਤੇ ਉਹਨੂੰ ਅੰਦਰ ਆਉਣ ਦੇ ਦਿੱਤਾ ਦੇ ਦਿੱਤਾ ਗਿਆ ਪਰ ਅੰਦਰ ਜਾ ਕੇ ਫਿਰ ਜਿਹੜਾ ਰੀਲੀਸ ਲਈ ਮੈਨੀਫੈਸਟ ਸ਼ੋ ਕਰਨਾ ਸੀ ਉਹ ਅੰਦਰੋਂ ਹੀ ਕਿਤੇ ਪ੍ਰਿੰਟ ਕੀਤਾ ਸੀ ਕਿਸੇ 에어 ਕੈਨੇਡਾ ਦੇ ਬੰਦੇ ਆਪਣੇ ਇਮਪਲੋਈ ਨੇ ਉਹ ਯੂਜ਼ ਕਰਕੇ ਫਿਰ ਇਹਨਾਂ ਨੇ ਉਹ ਲੋਡ 5 ਟਨ ਟਰੱਕ ਸੀਗਾ ਉਹ ਚ ਕਰਤਾ ਤੇ ਉਸ ਤੋਂ ਬਾਅਦ ਆਹ ਬੰਦਾ ਰਾਮ ਨਾਲ ਡੋਰ ਵਗੈਰਾ ਬੰਦ ਕਰਕੇ ਲੈ ਕੇ ਉੱਥੋਂ ਨਿਕਲ ਗਿਆ ਇਹ ਕੋਸਟੇਰ ਬਾਅਦ ਫਿਰ ਬ੍ਰਿੰਗਸ ਵਾਲੇ ਉੱਥੇ ਪਹੁੰਚਦੇ ਆ ਆਪ ਦਾ ਲੋਡ ਪਿਕ ਕਰਨ ਲਈ ਤੇ ਉਹ ਉਹ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਹਾਡਾ ਤਾਂ ਲੋਡ ਲੈ ਗਿਆ ਵੀ ਬੰਦੇ ਤੇ ਜਿਹੜੇ ਤੁਸੀਂ ਭੇਜੇ ਸੀ ਉਹ ਕਹਿੰਦੇ ਇਸ ਤਾਂ ਭੇਜੇ ਹੀ ਨਹੀਂ ਕਿਸੇ ਨੂੰ ਤੇ ਉਸ ਤੋਂ ਫਿਰ ਆ ਗੱਲ ਸ਼ੁਰੂ ਉਸ ਤੋਂ ਬਾਅਦ ਜਿਹੜੀ ਗਾਣੀ ਬਾਤ ਆਈ ਸੀ ਸ਼ੁਰੂ ਹੋਈ ਪਰ ਆਹ ਇਨਵੈਸਟੀਗੇਸ਼ਨ ਚੱਲੂ ਰੋਦੀ ਰਹੀ ਆ ਪਰ ਕਿਉਂਕਿ ਇਹ ਇਹਦਾ ਇੰਨੀ ਜ਼ਿਆਦਾ ਇਹਦਾ ਇੱਕ ਤਾਂ ਹਾਈ ਲੈਵਲ ਤੇ ਸੀਗਾ ਕਾਮਾਂ ਤਾਂ ਕਰਕੇ ਅੰਡਰ ਰੈਪਸ ਉਹਨਾਂ ਨੂੰ ਰੱਖਣਾ ਪਿਆ ਵੀ ਪੁਲਿਸ ਜਿਹੜੀ ਕਰ ਰਹੀ ਸੀ ਹੁਣ ਤੱਕ ਫਿਰ ਉਹਨਾਂ ਨੇ ਸਾਰਾ ਦਿਖਾਤਾ ਵੀ ਸਾਰਿਆਂ ਦੇ ਜਿਹੜੇ ਘਰ ਸੀ ਆੜ ਵਾਲੇ ਜਾਂ ਬਿਜ਼ਨੈਸ ਸੀਗੇ ਉਹਨਾਂ ਦੀ ਕ ਸੋ ਇਹਦੇ ਨਾਲ ਆਪਾਂ ਜਿਹੜੀ ਥੋੜੀ ਚੀਜ਼ ਹੋਰ ਐਡ ਕਰਦੇ ਆਂ ਵੀ ਆਲਮੋਸਟ ਕਹਿੰਦੇ 22 ਮਿਲੀਅਨ ਡਾਲਰ ਦਾ 골ਡ ਸੀ ਜਿਹਦੇ ਵਿੱਚ ਆਲਮੋਸਟ 7000 골ਡ ਦੀਆਂ 바ਰਜ਼ ਸੀਗੀਆਂ ਜਿਹੜੀਆਂ ਪਿਓਰ 99.99% ਪਿਓਰ 골ਡ ਸੀ ਆ ਸੋ ਇਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਇਹਨਾਂ ਨੂੰ ਲੱਗ ਗਿਆ ਸੀ ਪਤਾ ਜਿਵੇਂ ਤੁਸੀਂ ਦੱਸਿਆ ਵੀ ਕੀ ਇਨਸਾਈਡ ਜੌਬ ਹੈਗੀ ਆ ਸੋ ਇਸ ਜੌਬ ਦੇ ਵਿੱਚ ਇਹ ਵੀ ਪਤਾ ਲੱਗਿਆ ਵੀ ਜਿਹੜੇ ਕੈਨੇਡਾ 에어 ਕੈਨੇਡਾ ਦੇ ਇਮਪਲੋਈ ਸੀਗੇ ਦੋ ਦੋ ਜਿਹੜੇ ਇਨਵੋਲਵ ਸੀਗੇ ਰਾਈਟ ਸੋ ਇਹ ਉਹਦੇ ਵਿੱਚੋਂ ਇੱਕ ਭਾਜੀ ਉਸ ਵੇਅਰ ਹਾਊਸ ਦਾ ਕਹਿੰਦੇ ਸੁਪਰਵਾਈਜ਼ਰ ਵੀ ਸੀਗਾ। ਜਿੱਥੋਂ ਇਹ ਜਿਹੜਾ 골ਡ ਡਿਸਪੈਚ ਹੋਇਆ ਨਾ ਉਸੇ ਸੁਪਰਵਾਈਜ਼ਰ ਸੀ। ਤੇ ਉਸ ਤੋਂ ਬਾਅਦ ਕਹਿੰਦੇ ਇਹ ਵੀ ਸੀਗਾ ਕਿ ਜਦੋਂ ਇਹ ਚੀਜ਼ ਹੈਪਨ ਹੋ ਰਹੀ ਹੈ ਜਿਹੜੀ ਪੁਲਿਸ ਉੱਥੇ ਆਉਂਦੀ ਆ ਜਿਹੜਾ ਬੰਦਾ ਉਹਨੂੰ ਸਾਰੀਆਂ ਚੀਜ਼ਾਂ ਦੱਸ ਰਿਹਾ ਸੀਗਾ ਸਾਰੀਆਂ ਚੀਜ਼ਾਂ ਉਹ ਵੀ ਹੁਣ ਚਾਰਜਡ ਆ। ਕਉਜ਼ ਉਹ ਵੀ ਇਨਵੋਲਵ ਸੀ। ਉਹਨਾਂ ਨੇ ਸਾਰੀ ਚੀਜ਼ ਕਿਨੇ ਤਕੜੇ ਲੈਵਲ ਦੇ ਉੱਤੇ ਜਿਹੜੀ ਪਲਾਨ ਕੀਤੀ ਹੋਈ ਸੀਗੀ। ਖਣੋ ਯਾ ਪਲੈਨਿੰਗ ਤਾਂ ਬਿਨਾਂ ਤਾਂ ਹੋਈ ਨਹੀਂ ਜ਼ਿਆਦਾ ਪਲੈਨਿੰਗ ਉਹ ਕਹਿੰਦੇ ਕਿ ਜਿਵੇਂ ਇਸ ਚੀਜ਼ ਦੇ ਉੱਤੇ ਪੂਰੀ ਜਿਹੜੀ ਤੁਸੀਂ ਇਹ ਡਾਕੂਮੈਂਟਰੀ ਬਣਾ ਸਕਦੇ ਹੋ ਜਿਹੜੀ ਆ ਤਾਂ ਆਪਣਾ ਜਿਹੜਾ ਪੁਲਿਸ ਚੀਫ ਹੈਗਾ ਅਪੀਲ ਦਾ ਉਹਨੇ ਵੀ ਆ ਰეკਮੈਂਡ ਕੀਤਾ ਕਹਿੰਦਾ ਇਹ ਆ ਇਸ ਲੈਵਲ ਦੀ ਹਾਈਸਟ ਹੋਈ ਹੈ ਜਿਹੜੀ ਆਪਣੇ ਵੀ ਇਹ ਤੇ ਡਾਕੂਮੈਂਟਰੀ ਨੈਟਫਲਿਕਸ ਤੇ ਬਣ ਸਕਦੀ ਹੈ ਜੀ ਆਪਾਂ ਕਾਲ ਲੈ ਲੈਨੇ ਆ 2336 ਤੁਸੀਂ ਆ ਰਹੇ ਹੋ ਜੀ ਹੈਲੋ ਵੋਲਿਊਮ ਤਾਂ ਨਹੀਂ ਗੱਟ ਬੰਦੋ ਉਹ ਆ ਜੀ ਵੀ ਦੋਰਾ ਹਾਂਜੀ ਕਾਲ ਜਿਹੜਾ ਮੇਨ ਤਾਂ ਜੀ ਇਹਦਾ ਜਿੱਥੋਂ ਆ ਸ਼ੁਰੂ ਹੋਇਆ ਨਾ ਜ ਆਪਣਾ ਕਿੰਗ ਮੈਕਲੀਨ ਨਾਂ ਦਾ ਬੰਦਾ ਜਿਹੜਾ ਡਰਾਈਵਰ ਸੀਗਾ 5 ਟਨ ਦਾ ਉਹ ਫੜਿਆ ਗਿਆ ਅਮਰੀਕਾ ਦੇ ਵਿੱਚ ਕਿੰਗ ਮੈਕਲੀਨ ਹਾਂਜੀ ਤੇ ਉਹ ਯੂ ਐਸ ਕਸਟਮਸ ਦੇ ਵਿੱਚ ਇੱਕ ਰੂਟੀਨ ਟ੍ਰੈਫਿਕ ਸਟਾਪ ਦੇ ਦੌਰਾਨ ਉਹਨੂੰ ਰੋਕਿਆ ਗਿਆ ਸੀ ਪੈਂਸਿਲਵੇਨੀਆ ਦੇ ਵਿੱਚ ਰੂਰਲ ਪੈਂਸਿਲਵੇਨੀਆ ਦੇ ਵਿੱਚ ਹਨਾ ਤੇ ਉਹਦੇ ਉੱਤੇ ਹਾਂਜੀ ਕਾਲ ਆ ਗਈ ਹਾਂਜੀ ਕਾਲ ਲੈ ਲਓ ਬਾਜੀ ਅਨਮਨਦੀਪ ਸਿੰਘ ਜੀ ਤੁਸੀਂ ਆਨਰ ਜੀ ਹਲੋ ਬੋਤ ਤਾਂ ਨਹੀਂ ਘਟਵਾਰੀ ਆ ਆਜ ਹੈ ਆਵਾਜ਼ ਨਹੀਂ ਆ ਰਹੀ ਆਵਾਜ਼ ਨਹੀਂ ਆ ਰਹੀ ਹਾਂਜੀ ਕਿਸੇ ਰੀਜ਼ਨ ਕਰਕੇ ਨਾ ਨਹੀਂ ਇਧਰੋਂ ਤਾਂ ਆ ਉਹਦੀ ਆਵਾਜ਼ ਤਾਂ ਫੁੱਲ ਆਨ ਹੈਗੀ ਐ ਮੈਂ ਇੱਕ ਮਿੰਟ ਮੈਸੇਜ ਕਰ ਦਨਾ ਪਿੰਨ ਦਾ ਮਾਈਕ ਨਾ ਆਫ ਹੋਵੇ ਭਾਜੀ ਨਹੀਂ ਮਾਈਕ ਨਹੀਂ ਨਹੀਂ ਆ ਨਹੀਂ ਇਧਰੋਂ ਸਪੀਕਰ ਜੋ ਆਜੋਣੀ ਚਾਹੀਦੀ ਹੈ ਉਹ ਆਪਣੇ ਮੈਂ ਮਿੰਨ ਭਾਜੀ ਆਵਾਜ਼ ਨਹੀਂ ਆ ਰਹੀ ਤੁਹਾਡੀ ਤੇ ਕੋਈ ਟੈਕਨੀਕਲ ਫਾਲਟ ਆ ਤੇ ਅਨ ਦਾ ਮੀਨ ਟਾਈਮ ਮੈਂ ਚਲੋ ਕੰਟੀਨਿਊ ਕਰਦਾ ਹਾਂ ਤੇ ਉਹਨਾਂ ਦੇ ਕੋਲ ਜਾਨੀ ਉਹਨਾਂ ਨੂੰ ਸਤੰਬਰ ਦੇ ਵਿੱਚ ਰੋਕਿਆ ਗਿਆ ਤੇ ਭਾਜੀ ਉਹ ਰੈਂਟਲ ਗੱਡੀ ਦੇ ਵਿੱਚ ਸੀਗੇ ਕਿੰਗ ਮਕਲੀਨ 65 ਫਾਇਰ ਆਰਮਜ਼ ਲੈ ਕੇ ਕੋ ਮਰੀ ਸੀਗੇ ਕਿਦੇ ਵਿੱਚ ਸੀਗੇ ਰੈਂਟਲ ਗੱਡੀ ਸੀਗੀ ਹਾਂ ਤੇ 65 ਫਾਇਰ ਆਰਮਜ਼ ਜਿਹੜੇ ਪਿਸਟਲਸ ਵਗੈਰਾ ਲਾ ਲੋ ਜਾਂ ਆਪਣੇ ਮਸ਼ੀਨ ਗਨਸ ਵਗੈਰਾ ਜੋ ਵੀ ਹੋਣਗੀਆਂ ਤੇ ਉਹਦੇ ਵਿੱਚੋਂ ਫੁੱਲੀ ਆਟੋਮੈਟਿਕ ਵੀ ਸੀਗੀਆਂ ਕੁਝ ਤੇ 5 ਅਨਟ੍ਰੇਸੇਬਲ ਵੀ ਜਿਹਨੂੰ ਆਪਾਂ ਗੋਸਟ ਗਨਸ ਕਹਿ ਦਿੰਦੇ ਆ ਵਿਦ ਨੋ ਸੀਰੀਅਲ ਨੰਬਰ ਉਹ ਵੀ ਸੀਗੀਆਂ ਤੇ ਉੱਥੋਂ ਆਹ ਫੜੇ ਗਏ ਆ ਤੇ ਫਿਰ ਉਸ ਤੋਂ ਬਾਅਦ ਫੜਣ ਤੋਂ ਬਾਅਦ ਜੇ ਉਹਨਾਂ ਨੇ ਫਿਰ ਜਿਵੇਂ ਕਹਿੰਦੇ ਪਟਾਪਟਾ ਚਾੜਿਆ ਹੋਣਾ ਤੇ ਫਿਰ ਇਹਨਾਂ ਨੇ ਸਾਰਾ ਕੁਝ ਦੱਸਿਆ ਵੀ ਆ ਕਿਵੇਂ ਮੈਂ ਹਾਸਲ ਕੀਤੀਆਂ ਕਿਵੇਂ ਨਹੀਂ ਉਹਨਾਂ ਨੇ ਦੱਸਿਆ ਕਿ ਪਰ ਇਹ ਕਹਿੰਦੇ ਸਟਾਰ ਲਾਈਟਸ ਤੇ ਹੀ ਖੜੇ ਸੀ ਪਤਾ ਨਹੀਂ ਹੋਣਾ ਛੱਕ ਕਿਵੇਂ ਹੋਇਆ ਕਿ ਉਹਨਾਂ ਨੇ ਕਿਦਾਂ ਇਹਨਾਂ ਨੂੰ ਪੁੱਲ ਕੀਤਾ ਕੋਈ ਨਾ ਕੁਝ ਤਾਂ ਹੋਇਆ ਹੋ ਸਕਦਾ ਹੁਣ ਇਹਦੀ ਆ ਡਿਟੇਲ ਨਹੀਂ ਮੇਰੇ ਕੋਲ ਹੈਗੀ ਤੇ ਪਰ ਮੈਨੂੰ ਇਹਨਾਂ ਦਾ ਰੂਟੀਨ ਟ੍ਰੈਫਿਕ ਸਟਾਪ ਦੇ ਦੌਰਾਨ ਜਿਹੜਾ ਉਹਨਾਂ ਨੇ ਗਨਸ ਵਗੈਰਾ ਦੇਖੀਆਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਸ਼ੱਕ ਇਹ ਤੇ ਪਿਆ ਜ਼ਿਆਦਾ ਤੇ ਪਰ ਕਹਿੰਦੇ ਵੀ ਸ਼ਾਇਦ ਜਿਹੜੇ ਇਹਨਾਂ ਦੇ ਨਾਲ ਵਾਈਫ ਜਾਂ ਗਰਲਫ੍ਰੈਂਡ ਸੀ ਉਹਨਾਂ ਨੇ ਸੋਨਾ-ਸੋਨਾ ਕਾਫੀ ਪਾਇਆ ਹੋਇਆ ਸੀਗਾ ਤੇ ਉੱਥੋਂ ਪਤਾ ਲੱਗਦਾ ਵੀ ਉਹ ਕਿੱਥੇ ਗਿਆ ਸੋਨਾ ਰਾਈਟ ਸੋ ਉਹਨਾਂ ਦਾ ਵੈਸੇ ਜਿਹੜੇ ਲੱਭਿਆ ਨਹੀਂ ਹੂੰ ਤੇ ਬੰਦੇ ਹੀ ਲੱਗੇ ਆ ਹਾਂਜੀ ਕਿਹਾ ਜਿਵੇਂ ਇਹ ਜਿਹੜੇ ਇਹਨਾਂ ਖਾਸ ਕਰਕੇ ਜਿਹੜੀ ਬਾਲ ਤੋਂ ਉੱਥੇ ਸ਼ੁਰੂ ਹੋਈ ਹੈ ਇੱਥੋਂ ਤਾਂ ਜਿਹੜਾ ਟ੍ਰੈਕ ਓਥੋਂ ਹੀ ਨਿਕਲਿਆ ਸੀ ਆਈ ਥਿੰਕ ਉਹ ਇਹਨਾਂ ਨੇ ਜਿਹੜੇ ਆਲਮੋਸਟ ਹੰਡਰਡਸ ਆਫ ਜਿਹੜੇ ਕੈਮਰੇ ਵੀ ਚੈੱਕ ਕੀਤੇ ਨੇ ਹਾਂਜੀ ਪਰੋ ਕੈਮਰਿਆਂ ਦੇ ਵਿੱਚ ਵੀ ਇਹ ਟਰੈਕ ਕਰਦੇ ਕਰਦੇ ਇੱਥੇ ਮਿਲਟਨ ਤੱਕ ਆ ਗਏ ਸੀ ਪਰ ਉਸ ਤੋਂ ਬਾਅਦ ਉਹ ਸਾਰੇ ਕੈਮਰੇ ਵੀ ਡਿਸਪੀਅਰ ਹੋਏ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਟਰੱਕ ਕਿੱਥੇ ਗਿਆ ਯਾ ਰਾਈਟ ਅ ਟਰੱਕ ਗੈਪ ਹੋ ਗਿਆ ਸੋਨਾ ਗੈਪ ਹੋ ਗਿਆ ਪਰ ਉਸ ਤੋਂ ਬਾਅਦ ਵੀ ਇਹ ਚੀਜ਼ਾਂ ਸਰਚ ਕਰਦੇ ਰਹੇ ਪਰ ਉਹ ਆਲਮੋਸਟ ਈਅਰ ਹੋ ਗਿਆ ਸੀ ਪਰ ਅਸਲ ਜਿਹੜੀ ਗੱਲ ਸ਼ੁਰੂ ਹੋਈ ਹੈ ਉਹ ਜਿਹੜਾ ਕਿੰਗ ਮੈਕਲੀਨ ਫੜਿਆ ਗਿਆ ਉੱਥੋਂ ਅਮਰੀਕਾ ਦੇ ਵਿੱਚ ਉੱਥੋਂ ਸ਼ੁਰੂ ਹੋਈ ਹੈ ਜਦੋਂ ਉਹਨਾਂ ਨੇ ਇਹਨਾਂ ਨੂੰ ਸਰਚ ਕੀਤਾ ਕਿੰਗ ਮੈਕਲੀਨ ਨੂੰ ਤੇ ਉਸ ਤੋਂ ਬਾਅਦ ਫਿਰ ਪਤਾ ਲੱਗਿਆ ਵੀ ਇਹ ਪਰਸਨ ਆਫ ਇੰਟਰਸਟ ਵੀ ਹੈਗਾ ਵਿਦ ਪੀਲਰ ਯਾ ਕਿਉਂਕਿ ਉਹਨਾਂ ਨੇ ਰੈਸਟ ਵਾਂਟ ਇਹਦਾ ਪਾਇਆ ਹੋਇਆ ਸੀ ਰਾਈਟ ਜੀ ਜੀ ਮੈਂ ਆਈ ਡੋਨਟ ਨੋ ਕਿ ਹੁਣ ਇਹ ਸੇਮ ਚੀਜ਼ ਦੇ ਵਿੱਚ ਸੀ ਜਾਂ ਕਿਸੇ ਹੋਰ ਕੇਸ ਦੇ ਵਿੱਚ ਸੀ ਆ ਉਹ ਸਦਾ ਰਾਈਟ ਤਾਂ ਉਥੋਂ ਫਿਰ ਜਿਹੜੀ ਇਹ ਗੱਲ ਆ ਸ਼ੁਰੂ ਹੋਈ ਤੇ ਉਥੋਂ ਫਿਰ ਇਹ ਸ਼ੁਰੂ ਹੁੰਦੀ 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 ਹੋਈ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਫਾਈਨਲਾਈਜ਼ ਕੀਤੀਆਂ ਤੇ ਇਹਦੇ ਵਿੱਚ ਇਹ ਵੀ ਸੀ ਕਿ ਚਾਰ ਜਿਹੜੇ ਬੰਦੇ ਆ ਯੂ ਐਸ ਦੇ ਉਹ ਪਹਿਲਾਂ ਚਾਰਜ ਹੋਏ ਆ ਚਾਰ ਯੂ ਐਸ ਦੇ ਬੰਦੇ ਚਾਰ ਯੂ ਐਸ ਦੇ ਬੰਦੇ ਹੁਣ ਆਏ ਨਹੀਂ ਪਤਾ ਕਿ ਉਹ ਕੈਨੇਡੀਅਨ ਸੀ ਇਥੋਂ ਮੂਵ ਹੋ ਗਏ ਯੂ ਐਸ ਦੇ ਵਿੱਚ ਬਾਅਦ ਚ ਰਾਈਟ ਯਾ ਉਹ ਇੱਕ ਇਹਨਾਂ ਚੋ ਜਿਆਦਾ ਪ੍ਰੋਬਲਮ ਆ ਵੀ ਆ ਗਈ ਭਾਜੀ ਜਿਹੜੇ ਆਪਣੇ ਬੰਦੇ ਇਨਵਾਲ ਸੀ ਨਾ ਉਹਨਾਂ ਨੇ ਕੀ ਕੀਤਾ ਇੱਕ ਦਿਨ ਤਾਂ ਬੜੀ ਛੇਤੀ ਜੌਬ ਛੱਡ ਦਿੱਤੀ ਜੀ ਹਨਾ ਜਿਵੇਂ ਹੁਣ ਆ ਚਲੋ ਲਾ ਲਓ ਵੀ April ਚਾ ਕੰਮ ਹੋਇਆ ਤਾਂ September October ਤੱਕ ਉਹਨਾਂ ਨੇ ਹੀ ਰਣੀ ਆਪਦੀ ਜੌਬ ਛੱਡਤੀ ਸੀ ਜੀ ਤੇ ਉੱਥੋਂ ਉਹਨਾਂ ਨੂੰ ਮਾੜਾ ਮੋਟਾ ਸ਼ੱਕ ਪਿਆ ਉਹਨਾਂ ਫਿਰ ਇੱਕ ਜਿਹੜਾ ਮੈਨੇਜਰ ਦੀ ਤੁਸੀਂ ਗੱਲ ਕਰਦੇ ਹੋ ਜਿਨ੍ਹਾਂ ਉਹ ਮੈਨੇਜਰ ਉਹ ਨੇ ਹੈ ਵੀ ਉਹਨਾਂ ਨੇ ਜਦੋਂ ਪੁਲਿਸ ਪਹਿਲੀ ਵਾਰ ਆਈ ਇਨਵੈਸਟੀਗੇਸ਼ਨ ਕਰਨ ਉਹਨਾਂ ਨੂੰ ਸਾਰਾ ਜਾ ਕੇ ਦਿਖਾਇਆ ਫੈਸਿਲਿਟੀ ਸਾਰੀ ਦਿਖਾਈ ਹੈ ਹਾਂਜੀ ਹਾਂਜੀ 2871 ਜੀ ਤੁਸੀਂ ਇਰਤੇ ਹੋ ਉਹ ਜਿਹੜਾ ਚੱਕਰ ਹੈ ਨਹੀਂ ਆਵਾਜ਼ ਨਹੀਂ ਆ ਰਹੀ ਹੈਗੀ ਕਿ ਅੱਜ ਆਪਣਾ ਨਾ ਟੈਕਨੀਕਲ ਫਾਲਟ ਚੱਲ ਰਿਹਾ ਕੋਈ ਨਾ ਕੋਈ ਜੀ ਹਾਂ ਜੀ ਮੈਨੂੰ ਲੱਗਦਾ ਫੋਨ ਕਾਲ ਦੀ ਜਿਹੜੀ ਆਵਾਜ਼ ਇੱਧਰ ਨਹੀਂ ਆ ਰਹੀ ਹੈਗੀ ਹਾਂਜੀ ਸੋ ਇਹ ਕਿਈ ਵਾਰ ਰੀਸੈਟ ਕਰਨਾ ਪੈਂਦਾ ਆਈ ਥਿੰਕ ਰੀਸੈਟ ਦਾ ਟਾਈਮ ਉਹਨਾਂ ਦੇ ਹਾਂਜੀ ਉਹ ਜਿਹੜੇ ਲੀਡ ਇਨਵੈਸਟੀਗੇਟਰਸ ਇਹਨਾਂ ਦੇ ਹੈਗੇ ਡਿਟੈਕਟਿਵ ਸਰਜੈਂਟ ਮਾਈਕ ਮੈਵਿਟੀ ਆ ਹਨਾ ਤੇ ਉਹਨਾਂ ਨੇ ਕਿਹਾ ਵੀ ਡਿਊਰਿੰਗ ਥੈਫਟ ਆ ਫੋਰ 에어 카고 ਫੈਸਿਲਿਟੀ ਜਿਹੜਾ ਸਿੰਗਲ ਲਾਰਜੈਸਟ 골ਡ ਹਾਈਸਟ ਕੈਨੇਡੀਅਨ ਹਿਸਟਰੀ ਦੇ ਵਿੱਚ ਹੁਣ ਤੱਕ ਅਜਿਹੀ ਕਦੇ ਹਾਈਸਟ ਹੋਈ ਨਹੀਂ ਹੈਗੀ ਤੇ ਇਹਦੇ ਵਿੱਚ ਜਿਹੜੇ ਆਪਾਂ EMPLOYEES ਦੀ ਗੱਲ ਕਰ ਰਹੇ ਹਾਂ ਜੀ ਉਹ ਇੱਕ ਉਹਨਾਂ ਦਾ ਨਾਮ ਹੈਗਾ ਪਰਮਪਾਲ ਸਿੱਧੂ 54 <laughs> years old ਨੇ ਉਹ ਬ੍ਰੈਂਟਨ ਤੋਂ ਨੇ ਤੇ ਉਹ ਵੇਅਰਹਾਊਸ 'ਚ ਕੰਮ ਕਰਦੇ ਸੀਗੇ ਤੇ ਉਹ ਹੁਣ ਦੇਖੋ ਨਾ ਇਹਨਾਂ ਦੇ ਚਾਰजेस ਜਿਹੜੇ ਲੱਗੇ ਆ ਉਹ ਹੋਈ ਆ ਬਈ THEFT ওভার 5000 ਇਧਰ ਆਪਾਂ 20 ਮਿਲੀਅਨ ਦਾ ਚੋਰੀ ਕੀਤੀ ਆ ਕਿਤੇ 20 ਮਿਲੀਅਨ ਦਾ ਨੌਂ ਨਹੀਂ ਆ ਰਿਹਾ ਉਹ ਚਾਰਜ ਦੇ ਵਿੱਚ ਸਿਰਫ ਆਇਆ THEFT ওভার 5000 ਹੁਣ ਉਹ ਚਾਹੇ ਉਹ 5000 1 ਡਾਲਰ ਜਪਾਨ ਆ ਮਿਲੀ ਹੁੰਦਾ ਉਹਦੀ ਸਜ਼ਾ ਸੇਮ ਹੀ ਹੈ ਜੀ ਤੇ ਹੁਣ ਉਹ ਸਾਰੇ ਜਣੇ ਆਲਮੋਸਟ ਉਹਨਾਂ ਆਪਣੇ ਜਿਹੜੇ ਕੈਨੇਡੀਅਨ ਅਕਾਊਂਟ ਹੈਗੇ ਆ ਉਹਨਾਂ ਨੂੰ ਤਾਂ ਆਲਰੇਡੀ ਬੇਲ ਮਿਲ ਗਈ ਹੈ ਉਹਦਾ ਬਾਹਰ ਨੇ ਇੱਕ ਦੋ ਜਣੇ ਨੇ ਤਾਂ ਆਪ ਦਾ ਪੂਰਾ ਜਿੰਮ ਜਿੰਮ ਮਾਰ ਦਿੰਦੇ ਨੇ ਵੀਡੀਓ ਵੀ ਪਾਤੀ ਹੈ ਵੀ ਪੱਟ ਲੂ ਜਾਂ ਪੱਟਦੇ ਹੋ ਤੇ 20 ਮਿਲੀਅਨ ਲੈ ਕੇ ਸੀ ਆ ਬੈਠੇ ਆ ਤੇ ਹਾਂ ਜੀ ਤੇ ਆ ਗੱਲਬਾਤ ਤੇ ਦੂਸਰੇ ਨੇ ਜਿਹੜੀ ਉਹਨਾਂ ਦਾ ਨਾਮ ਹੈਗਾ ਸਿਮਰਨ ਪ੍ਰੀਤ ਪਨੇਸਰ ਉਹ ਹੈ 31 ਸਾਲਾਂ ਦੇ ਆ ਵੀ ਬ੍ਰੈਂਟਨ ਦੇ ਪਰ ਇੱਕ ਇਹ ਚ ਆ ਗੱਲ ਆ ਜੀ ਇਹਨਾਂ ਸਾਰਿਆਂ ਚੋਂ ਸਿਰਫ ਤਿੰਨ ਜਣੇ ਆ ਜਿਹੜੇ ਬ੍ਰੈਂਟਨ ਦੇ ਆ ਤਨਜੋ ਵੀ ਆਪਣਾ ਤੇ ਬਾਕੀ ਓਕਵੈਲ ਤੋਂ ਹੈਗੇ ਆ ਟ੍ਰਾਂਟੋ ਤੋਂ ਹੈਗੇ ਆ ਉਹਨਾਂ ਨੇ ਸਾਰੀ ਲਿਸਟ ਵੈਸੇ ਰਿਲੀਜ਼ ਤਾਂ ਕੀਤੀ ਹੈ ਜਿੰਨੇ ਵੀ ਜਾਣੇ ਹੈਗੇ ਆ ਹੁਣ ਇਹਨਾਂ ਦੇ ਵਿੱਚੋਂ ਜਿੰਨੇ ਵੀ ਚਾਰਜ ਹੋਇਆ ਤੇ ਅਰੈਸਟ ਹੋਏ ਆ ਉਹ ਅਮਰਿਤ ਅਮਿਤ ਜੱਲੋਟਾ 40 ਸਾਲ ਦੀ ਉਮਰ ਆ ਜੀ ਓਕਵੈਲ ਤੋਂ ਨੇ ਆ ਤੇ ਇਹਨਾਂ ਦੇ 2 ਕਾਉਂਟਸ ਚਾਰਜ ਲਾਇਆ ਪੋゼਸ਼ਨ ਆਫ ਪ੍ਰੋਪਰਟੀ ਅਬਟੇਨਡ ਬਾਈ ਕਰਾਇਮ ਥੈਫਟ ਓਵਰ 5000 ਐਂਡ ਕਾਂਸਪੀਰੇਸੀ ਟੂ ਕਮਿਟ ਅ ਇਨਡਾਈਟੇਬਲ ਇਨਡਿਕਟੇਬਲ ਆਫੈਂਸ ਦੇਖ ਹੈਗੇ ਜੀ ਅਮਦ ਅਮਾਰ ਚੌਧਰੀ 43 ਸਾਲ ਆਜ ਜਾਰਜਟਾਊਨ ਤੋਂ ਨੇ ਤੇ ਇਹਨਾਂ ਤੇ ਵੀ ਐਕਸੈਸਰੀ ਦਾ ਚਾਰਜ ਲਾਇਆ ਵੀ ਨਾਲ ਇਹਨਾਂ ਨੇ ਹੈਲਪ ਕੀਤੀ ਹੈ ਜੀ ਤੇ ਆਹ ਚਾਰਜ ਤੇ ਫੇਰ ਹੈਗੇ ਆ ਜੀ ਆਪਣੇ ਅਲੀ ਰਾਜ਼ਾ 37 ਸਾਲ ਦੇ ਆ ਟੋਰਾਂਟੋ ਤੋਂ ਨੇ ਤੇ ਇਹਨਾਂ ਦਾ ਆ ਜੁਐਲਰੀ ਸਟੋਰ ਉਹਨਾਂ ਨੇ ਜੀ ਆ ਹਾਂ ਉਹ ਵੀ ਇੱਕ ਗੱਲ ਜਿਹੜੀ ਆਈ ਸੀ ਕਿ ਇਹਨਾਂ ਚੋਂ ਇੱਕ ਬੰਦਾ ਜਿਹੜਾ ਜੁਐਲਰੀ ਦਾ ਵੀ ਕੰਮ ਕਰਦਾ ਸੀਗਾ ਉਹਨੇ ਪੁੱਟਵਾਤਾ ਉਹ ਸਾਰਾ ਹਾਂ ਉਹਨੇ ਆਪ ਨੂੰ ਕਮੈਂਟ ਆ ਕੇ ਕਹਿੰਦਾ bro ਮੈਨੂੰ ਮੁੰਡਾ ਜਾਣਦਾ ਕਹਿੰਦਾ ਦੀ ਮੈਲਟਡ ਆਲ ਦਾ ਗੋਲਡ ਐਂਡ ਸੋਲਡ ਇਟ ਹੋ ਗਿਆ ਹੁਣ ਆ ਜੀ ਹੁਣ ਥੈਂਕ ਯੂ ਸਾਲ ਹੋ ਗਿਆ ਭਾਜੀ ਤੇ ਪਰ ਜੇ ਹੁਣ ਜਿਸ ਤਰ੍ਹਾਂ ਨਾਲ ਇਹਨਾਂ ਨੇ ਆ ਪੁੱਲ ਕੀਤੀ ਹੈ ਉਸ ਤਰ੍ਹਾਂ ਨਾਲ ਜੇ ਉਨੀ ਸਮਝਦਾਰੀ ਨਾਲ ਅੱਗੇ ਵੀ ਚੱਲੇ ਹੋਣ ਵੀ ਰੌਲਾ ਨਾ ਪਿਆ ਹੋਵੇ ਵੀ ਉਹ ਸੋਨਾ ਲੈ ਕੇ ਭੱਜ ਗਿਆ ਟਰੱਕ ਉਹਦੇ ਕੋਲ ਆ ਕਿੱਥੇ ਆ ਕਿੱਥੇ ਨਹੀਂ ਲੱਭਦਾ ਨਹੀਂ ਹਣਾ ਅਜਾ ਕੁਝ ਨਾ ਹੋਇਆ ਹੋਵੇ ਫੇਰ ਤਾਂ ਇਹਨਾਂ ਨੇ ਸਾਰਾ ਪੂਰੇ ਪਲਾਨ ਨਾਲ ਆ ਜੀ ਕਿਉਂਕਿ ਇੰਨੀ 바ਰਜ਼ ਲੈ ਕੇ ਘੁੰਮਣਾ ਫਿਰਨਾ ਤਾਂ ਕਿਤੇ ਵੀ ਜਾਣਾ ਔਖਾ ਹੈ ਜੀ ਯੂ ਹੈਵ ਟੂ ਮੈਲਟ ਇਟ ਤੇ ਹੁਣ ਹੁਣ ਪਤਾ ਲੱਗ ਰਿਹਾ ਨੇ ਭਾਈ ਜੁਵਲਰੀ ਸਟੋਰ ਵੀ ਹੈਗਾ ਉਹਨਾਂ ਦੇ ਲਿੰਕ ਵੀ ਹੁੰਦੇ ਆ ਕਿੱਥੇ ਸੋਨਾ ਬਣਦਾ ਕਿੱਥੇ ਬਿਲਾ ਸਕਦੇ ਕਿੱਥੇ ਵੇਚਣਾ ਆ ਹੁਣ ਇਹ ਵੀ ਹੈ ਕਿ ਆਮ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਬਾਹਰ ਕਿੱਥੇ ਆ ਇਹਦਾ ਬਾਹਰ ਕਿੱਥੇ ਆ ਤੇ ਇੰਨੀ ਲਾਰਜ ਕੁਆਂਟੀਟੀ ਦੇ ਵਿੱਚ ਹੈ ਨਾ ਕਿ ਹੁਣ ਜਰੂਰੀ ਤਾਂ ਨਹੀਂ ਮੋਸਟਲੀ ਅੱਜਕੱਲ ਆਪਾਂ ਨੇ ਵੀ ਹੁਣ ਕਮਿਊਨਿਟੀ ਚ ਹੋਇਆ ਥੋੜਾ ਜਿਹਾ ਵੀ ਗਹਿਣੇ ਗੂਣੇ ਬਣਾਉਣ ਨਾਲੋਂ ਬਿਸਕਟਸ ਵਗੈਰਾ ਲੈ ਕੇ ਰੱਖੋ ਜੀ ਹੈ ਨਾ ਤੇ ਉਦੋਂ ਅ ਤੇ ਇਹਨਾਂ ਲਈ ਮੀਨਵਾਇਲ ਕੈਨੇਡਾ ਵਾਈਡ ਅਰੈਸਟ ਵਾਰੈਂਟਸ ਹੈਵ ਬੀਨ ਇਸ਼ੂਡ ਫਾਰ ਆਹਰੇ ਹੱਥ ਚ ਕਹਿੰਦੇ ਨਹੀਂ ਹੈ ਅਰਚੇ ਦਰੋੜਾ 36 ਸਾਲ ਦੇ ਆ ਬ੍ਰੈਂਪਟਨ ਤੋਂ ਆ ਤੀਜਾ ਬੰਦਾ ਆਪਣਾ ਬ੍ਰੈਂਪਟਨ ਤੋਂ ਜੀ ਤੇ ਫਿਰ ਅਰਸਲਾਨ ਚੌਧਰੀ 32 ਸਾਲਾਂ ਦੇ ਆ ਮਿਸਾਗਤ ਹੋਣੇ ਜੀ ਤੇ ਆਹ ਇਹਨਾਂ ਦੇ ਫਿਲਹਾਲ ਨਾਂ ਨਹੀਂ ਤੇ ਆਪਣਾ ਹੁਣ ਕੌਲਾ ਆ ਨਹੀਂ ਰਹੀਆਂ ਆਪਾਂ ਨੂੰ ਮੈਨੂੰ ਲੱਗਦਾ ਜੀ ਲੋਕ ਇੰਟਰਸਟਿਡ ਹੈਗੇ ਇਹਦੇ ਤੇ ਗੱਲ ਕਰਨ ਲਈ ਪਰ ਆਪਣੀ ਟੈਕਨੀਕਲ ਫੌਟ ਚੱਲ ਰਹੀ ਹੈ ਤੇ ਹੁਣ ਫਿਰ ਆਪਾਂ ਨੂੰ ਹੀ ਗੱਲਾਂ ਬਾਤਾਂ ਆਪਸ ਚ ਕਰਕੇ ਆ ਕਰਨਾ ਪੈਣਾ ਜੀ ਇਹਦਾ ਇਨਵੈਸਟੀਗੇਟਰਸ ਆਲਸੋ ਫਾਊਂਡ ਸੋ ਕਾਲਡ ਡੈਟ ਲਿਸਟ ਕਰੰਸੀ ਵੀ ਸੀਗੀ ਭਾਜੀ ਹੁਣ ਯੂਰੋ ਚੋਂ ਕਰੰਸੀ 2.5 ਮਿਲੀਅਨ ਦੀ ਲੈ ਕੇ ਉਰੇ ਆਏ ਆ ਉਹ ਕਰੰਸੀ ਦਾ ਇਹਨਾਂ ਨੇ ਕੀ ਕੀਤਾ ਉਹਦਾ ਨਾਂ ਨਹੀਂ ਕਿਤੇ ਆ ਰਿਹਾ ਵੀ ਕਰੰਸੀ ਦਾ ਕੀ ਬਣਿਆ ਪਰ ਇਹਦੇ ਵਿੱਚ ਜਿਹੜਾ ਹੁਣ ਤੱਕ ਜਿਹੜਾ ਭਾਜੀ ਰਿਕਵਰ ਹੋਇਆ ਆਪਾਂ ਗੋਲਡ ਉਹ ਸਿਰਫ 90000 ਦਾ ਗੋਲਡ ਉਹਨਾਂ ਦੇ ਹੱਥ ਚ ਆਇਆ ਉਹ ਜਿਹੜਾ ਉਹਦੇ ਕੋਲ ਪਾਇਆ ਹੋਇਆ ਸੀ ਮਿਲਣਾ ਦਾ ਜਿਹੜੇ ਬੰਦੇ ਫੜੇ ਗਏ ਰਾਈਟ ਹਾਂ ਹਾਂ ਮਿਲਣਾ ਤਾਂ ਸ਼ਾਇਦ ਉਹੀ ਹੈ ਉਹ ਉਹ ਚ ਵੀ ਇਹਨਾਂ ਨੇ ਪਗਲਾ ਕੇ ਉਹਦੀਆਂ ਬੈਂਗਲਸ ਬਣਾਈਆਂ ਹੋਈਆਂ ਸੀਗੀਆਂ ਯਾ ਯਾ ਉਹਦੀ ਫੋਟੋ ਇਹਨਾਂ ਨੇ ਪਾਈ ਹੈ ਸਾਰੇ ਜਿਹੜੀ ਸੋਸ਼ਲ ਮੀਡੀਆ ਤੇ ਰੋਟੇਟ ਹੋ ਰਹੀ ਹੈ ਯਾ ਤੇ ਉਹ ਹੀ ਕਹਿੰ ਰਹੇ ਦੇ ਟੁਰਨਡ ਅਪ 430000 ਇਨ ਕੈਸ਼ 6 ਪਿਓਰ 골ਡ ਬਰੇਸਲੇਟਸ ਵਰਥ 아이 3 ਲਖ 999 ਜੀ ਯਾਰਦੀ ਐਸ ਵੈਲ ਐਸ ਮੈਲਟਿੰਗ ਪੋਟਸ ਕਾਸਟ ਐਂਡ ਮੋਲਡਸ ਤੇ ਆ ਸਾਰਾ ਇਹਨਾਂ ਨੇ ਸਰਚ ਵਾਰੰਟ ਦੇ ਵਿੱਚ ਇਹਨਾਂ ਨੇ ਲੱਭਿਆ ਜੀ ਇਹਨਾਂ ਦੀ ਫੈਸਿਲਿਟੀਜ਼ ਪਰ ਭਾਜੀ ਦੇਖਣ ਵਾਲੀ ਗੱਲ ਆ ਵੀ ਉਹਨਾਂ ਨੇ ਕਿਹੜੇ ਹਿਸਾਬ ਦੇ ਨਾਲ ਪਲਾਨ ਕੀਤਾ ਕਿਹੜਾ ਜਿਹੜਾ ਜਿਹੜਾ ਬੇਬਲ ਉਹਨਾਂ ਨੇ ਆਪਣੇ ਫਰੰਟ ਤੇ ਦਿਖਾਇਆ ਉਹ ਸੀਗਾ ਕਿ ਕੁਝ ਉਹਨਾਂ ਨੇ ਸੀ ਫੂਡ ਪਿਕ ਕਰਨਾ ਸੀਗਾ ਹਾਂ ਉਹ ਸੀ ਫੂਡ ਵਾਲਾ ਸੀਗਾ ਹਾਂ ਜੀ ਤੇ ਉਹਦੇ 베ਸ ਤੇ ਹੁਣ ਕਈ ਵਾਰ ਸਿਕਿਉਰਟੀ ਵਾਲੇ ਨੂੰ ਇਹਨਾਂ ਨਹੀਂ ਪਤਾ ਹੁੰਦਾ ਮੈਂ ਤਾਂ ਆ ਪਿਕ ਕਰਨ ਆਇਆ ਹਨਾ ਤੇ ਉਹ ਦਿਖਾ ਕੇ ਅੱਗੇ ਨਿਕਲ ਜਾਂਦੇ ਆ ਫਿਰ ਉਸ ਤੋਂ ਬਾਅਦ ਕਾਰਗੋ ਵਾਲਿਆਂ ਨੇ ਕਨਫਰਮ ਕਰਨਾ ਆਉਂਦਾ ਵੀ ਹਾਂ ਉਹ ਅਵੇਲੇਬਲ ਜਿਹੜਾ ਉਹ ਦੇ ਰਹੇ ਆ ਜਿਸ ਦਾ ਰਾਈਟ ਵਨ ਫਾਰ us ਟੂ ਪਿਕ ਦਾ ਲੋਡ ਦੇਦਾਉ ਕਰਨਾ ਆਇਆ ਉੱਥੇ ਜੀ ਹਾ ਤੇ ਕੋਈ ਟੈਕਨੀਕਲ ਫਾਲਸ ਜੀ ਅਸੀਂ ਠੀਕ ਕਰ ਰਹੇ ਆ ਤੇ ਹੁਣ ਟਰਾਈ ਕਰਿਓ ਪਲੀਜ਼ ਕਾਲ ਕਰਨ ਦੀ ਜੋ ਵੀ ਆਪਣੇ ਸੱਜਣ ਕਰ ਰਹੇ ਸੀਗੇ ਤੇ ਹਾਂ ਜੀ ਇੱਕ ਵਾਰੀ ਦੇਖ ਲਿਓ ਭਾਜੀ ਕਿ ਆਵਾਜ਼ ਆ ਰਹੀ ਹਾਂ ਜੀ ਤੇ ਸਟੂਡੀਓ ਨੰਬਰ ਆਪਾਂ ਦੱਸ ਦਿੰਨੇ ਆ ਦੁਬਾਰਾ 6473668300 ਹਾਂਜੀ ਹਾਂਜੀ ਆ ਪਾਜੀ ਤੁਸੀਂ ਆਉਣੇ ਆ ਰਹੇ ਹੋ ਆ ਜਾ ਰਹੀ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਗਵਾਨ ਜੀ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਆ ਕਹਿੰਦੇ ਇਸ ਓਕੇ ਗੋਰੇ ਕਾਲੇ ਵੀ ਕਰ ਦਿੰਨੇ ਚਿੱਲ ਮਾਰੋ ਹਾਂਜੀ ਚਿੱਲ ਤਾਂ ਮੈਂ ਆਹੀ ਪਾਜੀ ਇਹਦੇ ਤੇ ਵੀ ਟਾਪਿਕ ਮੈਂ ਕਰਨਾ ਚਾਹੁੰਦਾ ਸੀ ਵੀ ਆਪਾਂ ਅੱਜ ਕੱਲ ਦਾ ਜਿਹੜਾ ਕੈਨੇਡੀਅਨ ਸਿਸਟਮ ਹੈਗਾ ਹਨਾ ਉਹ ਕਿਸੇ ਹੋਰ ਦਿਨ ਆਪਾਂ ਟਾਪਿਕ ਰੱਖ ਸਾਥ ਦੇ ਆ ਬਈ ਉਹ ਤੁਹਾਨੂੰ ਕੀ ਲੱਗਦਾ ਅੱਜ ਦੀ ਰੇਟ ਦੇ ਵਿੱਚ ਬਈ ਕਿਤਨਾ ਕਿਤੇ ਆਇਆ ਤਾਂ ਨਹੀਂ ਹੈ ਵੀ ਜਿਵੇਂ ਅੱਗੇ ਬਰਦਾ ਸਖਾਲਾ ਜਾਂ ਸੱਚਾ ਸੋਚਾ ਸਿਸਟਮ ਸੀਗਾ ਬੰਦੇ ਆਉਂਦੇ ਸੀ ਮਿਹਨਤ ਕਰਦੇ ਸੀ ਆਦਾ ਘਰ-ਬਾਰ ਲੈ ਕੇ ਬਹਿ ਜਾਂਦੇ ਸੀ ਬੱਚੇ ਪੜ ਜਾਂਦੇ ਸੀ ਬੱਚੇ ਅੱਗੇ ਹੋਰ ਤਰੱਕੀ ਕਰ ਜਾਂਦੇ ਸੀ ਵੀ ਹੁਣ ਕਿਤਨਾ ਕਿਤੇ ਸਿਸਟਮ ਹੈ ਜਿਹੜਾ ਕੈਨੇਡਾ ਦਾ ਬਣਦਾ ਜਾ ਰਿਹਾ ਵੀ ਜਿੱਥੇ ਜਿੰਨਾ ਬੰਦਾ ਤੁਸੀਂ ਨੂਫ ਹੋ ਲੱਭ ਸਕਦੇ ਹੋ ਜਿੰਨਾ ਅਨੈਥਿਕਲੀ ਚੱਲ ਸਕਦੇ ਹੋ ਉਹਨਾਂ ਛੇਤੀ ਤੁਸੀਂ ਸਿਸਟਮ ਤੁਹਾਨੂੰ ਰਿਵਾਰਡ ਕਰਦਾ ਵੀ ਹੁਣ ਤੁਸੀਂ ਦੇਖੋ ਹੁਣ ਜੇ ਤੁਸੀਂ ਕਿਸੇ ਜੇ ਸੀਆਰ ਦਾ ਵੀ ਲਾ ਲਓ ਤੁਸੀਂ 100 ਡਾਲਰ ਘਟ ਦਿੰਦਾ ਉਹ ਤੁਹਾਡੇ ਮਗਰ ਆਉਣਗੇ ਛੱਡਦੇ ਨਹੀਂ ਉਹ ਵੀ 100 ਡਾਲਰ ਵੀ ਹੁਣ ਆਹ ਦੇਖੋ ਇਹਨਾਂ ਨਾਲ ਸੋਨਾ ਲੈ ਕੇ ਚਲੇ ਗਏ ਆ 5000 ਦੀ ਇਹਨਾਂ ਤੇ ਚਾਰਜ ਲੱਗਿਆ ਕੱਲ ਫੜੇਗੇ ਅੱਜ ਬੇਲ ਤੇ ਬਾਹਰ ਨੇ ਜੀ ਆਹ ਕਿੰਨੀ ਵੀਡੀਓ ਵੀ ਪਾਈ ਆ ਟਿਕਟੌਕ ਤੇ ਵੀ ਦੇਖ ਰਹੀ ਹੁਣ ਲੋਕ ਕੀ ਵੀਡੀਓ ਪਾਉਣ ਲੱਗੇ ਉਹਨਾਂ ਦੀ ਬਣਾ ਕੇ ਤੁਰੇ ਫਿਰਦੇ ਨੇ ਤੁਰੇ ਫਿਰਦੇ ਦੀਆਂ ਯਾ ਉਹ ਵੀ ਮੈਂ ਵੀ ਦੇਖੀ ਐ ابھی ਉਹ ਜਿਮ ਵਗੈਰਾ ਮੁੰਡਾ ਕਰ ਰਿਹਾ ਵਾ ਜਿਹੜਾ ਮੇਨ ਆ ਇਹਨਾਂ ਦਾ ਤੇ ਤਾਂ ਕਰਕੇ ਕਿਤੇ ਨਾ ਕਿਤੇ ਸਿਸਟਮ ਉਹਨਾਂ ਦੀ ਗੱਲ ਸਹੀ ਆ ਵੀ ਸਿਸਟਮ ਇਹਨਾਂ ਨੂੰ ਫੇਵਰ ਕਰ ਰਿਹਾ ਜੀ ਹਾਂਜੀ ਸਟੂਡੀਓ ਨੰਬਰ ਆ ਜੀ 6473668300 ਹਾਂਜੀ ਹੁਣ ਕਾਲ ਕਰਕੇ ਦੇਖੋ ਜੀ ਜੀ ਤੁਸੀਂ ਕਾਲ ਕਰਨਾ ਚਾਹ ਰਹੇ ਮਨਦੀਪ ਹੁਣੀ ਕਾਲ ਕਰ ਰਹੇ ਸੀਗੇ ਪਰ ਕਾਲ ਲਈ ਨਹੀਂ ਗਈ ਤੇ ਆਈ ਥਿੰਕ ਇੱਕ ਦੋ ਕਾਲਸ ਹੋਰ ਵੀ ਆਈਆਂ ਨੇ ਤੇ ਕੋਈ ਨਾਲ ਬਾਈ ਹੁਣੀ ਵੀ ਕਾਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਆਈ ਥਿੰਕ ਹੁਣ ਜਿਹੜੀ ਚੱਲ ਸਕਦੀ ਹੈ ਆਪਣੀ ਆ ਕਾਲ ਜੇ ਤੁਸੀਂ ਟਰਾਈ ਕਰੋ ਦੋ ਤਿੰਨ ਕਾਲਸ ਆਈਆਂ ਸੀ ਹਾਂ ਫਸਟ ਮੈਸੇਜ ਡਿਲੀਟਿਡ ਹਾਂਜੀ ਚੱਲ ਵੀ ਹੁਣੀ ਮਤਲਬ ਬਾਈ ਠੀਕ ਹਾਂ ਤਾਂ ਠੀਕ ਹੈ ਜੀ ਹਾਂਜੀ ਹੁਣ ਟਰਾਈ ਕਰਿਓ ਕਾਲ ਕਰਨ ਦੀ ਆਪਣੇ 6473668300 ਆਪਣਾ ਨੰਬਰ ਆ ਜੀ ਟੋਟਲ ਜੀ 400 ਕਿਲੋ ਸੀਗਾ ਸੋਨਾ ਟੋਟਲ ਹਾਂਜੀ ਆ ਗਿਆ 400 ਕਿਲੋ ਹਾਂਜੀ ਹਾਂਜੀ ਹੁਣ ਟਰਾਈ ਕਰਦੇ ਹਾਂ ਹਾਂਜੀ 2336 ਜੀ ਔਨ ਏਅਰ ਹੋ ਜੀ ਹੈਲੋ ਸਸਿਕਾਲ ਸਸਿਕਾਲ ਜੀ ਸਸਿਕਾਲ ਜੀ ਹਾਂਜੀ ਹਾਂਜੀ ਹੋ ਨਾ ਰਹੀ ਆਵਾਜ਼ ਪਹਿਲਾਂ ਨਹੀਂ ਆ ਰਹੀ ਸੀ ਹਾਂਜੀ ਪਹਿਲਾਂ ਨਹੀਂ ਸੀ ਆ ਰਹੀ ਸੋ ਥਿਸ ਇਜ਼ ਮਨਦੀਪ ਅਗੇਨ ਥੋੜਾ ਮੈਂ ਬਰੀਫ ਕਰਦਾ ਕਿ ਮੈਂ 16 ਦੇ ਵਿੱਚ ਆਇਆ ਸੀ ਐਂਡ ਥਿਸ ਇਜ਼ ਆਲਮੋਸਟ 80 ਐਸ ਐਜ਼ ਆਫ ਨਾਓ ਜੀ ਤੇ ਕੱਲ ਮੈਂ ਆਪਾਂ ਗੱਲ ਛੀੜੀ ਸੀ ਟਾਪਿਕ ਤੇ ਇੱਕ ਬੈਨੀਫਿਟਸ ਤੇ ਈ ਆਇਲੈਂਡ ਦੇ ਬਾਰੇ ਜੀ ਟੂ ਮੈਂ ਬਸ ਇੰਨਾ ਗਾਈਡ ਕਰਨਾ ਚਾਹਨਾ ਮੈਂ ਇਹ ਵੀ ਚਾਹਨਾ ਕਿ ਟਿਕ ਸੇਵਰ ਤੁਹਾਡੇ ਵੱਲੋਂ ਵੀ ਜੀ ਤੁਸੀਂ ਇੱਕ ਟਿਕ ਲੈ ਕੇ ਆਓ ਜਿਹਦੇ ਵਿੱਚ ਨਾ ਕੈਨੇਡਾ ਦੇ ਆਪਣੇ ਕਿੰਨੇ ਬੈਨੀਫਿਟਸ ਨੇ ਉਹਨੂੰ ਕਵਰ ਅਪ ਕਰੋ ਕਿਉਂਕਿ ਜਿਹੜੇ ਨਿਊ ਕਮਰਸ ਨੇ ਉਹਨਾਂ ਨੂੰ ਇਹ ਲੱਗਦਾ ਕਿ ਦਿਸ ਇਜ਼ ਵਾਟ ਵੀ ਆਰ ਡੂਇੰਗ ਕ੍ਰਾਈਮ ਇਟਸ ਨਾਟ ਅ ਕ੍ਰਾਈਮ ਇਟਸ ਵਾਟ ਵੀ ਆਰ ਅਵੇਲਿੰਗ ਅਪ ਬੈਨੀਫਿਟਸ ਆਫ ਦਾ ਕੈਨੇਡਾ ਜੀ ਤੇ ਆਈ ਆਈ ਡੀਓ ਕਿ ਸਾਡੀ ਜੇਤ ਕੋਈ ਜਾਂਦੀ ਹੈ ਸਾਡੀ ਸੈਲਰੀ ਦਾ ਪਾਰਟ ਹੁੰਦਾ ਜਿੰਨੂੰ ਅਸੀਂ ਅਵੇਲ ਕਰਦੇ ਆ ਜੀ ਤੇ ਇਸ ਤੋਂ ਇਲਾਵਾ ਜਿਹੜੇ ਬੈਨੀਫਿਟਸ ਨੇ ਕਈ ਸਰਵੈਂਸ ਉਹ ਨਗਰ ਮੈਂ ਗੱਲ ਕਰਾਂਗਾ ਕਿ ਮੈਂ ਕੰਪਨੀ ਤੋਂ ਚੰਨਾ ਮੈਂ ਟਰਮੀਨੇਟ ਹੋਣਾ ਆਪ ਨਹੀਂ ਕੀ ਡਿਜ਼ਾਈਨ ਦੇਣਾ ਜਿਨੇ ਅੱਜ ਅੱਜ ਦੀ ਨਿਊਜ਼ ਆਈ ਹੈ ਕਿ ਟੈਸਲਾ ਨੇ ਆਪਣੇ ਕਈ ਵਰਕਰਸ ਨੂੰ ਰਿਜ਼ਾਈਨ ਟਰਮਿਨੇਟ ਕਰਤਾ ਕਰੇ ਤੇ ਉਹਨਾਂ ਨੇ ਆਪ ਪੁੱਛਿਆ ਉਹਨਾਂ ਨੂੰ ਰਿਜ਼ਾਈਨ ਕਰਨ ਲਈ ਜੀ ਦੇ ਹੈਵ ਗਿਵਨ ਅ ਲੋ ਸਰਵੈਂਸ ਪੇ ਜੀ ਅੱਜ ਦੀ ਨਿਊਜ਼ ਹੈ ਤੇ ਉਹਦੇ ਵਿੱਚ ਵੀ ਲੋ ਸਰਵੈਂਸ ਪੇ ਅਗਰ ਪਤਾ ਹੀ ਨਹੀਂ ਹੋਏਗਾ ਕਿਸੇ ਨੂੰ ਕਿ ਵਾਟ ਇਜ਼ ਸਰਵੈਂਸ ਪੇ ਯੂ ਕੈਨ ਕਲੇਮ ਫॉर ਮੋਰ ਹਾਇਰ ਕਰਨ ਸਪੇਸ ਟੂ ਦੇ ਸ਼ੁੱਡ ਨੋ ਦੈਟ ਜੀ ਮਤਲਬ ਕੋ ਮੇਰੇ ਕੋਲ ਤੋਂ ਬਾਅਦ ਉਹ ਜਿੰਨਾ ਨੇ ਵੀ ਬੋਲਿਆ ਸੀਗਾ ਨਾ ਕਿ ਮਤਲਬ ਦਿਸ ਇਸ ਮਤਲਬ ਐਸੇ ਇਸ ਵਟ ਮੈਂਟੈਲਿਟੀ ਵੀ ਆਰ ਕਮਿੰਗ ਵਿਦ ਸੋ ਵੀ ਸ਼ੁੱਡ ਨੋ ਵਟ ਮੈਂਟੈਲਿਟੀ ਨੀ ਇਸ ਤੇ ਮੈਂਟੈਲਿਟੀ ਕਰਨੀ ਮੈਨੂੰ 8 ਸਾਲ ਹੋ ਗਏ ਨੇ ਮੈਂ ਕੈਨੇਡਾ ਤੇ ਕੰਮ ਕਰ ਚੁੱਕਿਆ ਤੇ ਹੁਣ ਮੈਂ ਸਿੰਗਲ ਆ ਤੇ ਹੁਣ ਮੈਂ ਆਪਣੀ ਬੈਨੀਫਿਟਸ ਵੇਲ ਕਰਨਾ ਚਾਹਨਾ ਸਰਵੈਂਸ ਵੀ ਲੈਣਾ ਚਾਹਨਾ ਈਆਈ ਲੈਣਾ ਚਾਹਨਾ ਪੈਨਸ਼ਨ ਲੈਣਾ ਚਾਹੁੰਦਾ ਫਿਰ ਤਾਂ ਨਹੀਂ ਤਾਂ ਪੈਨਸ਼ਨ ਵੀ ਕੋਈ ਕਿਸੇ ਤੇ ਕ੍ਰਾਈਮ ਹੈ ਕਿ ਯੂ ਆਰ ਟੇਕਿੰਗ ਅ ਪੈਨਸ਼ਨ ਫਰਮ ਦ ਗਵਰਨਮੈਂਟ ਵਾਈ ਯੂ ਸ਼ੁੱਡ ਨਾਟ ਬੀ ਜੀ ਸੋ ਕਿ ਮੇਕ ਫੇਵਰੇਬਲ ਸਕੀਮ ਟੂ ਸੀ ਉਹ ਟਾਪਿਕ ਲੈ ਕੇ ਆਓ ਜਿਹਦੇ ਵਿੱਚ ਬੈਨੀਫਿਟਸ ਕਿਉਂਕਿ ਮੈਂ ਤੁਹਾਨੂੰ ਇੱਕ ਤੋਰ ਚੀਜ਼ ਹੋਰ ਦੱਸਾਂਗਾ ਇੱਕ ਕਈਆਂ ਨੂੰ ਤੇ ਇਹ ਵੀ ਨਹੀਂ ਪਤਾ ਉਹਨਾਂ 99% ਲੋਕਾਂ ਨੂੰ ਕਿ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਸੋ ਵੈਨ ਯੂ ਵਰਕ ਫਰ ਅ ਕੰਪਨੀ ਤੁਹਾਡਾ ਇੱਕ ਸਰਟਨ ਪੀਰੀਅਡ ਤੱਕ ਡ੍ਰੌਪ ਆਊਟ ਈਅਰਸ ਹੁੰਦਾ ਹੈ ਜਿਵੇਂ ਕਿ ਹਾਊ ਮਨੀ ਈਅਰਸ ਯੂ ਵਰਕਡ ਫਰ ਤੁਹਾਡਾ EI ਕੱਟਦੇ ਨਾ CPP ਦਾ ਇੱਕ 파ਟ ਹੁੰਦਾ ਹੈ ਕੈਨੇਡਾ ਪੈਨਸ਼ਨ ਪ੍ਰੈਮ ਦਾ ਮੈਕਸਿਮਮ ਅਮਾਉਂਟ ਇਨੀ ਆਪਣੀ ਉਨ 65 66 ਦੇ ਆਰੰਡ ਚੱਲ ਰਹੀ ਹੈ ਜੀ ਤੇ ਜਦੋਂ ਤੁਸੀਂ ਕੈਨੇਡਾ CPP ਪੈਨਸ਼ਨ ਪਲਾਨ ਆਪਣਾ ਕੈਲਕੂਲੇਟ ਕਰਦੇ ਹੋ ਜਦੋਂ ਗਵਰਨਮੈਂਟ ਕੈਲਕੂਲੇਟ ਕਰਦੀ ਹੈ ਐਟ ਦਿ ਟਾਈਮ ਆਫ ਯੂਰ ਪੈਨਸ਼ਨ ਸੋ ਵਟ ਦੇ ਡੂ ਦੇ ਸੀ ਦਿ ਮੈਕਸਿਮਮ ਅਮਾਉਂਟ ਹੁਆ ਅਬ ਟੂ ਗੈਟ ਦਿ 65 66 ਤੋਂ ਬਾਅਦ ਜਿੰਨੀ ਅਮਾਉਂਟ ਤੁਸੀਂ ਕਮਾਉਂਦੇ ਹੋ ਉਹ ਉਹਨਾਂ ਨੂੰ ਕਨਸੀਡਰ ਨਹੀਂ ਕਰਦੇ ਹੋ ਚਾਹੇ 80 ਕਮਾਉਂਡ 90 ਕਮਾਉਂਡ ਦੈਟ ਇਜ਼ ਦਿ ਮੈਕਸਿਮਮ ਬੇਸਡ ਓਨ ਦੈ ਤੇ ਇਹ ਡਰੋਪ ਆਊਟ ਇਅਰਸ ਦਾ 7% ਜਿੰਨਾ ਤੁਸੀਂ ਸਾਲ ਕੰਮ ਕੀਤਾ ਉਹਦੇ 7% ਨਾਲ ਡਰੋਪ ਆਊਟ ਹੋ ਜਾਂਦਾ ਹੈ ਮੰਨ ਲਓ ਐਗਜ਼ਾਮਪਲ ਤੁਹਾਡਾ ਤੁਸੀਂ 10 12 ਸਾਲ ਕੰਮ ਕੀਤਾ 7% ਮੀਬੀ ਅਰਾਊਂਡ 2 ਇਅਰਸ ਸੋ ਦੋ ਸਾਲ ਨਾਲ ਅਗਰ ਤੁਸੀਂ ਕੰਮ ਕਰਦੇ ਕੀਤਾ ਮਤਲਬ on एवरेज ਤੁਸੀਂ 40k ਕਮਾਇਆ ਜੇ ਪਹਿਲਾਂ ਤੁਹਾਡਾ 65k ਹੈ ਤੇ ਉਹ ਨਹੀਂ ਕੰਸੀਡਰ ਨਹੀਂ ਕਰਦੇ ਉਹ ਐਗਜ਼ੈਪਟ ਕਰਦੇ ਜੀ ਇਸੇ ਤਰੀਕੇ ਨਾਲ ਇੱਕ ਹੋਰ ਫॉर ਇੱਕ ਹੋਰ ਡਰੋਪ ਆਊਟ on ਦਸ 7 ਇਅਰਸ ਦਾ ਬੱਚਾ ਲੈ ਜਦੋਂ ਤੁਸੀਂ ਬੱਚਾ ਕੋਈ ਪੈਦਾ ਹੁੰਦਾ ਹੈ ਉਹਦੇ ਤੋਂ ਲੈ ਕੇ 7 ਇਅਰਸ ਤੱਕ ਉਹ ਵੀ ਤੁਹਾਡੇ ਕਨਸੀਡਰ ਨਹੀਂ ਕਰਦੇ ਵਾਈਲ ਕੈਲਕੂਲੇਸ਼ਨ ਆਫ ਸੀਪੀਪੀ ਜੀ ਕਿਉਂਕਿ ਉਹ ਸੋਚਦੇ ਨੇ ਕਿ ਕਾਰਦੀ ਇਨਕਮ ਡੈਫੀਨਿਟਲੀ ਜਦੋਂ ਐਸ ਅ ਮਦਰ ਜਾਂ ਫਾਦਰ ਤੁਸੀਂ ਪੈਰੈਂਟਲ ਯਰ ਪੈਰੈਂਟਲਿਟੀ ਲੀਵ ਤੇ ਹੁੰਦਾ ਤੁਹਾਡੀ ਇਨਕਮ ਘਟ ਜਾਂਦੀ ਹੈ ਉਹ ਇਅਰਸ ਉਹਨਾਂ ਨੂੰ ਐਗਜ਼ੈਪਟ ਕਰ ਦਿੰਦੇ ਨੇ ਉਹ ਕੀ ਕਰਦੇ ਨੇ ਪਿਛਲੇ ਐਵਰੇਜ ਦੇਖਦੇ ਨੇ ਹਮਮ ਤਾਂ ਇਹ ਵੀ ਇੱਕ ਚੀਜ਼ ਹੈ ਆਈ ਡੋਨਟ ਥਿੰਕ ਕਿ ਕਿਸੇ ਨੂੰ ਪਤਾ ਹੋਣਾ ਤੇ ਉਹਦੇ ਵਿੱਚ ਫਿਰ ਬੈਨੀਫਿਟ ਉਹ ਜਿਹੜਾ ਸਮਾਰਟ ਆਦਮੀ ਤੇ ਤਾਂ ਬੜੋਗੇ ਨਾ ਜਦੋਂ ਪਹਿਲਾਂ ਪਤਾ ਹੋਣਗੇ ਪਹਿਲੇ ਸੋ ਇਨ ਮਾਈ ਕੇਸ ਦੇ ਇਸ ਮੈਂ ਦੱਸਿਆ ਜਿਵੇਂ ਆਪਣੇ ਬੱਚੇ अडोप्ट कर लेने सो so, मेरी इनकम होम तक एट ईयर मोर दैन सी पी पी तो उत्ते हैं तो हूँ मैं अगर सत्त साल नहीं भी काम करता मान लो मैं उन बच्चा अडोप्ट करता आज की तरीक से तो अज तो सत्त साल नहीं भी काम करता मेरी इनकम लो भी चली जाती है स्टिल मेरी कैलकुलेशन ऑफ सी पी पी इज कंसिडर टू बी ऑन एवरेज ऑफ मैक्सीम क्योंकि मैं पिछले दस साल मैक्सीम कमाया उस उसके एवरेज से उस सत्त साल एग्जाम कर देंगे सिमिलरली फॉर सैकेंड चाइल्ड सो चौदह साल थोड़े ये भी ਕੀਕਾ ਜਾਂਦੇ ਨੇ ਹੁਣ ਅਗਰ ਮੈਂ ਗੱਲਾਂ ਸਮਝਾ ਰਿਹਾ ਤੇ ਤਾਂ ਮਤਲਬ ਇਹ ਤੁਹਾਨੂੰ ਕਿ ਮੈਂ ਆਮ ਆਮ ਨਾਟ ਇੱਕ ਲਾਇਲ ਸਿਟੀਜ਼ਨ ਆਮ ਸਿਟੀਜ਼ਨ ਆਮ ਲਾਇਲ ਸਿਟੀਜ਼ਨ ਪਰ ਹਾਂ ਜੀ ਜੇ ਤੇ ਵੀ ਪਾਜੀ ਪੂਰਾ ਟਾਪਿਕ ਕਰਾਂਗੇ ਫਿਰ ਆਪਾਂ ਜਰੂਰ ਤੁਹਾਨੂੰ ਵੀ ਮੌਕਾ ਦਵਾਂਗੇ ਗੱਲਬਾਤ ਕਰਨਾ ਆਪਣੇ ਕੋਲ ਕਾਲਸ ਇੱਕ ਹੋਰ ਆ ਰਹੀਆਂ ਨੇ ਕਾਫੀ ਕਾਫੀ ਟਾਈਮ ਤੋਂ ਹੀ ਵੱਜ ਰਹੀ ਹੈ ਉਹਨਾਂ ਦੀ ਵੀ ਗੱਲ ਸੁਣ ਲਈ ਬਿਲਕੁਲ ਬਿਲਕੁਲ ਥੈਂਕ ਯੂ ਥੈਂਕ ਯੂ ਹਾਂ ਜੀ 3250 ਤੁਸੀਂ ਆ ਰਹੇ ਹੋ ਜੀ ਹੈਲੋ 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 ਹਾਂ ਜੀ ਹਾਂ ਜੀ ਤੁਸੀਂ ਆ ਰਹੇ ਹੋ ਜੀ ਹਾਂ ਹਾਂ ਜੀ ਬ੍ਰ ਮੈਂ ਉਹ ਕਹਿਣਾ ਸੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਉਹ ਅਗਲੇ ਦਿਨ ਜੇ ਬੇਲ ਤੇ ਬਾਹਰ ਵੀ ਆ ਗਏ ਜੀ ਨਹੀਂ ਮੈਂ ਇਹ ਕਹਦਾ ਇਹ ਹੁੰਦਾ ਹੀ ਆ ਵੀ ਸਾਰੀ ਦੁਨੀਆ ਤੇ ਮੰਨਦਾ ਵੀ ਬੇਲ ਤੁਹਾਡਾ ਰਾਈਟ ਆ ਹਨਾ ਕਈ ਦੇਸ਼ਾਂ ਜਿਵੇਂ ਇੰਡਿਆਰਗੇਤ ਵੀ ਕਾਨੂੰਨ ਬਣਾ ਦਿੰਦੇ ਆ ਵੀ ਬੇਲ ਇਹ ਜਿਹਨਾਂ ਤੇ ਕੇਸ ਚੱਲਦਾ ਹੁਣ ਜਦੋਂ ਕੋਰਟ ਚ ਕੇਸ ਚੱਲੂਗਾ ਉਹ ਹੁਣ ਉਹਦੇ ਤੋਂ ਦੇਖਣਗੇ ਵੀ ਪੁਲਿਸ ਨੇ ਕੇਸ ਸਹੀ ਬਣਾਇਆ ਹੈਗਾ ਗਲਤ ਬਣਾਇਆ ਵਾ ਜੇ ਸਹੀ ਬਣਾਇਆ ਵੀ ਉਹਨਾਂ ਨੂੰ ਸਜ਼ਾ ਹੋਊਗੀ ਵੀ ਬੇਲ ਤਾਂ ਵੀ ਜੇ ਉਹ ਬੇਲ ਤੇ ਬਾਹਰ ਆ ਗਏ ਤਾਂ ਮਤਲਬ ਇਹ ਵੀ ਉਹ ਵੀ ਬੇਤ ਸੂਤ ਸਾਬਤ ਹੋਗੇ ਨਹੀਂ ਨਹੀਂ ਉਹ ਤਾਂ ਠੀਕ ਹੈ ਭਾਜੀ ਪਰ ਥੋੜਾ ਜਿਵੇਂ ਹੁਣ ਐਨਆਰਡੀ ਚੱਲ ਰਹੀ ਹੈ ਇਹ ਇਨਵੈਸਟੀਗੇਸ਼ਨ ਹੁਣ ਸਾਲ ਹੋ ਗਏ ਸਾਲ ਤੋਂ ਵੀ ਵੱਧ ਹੋ ਗਿਆ ਆਲਮੋਸਟ ਸਾਲ ਹੀ ਅੱਭੀ ਹੁਣ ਇਹਨਾਂ ਨੂੰ ਥੋੜਾ ਜਿਹਾ ਉਹਨਾਂ ਨੂੰ ਰੱਖ ਕੇ ਪਤਾ ਤਾਂ ਕਰਨਾ ਚਾਹੀਦਾ ਸੀ ਕੀ ਹੋਇਆ ਵੀ ਜਿਹੜੇ ਹੁਣ ਕੱਲ ਹੀ ਅਰੈਸਟ ਹੋਏ ਅੱਜ ਬਾਹਰ ਆ ਗਏ ਹੁਣ ਉਸ ਤੋਂ ਬਾਅਦ ਹੁਣ ਕੋਈ ਅਜੇ ਸਬੂਤ ਹੋ ਸਕਦੇ ਆ ਜਿਹੜੇ ਉਹ ਇਧਰ ਉਧਰ ਕਰ ਸਕਦੇ ਆ ਉਹਨਾਂ ਨੂੰ ਆਪਸ਼ਨ ਮਿਲ ਗਈ ਹੈ ਨਾ ਉਹ ਚੀਜ਼ਾਂ ਦੀ ਵੀ ਥੋੜਾ ਜਿਹਾ ਇਹਨਾਂ ਨੂੰ ਇਨਵੈਸਟੀਗੇਸ਼ਨ ਹੋਰ ਕਰ ਲੈਂਦੇ ਫੇਰ ਬੇਲ ਮਿਲ ਜਾਂਦੀ ਥੋੜੀ ਜਿਵੇਂ ਆਪਾਂ ਇੰਡੀਆ ਕਹਿ ਦਿੰਦੇ ਆ ਵੀ ਜ ਨਹੀਂ ਉਹ ਹੁਣ ਡਿਪੈਂਡ ਕਰਦਾ ਨਾ ਵੀ ਪੁਲਿਸ ਨੇ ਰਿਮਾਂਡ ਮੰਗੀ ਹੈ ਕਿ ਨਹੀਂ ਮੰਗੀ ਹੈਗੀ ਇਹ ਹੁੰਦਾ ਨਾ ਵੀ ਪੁਲਿਸ ਨੇ ਕਿਉਂਕਿ ਪਹਿਲਾਂ ਹੀ ਆਪਦਾ ਕੇਸ ਸਟਾਈਕ ਬਣਾਇਆ ਹੋਣਾ ਉਹਨਾਂ ਨੂੰ ਲੋੜ ਨਾ ਹੋਵੇ ਵੀ ਉਹਨਾਂ ਦੀ ਉਹੋ ਕਰਨ ਦੀ ਜੀ ਰਿਮਾਂਡ ਚ ਲੈਣ ਦੀ ਵੀ ਇਹ ਹੁੰਦਾ ਵਾ ਵੀ ਜੇ ਉਹ ਬੇਲ ਤੇ ਬਾਹਰ ਆ ਗਏ ਵੀ ਮੇਰੇ ਖਿਆਲ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਕੋਈ ਵੀ ਵੀ ਸੇਟਮੰਟ ਹੋਵੇ ਆ ਉਹਨਾਂ ਦੇ ਨਾਲ ਫਰੈਂਡਲੀ ਆ ਵੀ ਜੇ ਜਦੋਂ ਕੇਸ ਚੱਲੂਗਾ ਵੀ ਉਹ ਕੋਰਟ 'ਚ ਉਹਨੂੰ ਜਿੰਨੀ ਸਜ਼ਾ ਹੋਊਗੀ ਜੇ ਕੇਸ ਸਹੀ ਬਣਿਆ ਹੋਊਗਾ ਤਾਂ ਉਹਨਾਂ ਨੂੰ ਉਹ ਸਜ਼ਾ ਦੇਣਗੇ ਜੀ ਨਹੀਂ ਠੀਕ ਆ ਦੇਣੀ ਵੀ ਚਾਹੀਦੀ ਸਰ ਦੇਣੀ ਵੀ ਚਾਹੀਦੀ ਆ ਯਾ ਪਰ ਉਹੀ ਹੈ ਨਾ ਵੀ ਜਿਵੇਂ ਹੁਣ ਵਿਦਆਊਟ ਜਿਵੇਂ ਇਨਸਾਈਡ ਜੌਬ ਆ ਗੱਲ ਬਣ ਨਹੀਂ ਹੋ ਨਹੀਂ ਸਾਦੀ ਉਹੀ ਹੈ ਹੁਣ ਇਹਨਾਂ ਨੇ ਆਪਣੀ ਜਿਹੜੀ ਕੰਪਨੀ ਸੀ ਜਿਨ੍ਹਾਂ ਨੂੰ ਐਕਚੁਅਲ ਚ ਆ ਕੰਟਰੈਕਟ ਮਿਲਿਆ ਸੀਗਾ ਸੋਨਾ ਚੱਕ ਕੇ ਮੂਵ ਕਰਨ ਦਾ ਉਹ ਮਿਆਮੀ ਬੇਸ ਕੰਪਨੀ ਜਿਹੜੀ ਆਪਣੀ ਕਹਿੰਦੇ ਆ ਬ੍ਰਿੰਗਸ ਉਹ ਆਪਣੇ ਕੈਨੇਡਾ ਚ ਵੀ ਹੈਗੀ ਹੈ ਨਾ ਤੇ ਉਹਨਾਂ ਨੇ ਵੀ ਹੁਣ 에ਅ ਕੈਨੇਡਾ ਨੂੰ 20 ਮਿਲੀਅਨ ਦਾ ਸੂ ਕੀਤਾ ਹੋਇਆ ਬਈ ਬਈ ਸਾਨੂੰ ਜਿਹੜਾ ਸਾਡਾ ਕਾਰਗੋ ਮਿਸ ਹੋਇਆ ਇਹ ਤੁਸੀਂ ਸਾ ਤੋਂ ਐਕਸਟਰਾ ਪੈਸੇ ਚਾਰਜ ਕੀਤੇ ਸੀ ਸਿਕਿਉਰਿਟੀ ਪ੍ਰੋਵਾਈਡ ਕਰਨ ਲਈ ਜਿਵੇਂ ਆਪਾਂ ਕਈ ਵਾਰ ਵੈਲਿਊਏਬਲ ਚੀਜ਼ਾਂ ਸ਼ਿਪ ਕਰਦੇ ਆ ਆਪਾਂ ਉਹਦੀ ਐਕਸਟਰਾ ਇੰਸ਼ੋਰੈਂਸ ਨਹੀਂ ਲੈ ਲੈਂਦੇ ਬਈ ਹਾਂ ਜੇ ਤੁਸੀਂ ਵੈਲਿਊ ਡਿਕਲੇਅਰ ਕਰੋ ਤਾਂ ਉਹਦੇ ਤੇ ਉਹ ਫਿਰ ਜਿਹੜਾ ਜਿਹੜਾ ਕੂਰੀਅਰ ਹੁੰਦਾ ਜਿਵੇਂ 에어 ਕੈਨੇਡਾ ਸੀ ਇਹਦੇ ਮਾਮਲੇ ਦੇ ਵਿੱਚ ਉਹ ਆਬਲੀਗੇਟਡ ਹੋ ਜਾਂਦੇ ਵੀ ਜੇ ਕੋਈ ਮਿਸਿੰਗ ਹੋ ਗਿਆ ਤੇ ਜੀ ਤੁਹਾਨੂੰ ਪੇ ਕਰਾਂਗੇ ਉਹਨੀ ਵੈਲਿਊ ਜਿੰਨੀ ਤੁਸੀਂ ਡਿਕਲੇਅਰ ਕਰ ਰਹੇ ਹੋ ਪਰ ਹੁਣ 에어 ਕੈਨੇਡਾ ਨੇ ਮਨਾਂ ਕਰਤਾ ਕਹਿੰਦੇ ਵੀ ਨਹੀਂ ਏਸੀ ਤਾਂ ਤੁਹ ਤੋਂ ਐਕਸਟਰਾ ਚਾਰਜ ਹੀ ਨਹੀਂ ਕੀਤਾ ਇੰਸ਼ੋਰੈਂਸ ਲਈ ਤੇ ਉਹ ਉਹ ਹੁਣ ਕੋਰਟ 'ਚ ਉਹਨਾਂ ਨੇ ਕਾਫੀ ਇੰਟਰਸਟਿੰਗ ਕਾਫੀ ਕਾਫੀ ਇੰਟਰਸਟਿੰਗ ਜੀ ਸਟੋਰੀ ਹੈ ਇਸ ਚੀਜ਼ ਦੇ ਵਿੱਚ ਨਿਕਲ ਕੇ ਆ ਰਹੀ ਹੈ ਭਾਜੀ ਯਾ ਕਿਉਂਕਿ ਇੱਕ ਸਵਿਟਸ ਇਹਨਾਂ ਨੇ ਇਹ ਸਵਿਟਸ ਬੈਂਕ ਦਾ ਜਿਹੜਾ April 14 ਨੂੰ Brinks ਨੂੰ ਆਹ ਆਰਡਰ ਇਹਨਾਂ ਨੇ ਦਿੱਤਾ ਸੀ ਸਵਿਟਸ ਬੈਂਕਰ ਰੈਫੀਸਨ ਐਂਡ ਵੈਲ ਕੈਂਬੀ ਟੂ ਮੂਵ 400 ਕਿਲੋਗ੍ਰਾਮਸ ਆਫ ਗੋਲਡ ਐਂਡ 1.945 ਮਿਲੀਅਨ ਯੂ ਐਸ ਬਿਲਸ ਫ্রম ਜ਼ੂਰਿਕ ਟੂ ਟ੍ਰੋਨੋ ਤੇ ਉਹ ਇਹਨਾਂ ਨੂੰ ਇਹਨਾਂ ਨੇ ਕਿਹਾ ਫਿਰ ਇਹਨਾਂ ਨੇ ਉਹੀ ਚੀਜ਼ ਆ ਬਈ ਐਟ ਦੈਟ ਟਾਈਮ ਇਹਦੀ ਵੈਲਿਊ ਜਿਹੜੀ ਸਵਿਟਸ ਫ੍ਰੈਂਕ ਦੇ ਵਿੱਚ ਸੀਗੀ ਉਹ 13.2 ਮਿਲੀਅਨ ਸੀ ਉਹ ਕਿਤੇ ਆਪਣੇ ਕੈਨੇਡੀਅਨ ਆਲਮੋਸਟ 20 ਕਿ ਮਿਲੀਅਨ ਦੇ ਰੇਟ ਤੇ ਬਣ ਜਾਂਦੇ ਆ ਤੇ ਆ ਕਹਿੰਦੇ ਆ ਆਹ ਏਅਰ ਏਸੀ ਜਿਹੜੀ ਫਲਾਈਟ ਸੀ 에어 ਕੈਨੇਡਾ ਦੀ 881 ਦੇ ਵਿੱਚ ਜ਼ੂਰਕ ਤੋਂ ਡਿਪਾਰਟ ਹੋਇਆ ਤੇ ਇਹਨਾਂ ਨੇ ਲੋਡ ਕਰਤਾ ਕਾਰਗੋ ਉਹਦੇ ਵਿੱਚ ਤੇ ਇੱਕ ਵਜ ਕੇ 25 ਮਿੰਟ ਦੇ ਨੇੜੇ ਤੇੜੇ April 17 ਨੂੰ ਆਹ ਹੋ ਰੇ ਆਪਣੇ ਉੱਥੋਂ ਡਿਪਾਰਟ ਹੋਏ ਜ਼ੁਰੀਖ ਤੋਂ ਏਪ੍ਰਿਲ 17 ਨੂੰ ਆਪਣੇ ਪੀਅਰਸਨ ਤੇ 3:56 ਮਿੰਟ ਤੇ ਲੈਂਡ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਕਾਰਗੋ ਵਗੈਰਾ ਜਿਹੜੇ ਮੀ ਰਿਮੂਵ ਕਰਦੇ ਹੁੰਦੇ ਆ ਇਹਨਾਂ ਦੇ ਕਾਰਗੋ ਜਿਹੜੇ ਸਟਾਫ ਹੁੰਦਾ ਬੈਂਕ ਨੋਟਸ ਤੇ 골ਡ 바ਰਸ ਉੱਥੋਂ ਆਫਲੋਡ ਕਰਕੇ 20 ਮਿੰਟਾਂ ਦੇ ਵਿੱਚ ਵਿੱਚ ਇਹਨਾਂ ਨੇ 에ਅ ਕੈਨੇਡਾ ਸਟੋਰੇਜ ਫੈਸਿਲਿਟੀ ਦੇ ਵਿੱਚ ਜਮ੍ਹਾਂ ਕਰਾਤਾ ਸੀ ਪਰ ਉਹ ਕਹਿੰਦੇ ਵੀ ਜਿਹੜਾ ਉਹਨਾਂ ਨੇ ਕੇਸ ਬਣਾਇਆ ਬ੍ਰਿੰਕਸ ਨੇ ਹੁਣ ਲਾ ਸੂਟ 에ਅ ਕੈਨੇਡਾ ਤੇ ਉਹਨਾਂ ਨੇ ਕਿ ਕੋਈ ਵੀ ਸਿਕਿਉਰਿਟੀ ਪ੍ਰੋਟੋਕਾਲਸ ਪਲੇਸ ਵਰ ਨਾਟ ਇਨ ਪਲੇਸ ਯਾ ਚੀ ਵੀ ਐਨੀ ਐਨੀ ਵੈਲਿਊਏਬਲ ਚੀਜ਼ ਸੀਗੀ ਵੀ ਕਿਉਂ ਨਹੀਂ ਸਿਕਿਉਰਟੀ ਪ੍ਰੋਵਾਈਡ ਕੀਤੀ ਗਈ ਵੀ ਸੀਸੀਟੀ ਕੈਮਰਾ ਜਿੱਥੇ ਲੱਗੇ ਹੋਇਆ ਉੱਥੇ ਇਹਨੂੰ ਸਟੋਰ ਕਰੋ ਵੀ ਕੋਈ ਵੀ ਬੰਦਾ ਅੰਦਰ ਆ ਰਿਹਾ ਵਾ ਤਾਂ ਤੁਸੀਂ ਉਹਨੂੰ ਚੈੱਕ ਕਰੋ ਵੀ ਇਲੀਗਲ ਜਿਹੜਾ ਡੁਪਲੀਕੇਟ ਵੇ ਬਿਲ ਆ ਉਹਦੇ ਤੇ ਉਹ ਐਂਟਰੀ ਹਾਸਲ ਕਰ ਰਿਹਾ ਵੀ ਸਾਰੇ ਸਿਕਿਉਰਟੀ ਪ੍ਰੋਟੋਕਾਲ ਨੂੰ ਉਹ ਜਾਨੀ ਲੈਪਸ ਹੋਇਆ ਉੱਥੇ ਉਸ ਬੇਸ ਤੇ ਉਹਨਾਂ ਨੇ ਹੁਣ ਆਹ ਡਿਮਾਂਡ ਮੰਗੀ ਆ ਵੀ ਸਾਨੂੰ ਸਾਡਾ ਪੈਸਾ ਦੋ ਪਰ ਸੋ ਫਾਰ 에ਅ ਕੈਨੇਡਾ ਕਹ ਰਿਹਾ ਵੀ ਸਾਡੇ ਵੱਲੋਂ ਕੋਈ ਲੈਪਸ ਨਹੀਂ ਹੋਇਆ ਤੇ ਵੀ ਅਸੀਂ ਪ੍ਰੋਪਰ ਜਿਹੜਾ ਰੂਟੀਨ ਸੀ ਉਹ ਫਾਲੋ ਕੀਤਾ ਵਾ ਜੀ ਪਰ ਇਹ ਭਾਜੀ ਇਹ ਵੀ ਕੁਝ ਜ਼ਿਆਦਾ ਐਕਸਸ ਸਿਕਿਉਰਿਟੀ ਵਗੈਰਾ ਇੰਤਜ਼ਾਮ ਕਰਕੇ ਚੱਲਦੀ ਜਦੋਂ ਇਹ ਕੰਪਨੀ ਇਦਾਂ ਦੀ ਕੋਈ ਚੀਜ਼ਾਂ ਮੂਵ ਕਰਦੀ ਹੈ ਜਿਹੜੀਆਂ ਖੈਲੀ ਵੈਲਿਊਏਬਲ ਹੁੰਦੀਆਂ ਹਾਂ ਜੀ ਹਾਂ ਜੀ ਹੁੰਦੇ ਕਿਉਂਕਿ ਇਹਨਾਂ ਦੇ ਟਰੱਕਸ ਆ ਜਿਹੜੇ ਮੋਸਟਲੀ ਆਪਾਂ ਦੇਖਦੇ ਹੁੰਨੇ ਆ ਵੀ ਬਹੁਤ ਸੋਲਿਡ ਹੁੰਦੇ ਆ ਆਲਮੋਸਟ ਬੁਲੇਟ ਪ੍ਰੂਫ ਹੁੰਦੇ ਆ ਕਈ ਵਾਰ ਤਾਂ ਆਪਣੇ ਗ੍ਰੇਨੇਡ ਪ੍ਰੂਫ ਵੀ ਹੁਣ ਬਣਾਉਂਦੇ ਜੇ ਹੁਣ ਇਹਨਾਂ ਹੈਵੀ ਹੁੰਦਾ ਨਾ ਉਹ ਕੁਝ ਵੀ ਹੋਈਏ ਵੇ ਟਰੱਕ ਦੇ ਅੰਦਰ ਤੁਸੀਂ ਐਂਟਰ ਛੇਤੀ ਨਹੀਂ ਕਰ ਸਕਦੇ ਅਨਲੈਸੋ ਬੰਦੇ ਬਾ ਆਪ ਅੰਦਰ ਕੋਲ ਕੇ ਬਾਹਰ ਆ ਜਾਣ ਕਿਸੇ ਤਰੀਕੇ ਫਿਰ ਵੀ ਉਹ ਇਹਨਾਂ ਨੂੰ ਸਕੋਰਟ ਵੀ ਮਿਲਿਆ ਹੁੰਦਾ ਨਾਲ ਦੋ ਗੱਡੀਆਂ ਅੱਗੇ ਜਾ ਰਹੀਆਂ ਦੋ ਪਿੱਛੇ ਜਾ ਰਹੀਆਂ ਜੀ ਇੰਨੀ ਵੈਲਿਊਏਬਲ ਚੀਜ਼ ਜਾ ਰਹੀ ਆ ਰਾਈਟ ਤਾਂ ਕਰਕੇ ਉਹੀ ਹੋ ਗਿਆ ਉਹ ਉਹਨਾਂ ਨੂੰ ਉਹ ਉਹ ਵੀ ਲੱਗ ਰਿਹਾ ਵੀ ਜੇ 에어 ਕੈਨੇਡਾ 에어 ਕੈਨੇਡਾ ਨੂੰ ਕਾਰਬਨ ਨੂੰ ਕਿਉਂ ਨਹੀਂ ਲੱਗਿਆ ਵੀ ਹਾਂ ਬੰਦਾ ਕੱਲਾ ਇੱਕ 5 ਟਨ ਲੈ ਕੇ ਆ ਗਿਆ ਇੱਕ ਟਰੱਕ ਲੈ ਕੇ ਆ ਗਿਆ ਵੀ ਇੰਨੀ ਵੈਲਿਊਏਬਲ ਚੀਜ਼ ਆ ਇਹ ਥੋੜਾ ਜਿਹਾ ਡਿਊ ਡਿਲੀਜੈਂਸ ਹੋਰ ਕਰ ਲੈਂਦੇ ਹਾਂ ਹਾਂ ਕਿ ਕਿ ਹੁਣ ਜਾਂ ਤਾਂ ਉਹਨਾਂ ਨੂੰ ਪਤਾ ਨਾ ਜਾਂ ਤਾਂ ਇਦਾਂ ਹੋਊਗਾ ਕਿ ਉਹਨਾਂ ਨੂੰ ਪਤਾ ਜਾਂ ਤਾਂ ਉਹਨਾਂ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਜਾਂ ਨਹੀਂ ਪਤਾ ਸੀ ਆ ਰਾਈਟ ਕਿ ਜਿਹੜਾ ਬੰਦਾ ਲੋਡ ਕਰ ਰਿਹਾ ਉਹਨੂੰ ਪਤਾ ਹੀ ਨਹੀਂ ਕਿ ਇਹ ਚ 골ਡ ਆ ਤੇ ਇਹ ਸਾਰਾ ਕੁਝ ਚੀਜ਼ਾਂ ਹੈਗੀਆਂ ਰਾਈਟ ਮੋਸਟਲੀ ਵੈਸੇ ਅਵੇਲੇਬਲ ਤੇ ਜਿਵੇਂ ਹੁਣ ਜਿਹੜੀ ਹਾਈ ਵੈਲਿਊਏਬਲ ਹੈਗੀ ਆ ਉਹਦੇ ਤੇ ਲਿਖਿਆ ਤਾਂ ਹੁੰਦਾ ਵਾ ਵੀ ਹਾਂ ਇਹਦੇ ਵਿੱਚ ਵੈਲਿਊ ਕਿੰਨੀ ਆ ਕਿੰਨੀ ਨਹੀਂ ਹਨਾ ਪਰ ਉਹਨਾਂ ਉਹੀ ਆ ਵੀ ਜਦੋਂ ਉਹਨਾਂ ਨੇ ਅੰਦਰ ਇਨਸਾਈਡ ਜੌਬ ਹੈਗੀ ਆ ਉਹਨਾਂ ਨੂੰ ਉਹਨੂੰ ਰੂਟੀਨ ਜੌਬ ਸ਼ੋ ਕਰਤਾ ਬਈ ਹਾਂ ਟਰੱਕ ਲੱਗੇ ਉਸ ਤੋਂ ਲੋਡ ਕਰਤਾ ਸਾਨੂੰ ਕੀ ਪਤਾ ਅੰਦਰ ਹਣਾ ਪਰ ਜਿੱਤੋਂ ਪੰਗਾ ਪਿਆ ਉਹ ਆ ਵੀ ਜਿਹੜੇ ਇੱਕ ਤਾਂ ਉਹ ਅਮਰੀਕਾ ਚਲੋ ਇਨਵੈਸਟੀਗੇਸ਼ਨ ਚ ਚੱਲੀ ਰਹੀ ਸੀਗੀ ਪਰ ਜਿਹੜਾ ਅਮਰੀਕਾ ਬੰਦਾ ਫੜਿਆ ਗਿਆ ਫਿਰ ਇਹਨਾਂ ਨੇ ਜੌਬਸ ਵਗੈਰਾ ਛੱਡਤੀਆਂ ਉੱਥੋਂ ਸ਼ੱਕ ਪੈ ਜਾਂਦਾ ਨਾ ਸਿੱਧਾ ਵੀ ਆਲ ਆਫ ਅ ਸਰਟਨ ਨਿਊ ਦੀ ਜੌਬ ਬੰਦਾ ਕੌਣ ਛੱਡਦਾ ਹੈ ਕੈਨੇਡਾ ਦੀ ਰਾਈਟ ਤੇ ਉੱਥੋਂ ਗੱਲ ਕਰਦੇ ਕਰਦੇ ਅੱਗੇ ਪਹੁੰਚੇ ਹੁਣ ਦੇਖੋ ਇਹਨਾਂ ਦਾ ਕੀ ਬੰਦਾ ਚੱਲ ਰਿਹਾ ਲਾ ਸੂਟ ਇਹਨਾਂ ਨੂੰ ਪੈਸੇ ਮਿਲਦੇ ਪਰ ਸੋ ਫਾਰਟਾ ਇਹ ਜਿਹੜੇ ਕੁਸ਼ਚ ਮੇਰੇ ਖਿਆਲ ਨਾਲ ਸਿਰਫ 90 ਹਜ਼ਾਰ ਦਾ ਤੁਸੀਂ ਕਹਿ ਰਹੇ ਹੋ ਹਾਂਜੀ 90 90 ਹਜ਼ਾਰ ਦਾ ਰਿਕਵਰ ਹੋਇਆ ਉਸ ਤੋਂ ਬਾਅਦ ਪੈਸੇ ਮਿਲਦਾ ਤਾਂ ਥੋੜੇ ਮੋਟੇ ਨੇ ਦੱਸੀ ਸੀ ਵੀ ਕਿੰਨੇ ਕੁ ਪੈਸੇ ਵੀ ਰਿਕਵਰ ਹੋਇਆ ਪਰ ਜਿਹੜਾ 골 ਹੈਗਾ ਉਹ 90 ਕਿ ਹਜ਼ਾਰ ਦਾ ਜਿਹੜਾ ਇਨ ਸ਼ੇਪਸ ਆਫ ਬੈਂਗਲ ਜਿਹੜਾ ਤੁਸੀਂ ਕਹਿ ਸਕਦੇ ਆ ਉਹੀ ਜਿਹੜਾ ਰਿਕਵਰ ਹੋਇਆ ਉਸ ਤੋਂ ਇਲਾਵਾ ਹਜੇ ਵੀ ਜਾਣੀ ਇੱਕ ਕਿਸਮ ਦੀ ਨਾ ਦਾਤ ਦੇਣ ਵਾਲੀ ਗੱਲ ਹੀ ਹੈ ਵੀ ਜਿਹੜਾ ਇੰਨਾ ਜ਼ਿਆਦਾ ਸੋਨਾ 400 ਕਿਲੋ 400 ਕਿਲੋ ਇੰਨਾ ਗਾਇਬ ਹੋਇਆ ਰਹਿਣਾ ਹਜੇ ਵੀ ਇਹਨਾਂ ਨੇ ਨਹੀਂ ਛੇਤੀ ਕਿੱਥੇ ਛੇਤੀ ਤਾਂ ਨਹੀਂ ਚਲ ਸਾਲ ਤਾਂ ਹੋ ਪੁਲਿਸ ਦੀ ਨਜ਼ਰਾਂ ਤੋਂ ਬਚ ਬਚ ਕੇ ਕਿੱਥੇ ਗਾਇਬ ਕਰਤਾ ਜਿਹੜਾ ਹੇ ਤੱਕ ਮਿਲਿਆ ਹੀ ਨਹੀਂ ਹੈ ਨਾ ਜੀ ਮਨੀ ਹਾਈਸ ਦਾ ਵੀ ਆਈ ਥਿੰਕ ਹੈ ਨਾ ਭਾਈ ਦੇਖ ਦੂਸਰਾ ਕਪਾਰਟ ਹੈਗਾ ਜਿਹਦੇ ਵਿੱਚ ਉਹ 골ਡ ਦੀ ਹੀ ਚੋਰੀ ਦਿਖਾਉਂਦੇ ਆ ਬਸ ਆਹੀ ਹੈ ਫਿਰ ਪਰ ਉਹਨਾਂ ਨੇ ਮੈਲਟ ਕੀਤਾ ਪਰ ਪਰ ਉਹਨਾਂ ਨੇ ਤਾਂ ਅੰਦਰੋਂ ਹੀ ਮੈਲਟ ਕਰਕੇ ਬਾਹਰ ਕੱਢਿਆ ਸੀ ਪਰ ਇਹ ਤਾਂ ਆਇਆ ਕਿ ਉਹੀ ਚੱਕ ਕੇ ਲੈ ਗਏ ਉਹੀ ਚੱਕ ਕੇ ਲੈ ਗਏ ਨਾ ਮੈਨੂੰ ਲੱਗਦਾ ਇਹਨਾਂ ਨੇ ਸਾਰਿਆਂ ਨੇ ਬੈਠ ਕੇ ਮੂਵੀ ਦੇਖੀ ਫਿਰ ਡਿਸਾਈਡ ਕੀਤਾ ਵੀ ਆਪ ਐਂ ਕਰਨਾ ਹਾਂਜੀ 6401 ਕੀ ਆਨ ਯਰ ਰੂਮ ਸਾਰੀ ਸਬਸਕ੍ਰਾਈਬ ਰੱਖੋ ਜੀ ਰੈਡੀ ਆਪਾਂ ਕਿਉਂਟੀ ਦੀ ਗੱਲ ਕਰਦੇ ਆ ਮੇਰੇ ਖਿਆਲ ਨਾਲ ਕੋਈ ਖਾਸ ਕਿਉਂਟੀ ਨਹੀਂ ਹੁੰਦੀ ਮੈਂ ਦੋ ਲੋਨ ਲਾਇਆ ਇਥੋਂ ਬ੍ਰਾਈਲੈਂਡ ਚਾਕੇ ਸਾਡੇ ਚਾਂਦੀ ਦੇ ਉਹ ਯਾਨੀ 44 ਤੋਂ ਲਾਇਆ ਸੀ ਯਾਰ ਤੇ ਦੋਵੇਂ ਵਾਰੀ ਸਾਡੇ ਨਾਲ ਦੋ ਬੰਦੇ ਸੀ ਮੇਰੇ ਨਾਲ ਉਹਨਾਂ ਕੋ ਆਪਣਾ ਲੋਰ ਵੀ ਵੱਖਰਾ ਜਾਨੀ ਕਿ 100 300 ਦੇ ਨਾਲ ਜਾਂਦਾ ਵੀ ਦੇਖੋ ਕੁਝ ਨਹੀਂ ਹੈ ਗੱਲ ਨਹੀਂ ਹੈ ਤੇ ਆਈ ਨਾਰਮਲੀ ਸੱਤਿਆਂ ਦੂਸਰੀ ਵਾਰੀ ਫੇਰ ਇਦਾਂ ਹੀ ਮੋਤਵਾਰ ਮੈਂ ਨਾ ਕਰ ਦਿੰਦਾ ਯਾਰ ਮਹਿੰਗਾ ਬਹੁਤ ਹੈ ਮੈਂ ਤਾਂ ਉਹਦੀਆਂ ਜੀਰੋਂਾ ਘਣਾਈਆਂ ਕਈਆਂ ਬੰਦੇ ਹੋਏ ਦੀ ਕਾਫੀ ਬਹੁਤ ਯਾਰੀਆਂ ਜਾਂਦੀਆਂ ਨਾ ਇਹ ਲੋਕ ਅਧਿਆਹੀ ਮਰ ਕੋ ਕਾਫੀ ਉਹ ਮੈਂ ਯਾਰ ਕਿੰਨਾ ਬਣਦਾ ਨਾ ਦੇਖੇ ਜਾ ਕੇ ਲਾਉਣੇ ਨੇ ਉੱਥੇ ਬੱਬੀ ਉਹ ਤੜਕੇ ਬੰਦੇ ਆਉਂਦੇ ਆਂਗੇ ਜਾਂ ਸ਼ਰੇਆ ਬਾਜ਼ਾਰ ਦੇ ਵਿੱਚ ਮੈਂ ਲਾਇਆ ਦੋਵੇਂ ਵਾਰੀ ਇੱਕੋ ਬਰਿੰਕ ਵਾਲਿਆਂ ਕੋ ਉਹਨਾਂ ਕੋ ਤਾਂ ਆਟੋ ਮੋਟਰ ਵੀ ਹੈ ਨਹੀਂ ਉਹ ਬਾਹਰੋਂ ਖਿੱਚਦੇ ਹੀ ਅੰਦਰੋਂ ਪੰਪ ਚੱਕਣਾ ਬਾਹਰ ਲਿਆ ਆਗੇ ਤੇ ਆਈ ਕੋ ਟਰਾਂਟੋ ਵੇਰ ਕੋ ਹਾਂ ਜੀ ਯਾ ਉਹ ਕਿਹੜੀ ਆਣੀ ਵਰਾ ਆ ਮੇਰੇ ਖਿਆਲ ਮੋਸਟਲੀ ਜਿਹੜਾ ਜਿਹੜਾ ਆਪਣਾ ਇਹਨਾਂ ਦਾ ਬ੍ਰਿਟੇਨੀਆ ਰੋਡ ਤੇ ਹੈ ਮੈਨੂੰ ਲੱਗਦਾ ਹਨਾ 에어 ਕੈਨੇਡਾ ਦਾ 에어 ਕੈਨੇਡਾ ਦਾ ਨਹੀਂ 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 ਉਹ ਪਤਾ ਨਹੀਂ ਸੀ ਕਿਹਦਾ ਸੀ ਯਾਨੀ ਕਿ ਯੱਕ 에어ਪੋਰਟ ਰੋਸਟ ਰਾਈਟ ਅਮਰੀਕਨ ਤੇ ਲੱਗੇ ਜੇ ਉੱਥੇ ਹੀ ਹੀ ਗਦੇ ਨਾਲ ਹੀ ਠੀਕ ਹੈ ਨਾ ਅਮਰੀਕਨ ਤੇ ਹੋਣਾ ਕੋਈ ਠੀਕ ਹੈ ਹਾਂ ਜੀ ਹਾਂ ਜੀ ਉੱਥੇ ਹੈਗੀ ਸਰ 에어ਲਾਈਨਸ ਦੇ ਉੱਤੇ ਬਣੇ ਹੋਏ ਹਨ ਹਾਂ 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 ਲੱਗਦਾ ਉਹ ਕੁਝ ਨਹੀਂ ਮੈਨੂੰ ਦਿਖਦਾ ਮੈਨੂੰ ਜਰਾ ਅਸੀਂ ਵਕਤ ਪਰੇ ਦੋ ਜਣੇ ਗਏ ਆ ਤੇ ਰਾਤ ਨੂੰ ਸਾਲ ਛੱਡ ਕੇ ਚੱਲ ਗਏ ਦੂਜੀ ਵਾਰੀ ਤੇ ਮੈਂ ਇਕੱਲਾ ਹੀ ਸੀ ਤੇ ਉਹ ਮੈਨੂੰ ਪੁੱਛਣ ਨੂੰ ਕਿੱਥੇ ਆ ਮੈਂ ਕਿਹਾ ਯਾਰ ਮੈਂ ਉਹਨੂੰ ਮੈਸੇਜ ਕਰਦਾ ਰਹਾ ਮੈਂ ਕਿਹਾ ਕਿ ਵੀ ਇਹ ਤਾਂ ਪਤਾ ਨਹੀਂ ਸਿਕਿਉਰਟੀ ਵਾਲੇ ਨਾਲ ਰਲ ਕੇ ਨਾਲ ਆਣਾ ਜੀ ਮੈਂ ਕਿਹਾ ਉਹ ਮੈਸੇਜ ਹੀ ਕਰ ਮੈਨੂੰ ਉਹ ਆ ਵੀ ਮੈਂ ਤੈਨੂੰ ਦੱਸਣਾ ਇਹ ਕਿੱਥੇ ਹੋਣ ਦੀ ਤੂੰ ਖੜਾ ਠੀਕ ਹੈ ਜੋ ਹੈਗਾ ਠੀਕ ਹੈ ਨਾ ਜੀ ਜੀ ਇਹ ਇਹ ਚਲੋ ਇਹ ਗੱਲ ਤਾਂ ਹੋ ਗਈ ਜੇ ਇੱਕ ਗੱਲ ਮੈਨੂੰ ਦੱਸੋ ਵੀ ਹੁੰਦੀ ਤੁਸੀਂ ਆ ਜੇ ਬੰਦਾ ਜੇ ਉਪਰ ਦੇ ਵਿੱਚ ਕਾਰ ਚਲਾਉਣਾ ਉਹਨੂੰ ਕਾਰ ਗੱਡੀ ਜੜੀ ਨਵੀਂ ਲੈਣੀ ਚਾਹੀਦੀ ਆ ਜਾਂ ਜੇ ਦਾ ਪੱਗੇ ਤਾਂ ਗੱਲਾਂ ਕਰਦੇ ਦੀ ਕੈਸ਼ ਤੇ ਤਾਂ ਜਿਹੜੀ ਕੋ ਪੁਰਾਣੀ 4 ਸਾਲ ਪੁਰਾਣੀ ਲੈਣੀ ਚਾਹੀਦੀ ਆ ਉਪਰ ਤੇ ਜੀ ਜੇ ਉਪਰ ਤੇ ਚਲਾਉਣ ਨੂੰ ਹਾਂ ਜੇ ਵੀ ਉਪਰ ਤੇ ਗੱਡੀ ਚਲਾਉਣੀ ਆ ਤੇ ਉਹ ਵੀ ਆਪਾਂ ਨੂੰ ਜਿੱਤਾ 400 ਪੁਰਾਣੀ ਲੈ ਕੇ ਕੋਈ ਮਰਹਸਾਣਾ ਸੈਂਸ ਨਹੀਂ ਪੰਡਦੀ ਨਾ ਪਰ ਮੇਰੇ ਹਿਸਾਬ ਨਾਲ ਜੇ ਤੁਸੀਂ ਕੈਸ਼ ਲੈਣੀ ਹੈ ਨਾ ਭਾਜੀ ਕਈ ਵਾਰ ਜਿਹੜੀਆਂ ਲੀਜ਼ਰ ਦੀਆਂ ਰਿਟਰਨ ਗੱਡੀਆਂ ਆਉਂਦੀਆਂ ਨੇ ਜਿਹੜੀ ਲੀਜ਼ ਕੀਤੀ ਹੁੰਦੀ ਆ ਇਕ ਤੋਂ ਦੀ ਕਿਲੋਮੀਟਰ ਲਿਮਟਿਡ ਹੁੰਦੇ ਨੇ ਇੱਕ ਉਹ ਆਏ ਕਿ ਜਿਹੜੀ ਗੱਡੀ ਦੀ ਵੈਲਿਊ ਲਾਸਟ ਹੁੰਦੀ ਹੈ ਨਾ ਪਹਿਲੇ 3-4 ਸਾਲਾਂ ਚ ਹੋ ਜਾਂਦੀ ਹੈ ਮੈਕਸਿਮਮ ਵੈਲਿਊ ਲਾਸਟ ਰਾਈਟ ਸੋ ਆਈ ਥਿੰਕ ਉਹ ਉਸ ਪੀਰੀਅਡ ਦੇ ਵਿੱਚ ਤੁਸੀਂ ਗੱਡੀ ਬਾਏ ਕਰਦੇ ਕਿਲੋਮੀਟਰ ਵੀ ਠੀਕ ਠਾਕ ਤੁਹਾਨੂੰ ਮਿਲ ਜਾਂਦੇ ਨੇ ਗੱਡੀ ਵੀ ਉਹਦੀ ਆਪਣੀ ਜਿਹੜੀ ਸਹੀ ਜੀ ਕੀਮਤ ਤੇ ਮਿਲ ਜਾਂਦੀ ਹੈ ਪਰ ਕਿਲੋਮੀਟਰ ਦੇ ਬਹੁਤ ਚੱਲ ਰਹੇ ਧੰਦੇ ਚੱਲ ਰਹੇ ਹਨ ਉਹ ਵੀ ਸਾਨੂੰ ਸਹੀ ਨਹੀਂ ਮਿਲਦੇ ਜੀ ਪਰ ਤੁਸੀਂ ਓਨਰ ਜੇ ਜੇ ਕਿਤੇ ਓਨਰ ਪਤਾ ਕਰ ਸਕੋਗੇ ਕਿ ਕਿਧਰੋਂ ਰਿਟਰਨ ਆਈ ਹੈ ਹਨਾ ਕਿ ਕੌਣ ਦਾ ਪ੍ਰੀਵੀਅਸ ਓਨਰ ਸੀ ਪਤਾ ਕਰਕੇ ਉੱਥੋਂ ਪਤਾ ਪਤਾ ਲੱਗ ਸਾਰਾ ਕੁਝ ਪਤਾ ਕਰਨਾ ਚਾਹੀਦਾ ਜੀ ਅੱਜ ਕੱਲ ਤਾਂ ਮੈਂ ਅੱਗੇ ਵੀ ਕਿਹਾ ਸ਼ੋਅ ਦੇ ਉੱਤੇ ਵੀ ਬਈ ਜਿਹੜੇ ਗੈਜਟਸ ਆ ਗਏ ਭਾਈ ਹੁਣ ਤਾਂ ਜਿਵੇਂ ਅੱਗੇ ਆਪਣੇ ਐਨਾਲੌਗ ਹੁੰਦੇ ਸੀ ਸਪੀਡੋਮੀਟਰਸ ਰਾਈਟ ਹੁਣ ਤਾਂ ਡਿਜੀਟਲ ਲੱਗੇ ਆ ਉਹ ਕਹਿੰਦੇ ਉਹ ਡਿਜੀਟਲ ਵੀ ਲੀਜ਼ ਤੇ ਗੱਡੀਆਂ ਬੰਦੇ ਲੈ ਲੈਂਦੇ ਜਿਹੜੀ ਖਾਸ ਕਰਕੇ ਹਾਈ ਐਂਡ ਹੈਗੀਆਂ ਜੀ ਉਹਨਾਂ ਦੇ ਉਹ ਬੰਦ ਕਰ ਜੀ ਦਬੀ ਫਿਰਦੇ ਆ ਫਿਰ <li>ਤੇ ਕਿਉਂਕਿ <li>ਤੇ ਲਿਮਟਿਡ ਹੁੰਦਾ ਫਿਰ ਉਹਦੋਂ ਬਾਅਦ ਜਦੋਂ ਵਾਪਸ ਕਰਨੀ ਹੁੰਦੀ ਹੈ ਉਹਨੂੰ <li>ਨ <li>ਕਰਵਾ ਦਿੰਦੇ ਆ ਓਕੇ ਤੇ ਬਹੁਤ ਕੁਝ ਚੱਲ ਰਿਹਾ ਜੀ ਤੇ ਆਪ ਦਾ ਦੇਖ ਕੇ ਪੂਰਾ ਕੋਈ ਤਸੱਲੀ ਵਾਲੀ ਜਗ੍ਹਾ ਤੋਂ ਹੀ ਲਏ ਹਾਂ ਜੀ ਹਾਂ ਜੀ ਪਰ ਜਿਹੜੀਆਂ ਜਿਹੜੀ ਆਂਗਰੀਜ ਉਹ ਵੀ ਆਪਾਂ ਨੂੰ ਆਂਗਰੀਜ ਵਾਲੀਆਂ ਜਿਹੜੀਆਂ ਹੁੰਦੀਆਂ ਉਹ ਵੀ ਇੰਦਾ ਡਾਇਰੈਕਟ ਆਪਾਂ ਨੂੰ ਮਿਲ ਜੀ ਆਂਗੇ ਉਹ ਫਿਰ ਵੀ ਉਹ ਪ੍ਰਾਈਸ ਤੋਂ ਉਹ ਬੰਦੇ ਉਹ ਵੀ ਜਾਦੀ ਲਾਉਂਦੇ ਨੇ ਡੀਲਰ ਕੋਲੋਂ ਨਹੀਂ ਲੈਣੇ ਆ ਉਹ ਡਰੈਗਟ ਤਾਂ ਕੋਲੋਂ ਮਿਲਦੀ ਨਹੀਂ ਨਾ ਜਿਹੜੀ ਆਰਨਿੰਗ ਦੀਆਂ ਜਾਂ ਕੋਈ ਹੁਣ ਜਾਂ ਤਾਂ ਫਿਰ ਆਕਸ਼ਨ ਤੇ ਜਾਣਾ ਪੈਣਾ ਤੁਹਾਨੂੰ ਆਪਣੇ ਜਿਹੜੇ ਮੈਲਟਨ ਹੈਗੀ ਆਕਸ਼ਨ ਹੁੰਦੀ ਪਰ ਉੱਥੇ ਤੁਸੀਂ ਜਾਂਚ ਸਕਦੇ ਥੋੜਾ ਕੋ ਲਾਇਸੈਂਸ ਨਹੀਂ ਹੈਗਾ ਤੇ ਉਹ ਆਰਡਰ ਆਟੋ ਡੀਲਰ ਦਾ ਲਾਇਸੈਂਸ ਕੋਈ ਕੋਈ ਮੁੰਡਾ ਜੇ ਜੇ ਕੋਈ ਜਾਣਦਾ ਯਾਰ ਦੋਸਤ ਉਹਨੂੰ ਨਾਲ ਲੈ ਜਾਓ ਉਹਨੂੰ ਕਹਿੰਦੇ 500 ਡਾਲਰ ਲੈ ਲਈਂ ਭਰਾਵਾ ਤੇ ਮੈਨੂੰ ਗੱਡੀ ਦਵਾ ਦੇ ਬਸ ਤੇ ਉੱਥੇ ਜਾ ਕੇ ਦੇਖ ਕੇ ਲੈ ਲਓ ਇਸ ਤੱਕ ਆ ਗਿਆ ਕਰਦੇ ਸਾਰੇ ਲੈ ਲੰਗੇ ਸੀ ਆ ਕੇ ਆਏ ਹਾਂ ਨਾ ਜੀ ਤੇ ਅੱਜਕੱਲ ਪਰ ਕੋਈ ਜਾਂਦਾ ਨਹੀਂ ਲੱਗਦਾ ਮੈਂ ਆਪਦਾ ਬਿਜ਼ਨਸ ਤਾਂ ਲੂਸ ਕਰਨਾ ਜੀ ਹੂੰ ਉਹ ਤੋਂ ਗੱਡੀਆਂ ਵਧੀਆਂ ਮਿਲ ਜਾਂਦੀਆਂ ਵੈਸੇ ਸਿੱਧਾ ਜੀ ਆਪਸ਼ਨ ਤੇ ਜਾ ਕੇ ਲੈਣੇ ਆਪਾਂ ਠੀਕ ਲੱਗਦੀ ਹੈ ਜੀ ਹਾਂ ਜੀ ਕਿ ਕਈ ਵਾਰ ਓਕੇ ਭਾਈ ਥੈਂਕ ਯੂ ਪਰ ਕਈ ਵਾਰ ਭਾਜੀ ਇਦਾਂ ਵੀ ਹੈਗਾ ਕਿ ਜਦੋਂ ਮੈਂ ਲਈ ਸੀ ਮੇਰੀ ਮੇਰੀ ਗੱਡੀ ਇਦਾਂ ਹੀ ਸੀਗੀ ਹਾਂ ਜੀ ਲੈਣੀ ਕਰੀਂਗਾ ਹਾਂ ਜੀ 0146 ਤੁਸੀਂ ਹੋ ਰਹੇ ਨੂੰ ਜੀ ਹਾਂ ਜੀ ਭਾਈ ਇਸ ਤਰੀਕਾ ਉਸ ਤਰੀਕਾ ਜੀ ਕੀ ਹਾਲ ਹੈ ਬਹੁਤ ਵਧੀਆ ਵਧੀਆ ਭਾਈ ਆ ਜਿਹੜੀ ਐਸ ਤਰੀਕਾ ਹਾਈਸਟ ਵਾਲੀ ਗੱਲ ਸੀ ਮੈਂ ਵੀ ਅਦੇ ਵਾਰੀ ਗੱਲਬਾਤ ਕਰਨੀ ਆ ਜੀ ਹਾਂ ਜੀ ਆ ਪਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਹੈ ਕਿ ਕਿ ਮਤਲਬ ਇਹ ਲਾਸਟ ਅਪ੍ਰੈਲ ਦੀ ਹੋਈ ਹੋਈ ਸੀ ਉਸ ਤੋਂ ਬਾਅਦ ਲਾਈਕ ਪੁਲਿਸ ਨੇ ਘੱਟੋ-ਘੱਟ ਹੋਰ ਨਹੀਂ ਤਾਂ ਘੱਟੋ-ਘੱਟ ਜਿਹੜੇ ਏਮਪਲੋਈ ਸੀ ਇਹ ਉਹਨਾਂ ਨੂੰ ਤਾਂ ਲੈ ਆ ਕੇ ਮਤਲਬ ਵੀ ਪੁੱਛਗਿੱਛ ਕੀਤੀ ਜਾ ਸਕਦੀ ਸੀ ਉਹਨਾਂ ਸਾਲ ਤੱਕ ਉਹਨਾਂ ਦਾ ਕੁਝ ਵੀ ਨਹੀਂ ਹੋਇਆ ਹੈਗਾ ਤੇ ਹੁਣ ਵੀ ਇਹ ਪਰ ਜਿਹੜੀ ਰਿਪੋਰਟ ਮੈਂ ਸੁਣੀ ਹੈ ਕਿ ਆ ਬੀ ਜਿਹੜਾ ਉਹ ਸਾਰੇ ਯੂਐਸ ਤੋਂ ਫੜੇ ਗਏ ਸੀ ਐਂਡ ਯੂਐਸ ਤੋਂ ਵੀ ਫੜੇ ਗਏ ਸੀ ਕਿ ਜਿਹੜੀ 골ਡ ਤੋਂ ਸਾਰੀ ਇਨਵੈਸਟਮੈਂਟ ਖਾ ਕੇ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਇਹਨਾਂ ਦਾ ਪ੍ਰੋਜੈਕਟ ਸੀਗਾ ਗੰਸ ਦੇ ਵਿੱਚ ਉਹ ਲੈਵਲ ਤੱਕ ਪਹੁੰਚ ਚੁੱਕੇ ਹੋਏ ਸੀਗੇ ਅੱਛਾ ਸੋ ਹਾਂ ਹੁਣ ਆ ਜਿਹੜਾ ਐਕਚੁਅਲੀ ਜਿਹੜਾ ਗੰਸ ਵਾਲਾ ਫੜਿਆ ਗਿਆ ਉਹ ਇਸੇ ਕਰਕੇ ਸੀਗਾ ਵੀ ਜਿਹੜੀ ਉਹ ਮਨੀ ਉਹ ਤੋਂ ਉਹਨੇ 골ਡ ਤੋਂ ਬਣਾ ਲਈ ਸੀ ਹੁਣ ਉਹ ਖਾਂ ਜਾ ਕੇ ਇਹਨਾਂ ਨੇ ਸਮਗਲਿੰਗ ਦੇ ਵਿੱਚ ਉਹ ਪੈਸਾ ਯੂਜ਼ ਕੀਤਾ ਸੀ ਉੱਥੇ ਫੜੇ ਗਏ ਨੇ ਉਹ ਲਫਰੇ ਹੀ ਸੀ। ਹਮ। ਸੋ ਕੁਸ਼ਨ ਇਹ ਹੁੰਦਾ ਵੀ ਸਾਫ ਫਿਰ ਪੁਲਿਸ ਨੇ ਕੀਤਾ ਕੀ ਹੈਗਾ ਨਹੀਂ ਕਟੋਟ ਹੁਣ ਐਮਪਲੋਈਜ਼ ਇਸ ਜੁੜੇ ਸੀਗੇ ਜਾਂ ਉਹ ਸੀਗੇ ਜਾਂ ਉਹਨਾਂ ਤੋਂ ਕੋਈ ਲੀਡ ਮਿਲ ਸਕੀ ਅਸੀਂ ਪਰ ਉਸ ਦੇ ਵਿੱਚ ਕੁਝ ਨਹੀਂ ਕੀਤਾ ਹੋਇਆ ਹੁਣ ਰਿਅਲਿਟੀ ਦੇਖਿਆ ਜਾਵੇ ਤੇ ਯੂਐਸ ਤੋਂ ਜਿਹੜੀਆਂ ਉਹ ਗੰਸ ਤੋਂ ਫੜੇ ਗਏ ਹੈਗੇ ਇੱਥੇ ਕੋਲਸ ਤੇ ਤਾਂ ਕੋਈ ਲੀਡ ਨਹੀਂ ਹੈਗੀ। ਜੀ। ਹਾਂ ਜੀ ਉਸ ਸਾਹ ਦੀ ਇਹ ਗੱਲ ਤੋਂ ਦੂਜੀ ਗੱਲ ਦੂਜੀ ਗੱਲ ਜਿਹੜੀ ਆ ਬੜੀ ਹੈਰਾਨੀ ਵਾਲੀ ਮੈਨੂੰ ਲੱਗਦੀ ਹੈਗੀ ਆ ਕਿ ਤੁਹਾਡੇ ਕੋਲ ਜਿਹੜਾ ਉਹ ਜਿਹੜਾ ਸ਼ਿਪੀ ਬਿਲ ਆਫ ਲੀਡਿੰਗ ਫਿਗਰ ਜੀ ਜਿਹਦੇ ਨਾਲ ਉਹ ਐਂਟਰ ਹੋਇਆ ਹੈਗਾ ਉਹ ਇੱਕ ਦਿਨ ਪੁਰਾਣਾ ਸੀਗਾ ਜੀ ਤੇ ਸਕਿਉਰਟੀ ਵਾਲੇ ਇਹਨੂੰ ਅੰਦਰ ਕਿੱਦਾਂ ਪੜਨ ਦਿੱਤਾ ਤੇ ਇਹਨਾਂ ਨੇ ਸਕਿਉਰਟੀ ਵਾਲਾ ਛੱਡ ਕਿੱਦਾਂ ਦਿੱਤਾ ਐਗਜ਼ੈਕਟਲੀ ਯਾ ਹਜੇ ਵੀ ਕਹੀ ਹੈ ਜੇ ਅਨਸਰ ਕੁਐਸਚਨ ਹੈਗੇ ਆ ਜੀ ਜਿਹੜੇ ਹਜੇ ਆਪਾਂ ਨੂੰ ਅੱਗੇ ਜਾ ਕੇ ਪਤਾ ਲੱਗਣਗੇ ਪਰ ਹੁਣ ਇਹਨਾਂ ਨੂੰ ਐਕਸਕਿਊਜ਼ ਮਿਲ ਗਿਆ ਅੱਜਕੱਲ ਆਪਣੇ ਜਿਹੜਾ ਪੁਲਿਸ ਡਿਪਾਰਟਮੈਂਟ ਆ ਉਹ ਕਹਿੰਦੇ ਕਿ ਕਿਉਂਕਿ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਤਾ ਵੀ ਹੁਣ ਸਾਡੇ ਤੇ ਇੰਬਾਰਗੋ ਲੱਗਿਆ ਹੋਇਆ ਵੀ ਇਹ ਆ ਕੇਸ ਦੇ ਉੱਤੇ ਅਸੀਂ ਹੋਰ ਕੁਝ ਫਰਦਰ ਨਹੀਂ ਡਿਸਕਸ ਕਰ ਸਕਦੇ ਜਿੰਨਾ ਚਿਰ ਕੋਰਟ ਦਾ ਫੈਸਲਾ ਨਹੀਂ ਆਉਂਦਾ ਜੀ ਤੇ ਹੁਣ ਆਪਾਂ ਨੂੰ ਉਹ ਅੰਦਰਲੀ ਗੱਲਾਂ ਤਾਂ ਜਦੋਂ ਇੱਕਦਮ ਸਜਾ ਵਗੈਰਾ ਇਹਨਾਂ ਨੂੰ ਹੋਈ ਉਦੋਂ ਹੀ ਪਤਾ ਲੱਗੇਗਾ ਹੁਣ ਨਹੀਂ ਪਰ ਹੁਣ ਉਹ ਆਣਾ ਨਿਕਲ ਨਹੀਂ ਆ ਕਿੱਥੋਂ ਹੈਗੀਆਂ ਜਿਹੜੀਆਂ ਆਲਰੇਡੀ ਜਿਹੜਾ ਕੋਲਡ ਦੀ ਜਿਹੜੀ ਪ੍ਰਸੀਡਸ ਨੇ ਉਹ ਤੇ ਹੁਣ ਨੈਕਸਟ ਵੈਂਚਰਸ ਤੱਕ ਗੱਲ ਪਹੁੰਚ ਚੁੱਕੀ ਹੋਈ ਸੀ ਪਿੱਛੇ ਤਾਂ ਨਿਕਲ ਨਹੀਂ ਕੁਝ ਨਹੀਂ ਯਾ ਸਹੀ ਹੈ ਐਸਪੈਸ਼ਲੀ ਜਿ ਇਹਨਾਂ ਨੇ ਮੈਲਟ ਵਗੈਰਾ ਕਰਕੇ ਅੱਗੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਵੇਚ ਕੇ ਖਾ ਖਾਲਾ ਸਾਰਾ ਤੇ ਹੁਣ ਨੈਕਸਟ ਪ੍ਰੋਜੈਕਟ ਤੇ ਜਾ ਰਹੀ ਸੀ ਹੈ ਦਾ ਫੁੱਲ ਫਲੈਜ ਜਿਵੇਂ ਉਹ ਕਿਡਨ ਫਾਸਟ ਐਂਡ ਫਿਊਰੀਸ ਵਾਲੀ ਦੀ ਮੂਵੀ ਇਸ ਤੇ ਦਿਖਾਉਂਦੇ ਆ ਫਿਰ ਉਮੇ ਬਣ ਰਿਹਾ ਸੀ ਗੈਂਗ ਪੂਰਾ ਜੀ ਜੀ ਬਈ ਹਾਈਸਟ ਤੇ ਹਾਈਸਟ ਹੀ ਕਰਾਂਗੇ ਆਂ ਯਾ ਪਰ ਇੱਕ ਟੀਜੇ ਕਿ ਵੀ ਹੈਗਾ ਕਿ ਵੀ ਜਿਹੜਾ ਹੁਣ ਇਨਾਂ ਨੇ ਕਿਉਂਕਿ ਇੱਕਦਮ ਜਿਹੜੀ 골ਡ ਮੈਲਟਿੰਗ ਕੀਤੀ ਹੈ ਉਹ ਕਿੱਥੇ ਦਾ ਕੈਨੇਡਾ ਦੇ ਵਿੱਚ ਹੈਗੀ ਆ ਜੀ ਹੁਣ ਇਨਾਂ ਨੇ ਸਿਰਫ 9 ਬੰਦੇ ਫੜੇ ਹੈਗੇ ਆ ਇਹਦਾ ਮਤਲਬ ਜਿਹੜੀ 골ਡ ਗਾਂ ਸੈਲਿੰਗ ਕੀਤੀ ਹੈ ਮੈਲਟਿੰਗ ਕੀਤੀ ਹੈਗੀ ਆ ਜੀ ਉਹ ਵੀ ਇਨਾਂ ਨੇ ਬੰਦੇ ਕਿਉਂ ਨਹੀਂ ਫੜੇ ਹੈਗੇ ਇਹ ਵੀ ਰਿਐਲਿਟੀ ਹੈਗੀ ਕਿਉਂਕਿ ਅਲਟੀਮੇਟਲੀ ਕ੍ਰਾਈਮ ਤਾਂ ਉਹ ਵੀ ਹੈਗੇ ਨੇ ਵਿੱਚ ਕਿਉਂਕਿ ਕ੍ਰਾਈਮ ਕਰਨਾ ਤੇ ਕੋਈ ਕ੍ਰਾਈਮ ਨੂੰ ਵੇਚਣਾ ਉਹਦੇ ਬਾਰੇ ਹਜ ਤੱਕ ਕੋਈ ਰਿਪੋਰਟ ਨਹੀਂ ਹੈਗੀ ਜੀ ਮੈਂ ਗਲਤ ਆ ਸਹੀ ਆ ਹੁਣ ਉਹਦੇ ਵਿੱਚ ਆਏ ਆ ਆਪਾਂ ਜਿਹਆਂ ਆਉਂਦੇ ਨੇ ਵੀ ਜਿਹਨੇ ਮੈਲਟ ਕਰ ਰਿਆ ਏ ਉਹ ਉਹ ਤਾਂ 골ਡ ਦਾ ਉਹਦਾ ਕੰਮ ਆ ਅੱਗੇ ਵੀ ਮੈਲਟ ਕਰਦੇ ਰਹਿੰਦੇ ਆ ਤੇ ਹੁਣ ਉਹਨਾਂ ਨੂੰ ਜੇ ਕਿਸੇ ਨੇ ਆਰਡਰ ਦੇਤਾ ਵੀ ਹਾਂ ਤੁਹਾਡੀ ਮੈਲਟਿੰਗ ਦੀ ਫੈਸਿਲਿਟੀ ਹੋਵੇ ਤੁਹਾਨੂੰ ਆਰਡਰ ਮਿਲ ਰਿਹਾ ਤੁਹਾਨੂੰ ਤਾਂ ਉਹ ਰੈਗੂਲਰ ਆਰਡਰ ਹੀ ਲੱਗਣਾ ਤੁਹਾਨੂੰ ਉਹਦਾ ਬੈਕਗ੍ਰਾਉਂਡ ਦਾ ਪਤਾ ਹੀ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਐਸ ਲੌਂਗ ਐਸ ਤੁਹਾਡੇ ਕੋ ਤੁਹਾਨੂੰ ਪਰ ਨਹੀਂ ਭਾਜੀ ਉਹ ਐਦਾਂ ਦੀ ਕੋਈ ਮਿਲਦਾ ਅਫੀਸ਼ੀਅਲ ਤੁਹਾਡੀ ਨਹੀਂ ਹੋਏਗੀ ਜਿੱਥੇ ਤੁਸੀਂ ਜਾ ਕੇ ਕਿ ਹਾਂ ਭਾਈ ਗੋਲ ਮੈਲਡ ਕਰਾਤਾ ਹੁਣ ਜੇ ਉਹਨਾਂ ਨੂੰ ਪਤਾ ਵੈ ਕਿ ਇੱਕ ਬੰਦਾ ਜੁਐਲਰੀ ਦਾ ਕੰਮ ਕਰਦਾ ਸੀ ਦੇ ਆਲਡੀ ਹੈਡ ਪੱਠੀਆਂ-ਪੁੱਠੀਆਂ ਲਾ ਕੇ ਉਹਨਾਂ ਨੇ ਤੇ ਆਮ ਪੱਕਾ ਕੀਤਾ ਹਣਾ ਹੋ ਸਕਦਾ ਵੇ ਚੁੱਲੇ ਛਾੜ ਲੈਣਾ ਜੇ ਵੀ ਆ ਗਿਆ ਹਣਾ ਯਾ ਰਾਈਟ ਹੋ ਸਕਦਾ ਉਹ ਕਿਵੇਂ ਯਾ ਬੈਕ ਹਾਂ ਤੋ ਬੁਲਾ ਲੈਣੇ ਉਹਨੇ ਬੰਦੇ ਹਣਾ ਭਾਈ ਜਿਹੜੇ ਕੰਮ ਸੋਨੇ ਦਾ ਕੰਮ ਕਰਦਾ ਉਹਨੇ ਮੋਟਾ ਪਰ ਇਹ ਕੋ ਮਾੜਾ ਮੋਟਾ ਤਾਂ ਹੈ ਨਹੀਂ 400 ਕਿਲੋਗ੍ਰਾਮ ਹਾਂਜੀ ਜੀ 400 ਕਿਲੋ ਬਹੁਤ ਹਾਂ ਲਈ ਕਿ ریلی ਪੂਰੀ ਪ੍ਰੈਪਰੇਸ਼ਨ ਹੋ ਰਹੀ ਹੋਣੀ ਆ ਪਲੱਸ ਇਹ ਲੱਭ ਸੀ ਬਣਾ ਕੇ ਬਾਚ ਰੱਖਣਾ ਕਿੱਥੇ ਆ ਜੀ ਸਾਈਡ ਸੋ ਸੋ ਆਈ ਗੈਸ ਇਹ ਆਈ ডো ਕੋਈ ਜੋ ਕਾਫੀ ਹੋਰ ਡਿਟੇਲਸ ਵੀ ਹੈਗੀਆਂ ਨੇ ਜਿਹੜੀਆਂ ਇਹਨਾਂ ਨੇ ਛੱਡੀਆਂ ਹੈਗੀਆਂ ਤਾਂ ਉੱਪਰ ਉੱਪਰ ਹੀ ਮਿਲਣ ਦਾ ਸਹਾਂ ਨਾ ਕੀਤਾ ਜੀ ਨਹੀਂ ਹਾਇ ਤਾਂ ਪੱਕੀ ਹੋਰ ਡਿਟੇਲਸ ਵੀ ਨਿਕਲਣਗੇ ਇਹ ਤਾਂ ਜਿਹੜੇ ਸਟੋਰੀ ਦਾ ਉਹਦੇ ਕੋਲ ਪ੍ਰੀਵਿਊ ਦਿੱਤਾ ਉਹਨਾਂ ਨੇ ਕਿ ਹੋਇਆ ਕੀ ਹੈਗਾ ਉਹਦੀ ਹਜੇ ਡਿਟੇਲਸ ਪ੍ਰੋਪਰ ਨਹੀਂ ਆਈਆਂ ਹੈਗੀਆਂ ਮੈਂ ਤਾਂ ਸਿਰਫ ਹਾਈਲਾਈਟਸ ਹੀ ਆਈਆਂ ਆਪਣੇ ਕੋਲੇ ਹਾਈਲਾਈਟਸ ਹੀ ਆ ਜੀ ਮਟੀਰੀਅਲ ਨਹੀਂ ਆਉਂਦਾ ਮੂਵੀ ਦਾ ਡਿਟੇਲ ਹੌਲੀ-ਹੌਲੀ ਆਏਗੀ ਬਾਅਦ ਜੀ ਤੇ ਪਰ ਜਿਵੇਂ ਹੁਣ ਆਪਣਾ ਥੋੜਾ ਜਿਹਾ ਹੈਗਾ ਤਾਂ ਡਾਊਟਫੁਲੀ ਲੱਗ ਰਿਹਾ ਜਿਵੇਂ ਕੈਨੇਡੀਅਨ ਲਾਅ ਹੈਗਾ ਹਨਾ ਹੂੰ ਤੇ ਥੋੜਾ ਜਿਹਾ ਕਮਤੀ ਜਿਹੜੀ ਥੈਫਟ ਨੂੰ ਇੰਨਾ ਸੀਰੀਅਸਲੀ ਨਹੀਂ ਲੈਂਦੇ ਜੀ ਉਰੇ ਗੱਲ ਆ ਰਹਾ ਵਾ ਨਾ ਅੰਦਰੋਂ ਤੇ ਨੀ ਤਾਂ ਹੁਣ ਆਪਣੇ ਗੱਡੀਆਂ-ਗੱਡੀਆਂ ਦੇਖੋ ਕਿੰਨੀਆਂ ਚੋਰੀਆਂ ਹੁੰਦੀਆਂ ਜੇ ਸੀਰੀਅਸਲੀ ਲੈਂਦੇ ਹੁੰਦੇ ਤਾਂ ਹੁਣ ਨੂੰ ਉਹ ਬੰਦ ਹੋਇਆ ਹੁੰਦਾ ਕੰਮ ਜੀ ਤੇ ਦੂਜਾ ਭਾਈ ਮੈਂ ਰੀਅਲ ਏਸਟੇਟ ਬਾਰੇ ਇੱਕ ਗੱਲ ਕਰਨੀ ਸੀ ਜੀ ਜੀ ਭਾਈ ਜੀ ਇੱਕ ਤੁਸੀਂ ਕਾਫੀ ਮਿਸ ਕੀਤੀ ਹੈਗੀ ਜਿਹੜੀ ਕਿ ਤੁਸੀਂ ਸ਼ਾਇਦ ਸੁਣੀ ਹੋਣੀ ਅਲਬਰਟਾ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਸਿਟੀਜ਼ 'ਚ ਇਨਵੈਸਟ ਕਰਨਾ ਹੈਗਾ ਤੇ ਬਾਅਦ 'ਚ ਅਲਬਰਟਾ ਗਵਰਨਮੈਂਟ ਨੇ ਪ੍ਰੋਬਲਮ ਕਰ ਲਈ ਹੈਗੀ ਕਿ ਤੁਸੀਂ ਸਾਡੇ 'ਚ ਇੰਟਰਫੇਅਰ ਕਰ ਰਹੇ ਹੈਗੇ ਸੋ ਉਹ ਵੀ ਆਏਗਾ ਸ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈਗਾ ਜਿਹੜਾ ਕਿ ਕਿਸੇ ਨੇ ਗੰਦੇ ਲਈ ਲੈ ਕੇ ਆਇਓ ਕਿਉਂਕਿ ਹੁਣ ਅਲਟੀਮੇਟਲੀ ਫਿਰ ਹੁਣ ਸਿਰਫ ਇਹ ਪੋਲਿਟਿਕਸ ਕੀਤੀ ਜਾ ਰਹੀ ਹੈਗੀ ਆ ਕਿ ਜਿਹੜਾ ਅਸੀਂ ਹੁਣ ਕਹਿ ਰਹੇ ਆ ਕਿ ਵੀ ਅਸੀਂ ਅਸੀਂ ਰੀਅਲ اسٹیਟ 'ਚ ਹੁਣ ਜੇ ਪ੍ਰੋਵਿੰਸ਼ਲ ਗਵਰਨਮੈਂਟ ਕਵੇ ਕਿ ਵੀ ਅਸੀਂ ਮਤਲਬ ਜੇ ਫੈਡਰਲ ਗਵਰਨਮੈਂਟ ਕਵੇ ਕਿ ਅਸੀਂ ਸਿਟੀ 'ਚ ਡਾਇਰੈਕਟਲੀ ਇਨਵੈਸਟ ਕਰਨਾ ਤਾਂ ਉੱਥੇ ਹੁਣ ਪ੍ਰੋਵਿੰਸ਼ਲ ਗਵਰਨਮੈਂਟ ਵਿਚਾਰ ਕੇ ਵਿਚ ਕੰਮ ਸ਼ੁਰੂ ਕਰਦੇ ਰਾਈਟ ਪਰ ਹੁਣ ਹੁਣ ਕੁਐਸਚਨ ਇਹ ਵੀ ਆ ਜਾਂਦਾ ਕਿ ਲਾਸਟ ਈਅਰ ਇਹੀ ਬਿਆਨ ਪੀਰ ਪਾਲਯੋ ਨੇ ਦਿੱਤਾ ਸੀਗਾ ਕਿ ਵੀ ਵਿਲ ਬੀ ਫੋਰਸਿੰਗ ਦ ਸਿਟੀਜ਼ ਤੇ ਉਦੋਂ ਪ੍ਰੋਵਿੰਸ਼ੀਅਲ ਗਵਰਨਮੈਂਟ ਜਿੰਨੀਆਂ ਖਾਸ ਕਰਕੇ ਕੰਜ਼ਰਵੇਟਿਵਜ਼ ਨੇ ਪੋਲੀਆਂ ਨਹੀਂ ਸੀਗੀਆਂ ਹੁਣ ਜਦੋਂ ਫੈਡਰਲ ਗਵਰਨਮੈਂਟ ਡਾਇਰੈਕਟ ਇਨਵੈਸਟ ਕਰ ਲਈ ਹੈਗੀ ਐ ਤੇ ਹੁਣ ਹੁਣ ਤੁਸੀਂ ਇਹ ਪ੍ਰੋਬਲਮ ਕਰ ਰਹੇ ਹੈ ਕਿਉਂਕਿ ਹੁਣ ਤੁਸੀਂ ਸਾਡੀ ਪ੍ਰੋਵਿੰਸ਼ੀਅਲ ਡਿਰੈਕਸ਼ਨ ਦੇ ਵਿੱਚ ਪ੍ਰੋਬਲਮ ਕਰ ਰਹੇ ਹੈਗੇ ਹੋ ਦੇ ਹੈਵ ਟੂ ਕਮ ਅਪ ਸਮਵੇਅਰ ਕੀ ਉਹ ਸੋਲੂਸ਼ਨ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਜੀ ਯਾ ਸੋ ਕਿ ਦੇਲਾ ਕੇ ਇਹਦੇ ਤੇ ਵੀ ਗੱਲਬਾਤ ਕਰਦੇ ਆ ਬਾਜੀ ਹਾਂਜੀ ਹੁਣ ਥੈਂਕ ਯੂ ਸੋ ਮਚ ਬਾਜੀ ਥੈਂਕ ਯੂ ਜੀ ਓਕੇ ਜੀ ਹੁਣ ਇਹਦੇ ਤੇ ਵੀ ਬਾਜੀ ਕਾਫੀ ਕਿਹੜੀ ਗੱਲ ਗੱਲਬਾਤ ਕਰਨੀ ਬਣਦੀ ਵੀ ਹੁਣ ਅਸਲ ਦੇ ਵਿੱਚ ਪਾਈ ਹੁਣ ਦਾ ਪੁਆਇੰਟ ਤਾਂ ਹੈਗਾ ਹਾਂਜੀ ਕਲਿੱਕ ਕਰਦੇ ਜੀ ਵੀ ਜਿਹੜੀਆਂ ਹੁਣ ਪ੍ਰੋਵਿੰਸ ਦੇ ਵਿੱਚ ਆਲਰੇਡੀ ਇਹਨਾਂ ਨੇ ਪੈਸਾ ਹੁਣ ਗੱਲ ਉਹ ਵੀ ਹੈ ਕਿ ਤੁਸੀਂ ਕਿਹੜੇ ਰੂਪ ਦੇ ਵਿੱਚ ਪੈਸਾ ਲਾ ਰਹੇ ਹੋ ਕਿ ਉਹਦੇ ਨਾਲ ਕਿੰਨਾ ਕਿ ਮੀਨੋ ਇਫੈਕਟਿਵ ਨਹੀਂ ਚੀਜ਼ਾਂ ਤੁਸੀਂ ਕਰ ਪਾਓਗੇ ਹੁਣ ਜੇ ਮੈਂ ਤੁਸੀਂ ਸਿਟੀ ਨੂੰ ਪੈਸਾ ਦੇਤੇ ਆ ਕਿੰਨਾ ਦੇ ਤਾਂ ਜਿੰਨਾ ਤੁਸੀਂ ਐਕਸਾਉਂਟ ਪੈਸਾ ਦਿੰਨੇ ਆ ਉਦੀ ਪ੍ਰਭਾਈ ਕਿਨੇ ਕਰਨੀ ਹੈਗੀ ਆ ਕੀ ਉਹ ਜਿਹੜੇ ਤੁਹਾਡੇ ਐਸਟੀਮੇਟਡ ਰਿਜ਼ਲਟ ਹੈਗੇ ਨੇ ਕਿ ਤੁਸੀਂ ਉਹਨਾਂ ਨੂੰ ਫੁੱਲਫਿਲ ਕਰ ਪਾਉਂਦੇ ਆ ਔਰ ਜਾਂ ਫਿਰ ਤੁਸੀਂ ਰੈਡ ਟੈਪਿੰਗ ਦੇ ਵਿੱਚ ਪੈਸਾ ਪਾ ਦਿੰਦੇ ਹੋ ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਜਿਹੜੇ ਜਿਹ ਰਿਜ਼ਲਟ ਨਹੀਂ ਆਉਂਦੇ ਸਹੀ ਠੀਕ ਨੇ ਉਹ ਪੈਸਾ ਤਾਂ ਜੀ ਐਨਾ ਵੰਡੀ ਜਾ ਰਿਹਾ ਨਾ ਮੈਨੂੰ ਤਾਂ ਲੱਗਦਾ ਨਹੀਂ ਉਹਦੇ ਕੋਈ ਅਕਾਉਂਟੇਬਿਲਟੀ ਕਿਤੇ ਆਉਣੀ ਆ ਹਰੇਕ ਕੋਈ ਵੀ ਗੱਲ ਹੁੰਦੀ ਆ ਅੱਜ ਅੱਜ ਹਾਊਸਿੰਗ ਲਈ ਐਨੇ ਬਿਲੀਅਨ ਦੇ ਰਹੇ ਆ ਕੱਲ ਨੂੰ ਉਹਨੇ ਦੇ ਰਹੇ ਆ ਪਰ ਉਹਦਾ ਕੋਈ ਆਪਰ ਨੂੰ ਹੁਣ ਹੋ ਆਲਮੋਸਟ ਦੇਖ ਲਓ ਸਾਲ ਡੇਟਸ ਆਲ ਦੋ ਸਾਲ ਹੋਈ ਚੱਲੇ ਨੇ ਉਹ ਗੱਲ ਸੁਣਾਉਂਦੇ ਆ ਨੂੰ ਆਪਾਂ ਨੂੰ ਪਰ ਕੁਛ ਨਹੀਂ ਹੇ ਤੱਕ ਉਹ ਰਿਜ਼ਲਟਸ ਤਾਂ ਸਾਹਮਣੇ ਆ ਨਹੀਂ ਰਹੇ ਤੇ ਹੁਣ ਆ ਤੁਹਾਨੂੰ ਵੈਸੇ ਕੀ ਲੱਗ ਰਿਹਾ ਹੁਣ ਜਿਹੜਾ ਆਪਾਂ ਚਲੋ ਗਲਤ ਹਜੇ ਵੀ ਉਹ ਗਰਮ ਟਾਪਿਕ ਹੀ ਹੈ ਜਿਹੜਾ ਇਹਨਾਂ ਨੇ ਟ੍ਰੂਡੋ ਨੇ ਕਿਹਾ ਵੀ ਸੀਆਰ ਨਾਲ ਲਿੰਕ ਕਰਨ ਬਾਰੇ ਤੁਹਾਨੂੰ ਕੀ ਲੱਗਦਾ ਵੀ ਆ ਹੋਊਗਾ ਮੈਨੂੰ ਤਾਂ ਅੱਗੇ ਮੈਂ ਮੈਂ ਹੁਣ ਵੋਟ ਸੀਗਾ ਇਹਦੇ ਵੀ ਹੋਣਾ ਚਾਹੀਦਾ ਪਰ ਹੁਣ ਜਿੱਥੇ ਮੈਨੂੰ ਲੱਗ ਰਿਹਾ ਵੀ ਗੱਲਾਂ ਹੀ ਨੇ ਨੀ ਹੁਣਾ ਨਹੀਂ ਮੈਨੂੰ ਵੀ ਜਿੰਨਾ ਕੁ ਲੱਗਦਾ ਕਿ ਉਹ ਮੈਨੂੰ ਲੱਗਦਾ ਕਿ ਉਹਨਾਂ ਨੇ ਸਿਰਫ ਇੱਕ ਲਾਲੀਪਾਪ ਹੀ ਦਿੱਤਾ ਹੈ ਕਿ ਸਾਰਿਆਂ ਨੂੰ ਹੁਣ ਰੌਲਾ ਪਾ ਰਹੇ ਸੀ ਕਿ ਤੁਸੀਂ ਚੁੱਪ ਕਰ ਦਿਓ ਚੁੱਪ ਕਰ ਆ ਪਰ ਵੈਸੇ ਵੀ ਜਿਹੜੀਆਂ ਤੁਸੀਂ ਅਸਲ ਦੇ ਵਿੱਚ ਜਿਹੜੇ ਹਾਂ ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਜ਼ਰੂਰ ਪਤਾ ਸੀ ਪਰ ਜੇ ਸਿੱਧਾ ਸਾਹਮਣੇ ਆ ਕੇ ਜਿਹੜੇ ਜਿਹੜੇ ਹੋਰ ਪੁਆਇੰਟ ਜਿੱਦਾਂ ਇਹਨਾਂ ਡਿਸਕਸ ਕੀਤੇ ਆ ਉਮੇ ਉਸ ਪੁਆਇੰਟ ਦੇ ਉੱਤੇ ਗੱਲ ਨਹੀਂ ਕੀਤੀ ਨਹੀਂ ਕੀਤੀ ਕਿਉਂਕਿ ਹੁਣ ਤੁਸੀਂ ਦੇਖ ਲਓ ਜਿਹੜਾ ਕੈਪੀਟਲ ਗੇਨ ਚੇਂਜ ਕੀਤਾ ਉਹਦੀ ਡੇਟ ਦੱਸਤੀ ਜੂਨ 25 ਨੂੰ ਲਾਗੂ ਹੋ ਜਾਣਾ ਜਾਂ ਜਿਹੜਾ 30 ਇਰ ਮਰਟਾਈਜ਼ੇਸ਼ਨਸ ਨੇ ਇਹ ਇਹਦੇ ਤੇ ਕੋਈ ਹਜੇ ਨਹੀਂ ਹਜੇ ਡਿਸਕਸ਼ਨ ਕਰਾਂਗੇ ਕੰਸਲਟ ਕਰਾਂਗੇ ਰਾਈਟ ਜੀ ਕਿਉਂਕਿ ਕਿਤਨਾ ਕਿਤੇ ਜੀ ਉਹ ਬਹੁਤ ਜ਼ਿਆਦਾ ਜਾਨੀ ਡਿਲੇ ਹੋ ਗਿਆ ਹੁਣ ਉਹ ਪੈਸਾ ਜਿੰਨਾ ਵੀ ਐਕਸਟਰਾ ਬਲੂਨ ਨਪ ਹੋਇਆ ਸੀ ਨਾ ਬੱਬਲ ਬਣਿਆ ਸੀ ਉਹ ਆਲਰੇਡੀ ਮਾਰਕੀਟ ਦੇ ਦੁਆਰਾ ਲੱਗ ਗਿਆ ਜੀ ਯੂ نو ਜਿਹੜਾ ਉਹ ਫਿਰ ਕਿਤਨਾ ਕਿਤੇ ਜਾ ਕੇ ਹੁਣ ਜੇ ਕਿਸੇ ਨੇ ਅੱਜ ਦੀ ਰੇਟ 'ਚ ਘਰ ਕੋਈ ਲੈ ਰਿਹਾ 15-16 ਲੱਖ ਦਾ ਜੇ ਹੁਣ ਸੀਆਰ ਨਾਲ ਲਿੰਕ ਹੁੰਦਾ ਉਹ ਤਾਂ 13 ਦਾ ਰਹਿ ਗਿਆ ਉਹ ਤਾਂ ਵਿੱਚ ਆ ਵੀ ਨਹੀਂ ਛੱਡੂ ਜੀ ਫਿਰ ਉਹਦੇ ਨਾਲ ਮਾਰਕੀਟ ਕਰੈਸ਼ ਹੋਰ ਹੁੰਦੀ ਹੈ ਜੀ ਹੁਣ ਭਾਦੀ ਗੱਲ ਉਹੀ ਹੈ ਨਾ ਕਿ ਇਹ ਬਹੁਤ ਵੱਡਾ ਵਾਸਤੇ ਟਾਪਿਕ ਆ ਆਬਵੀਅਸਲੀ ਉਹਨਾਂ ਨੇ ਪਤਾ ਹੈ ਕਿ ਜਿਹੜੀ ਗੱਲ ਬਹੁਤ ਚਿਰ ਦੀ ਬਹੁਤ ਲੰਬੇ ਸਮੇਂ ਤੋਂ اٹ ਰਹੀ ਸੀ ਜੀ ਹੁਣ ਉਹਦੇ ਵਿੱਚ ਇਦਾਂ ਵੀ ਹੈਗਾ ਕਿ ਹੁਣ ਜਿਹੜਾ ਵੀ ਕੋਈ ਨਾ ਕੋਈ ਪੈਂਤਲਾ ਤੁਸੀਂ ਬਣਾਉਣਾ ਸਾਰੇ ਬਣਾ ਰਹੇ ਨੇ ਹੁਣ ਜਿਹੜਾ ਤੁਸੀਂ ਮੰਨ ਲਓ ਵੀ ਇਹ ਜਿਹੜਾ ਬਜਟ ਪਾਸ ਕੀਤਾ ਅਸੀਂ ਇੱਥੇ ਐਕਸ ਬਿਲੀਅਨ ਇੱਥੇ ਐਕਸ ਬਿਲੀਅਨ ਇੱਥੇ ਐਕਸ ਬਿਲੀਅਨ ਤੁਹਾਡੇ ਕੋਲ ਰਹਾਦਾ ਸਾਲ ਗਿਆ ਹੂੰ Right, ये, 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 जा जा राइट ਹੁਣ ਤਾਂ ਤੁਸੀਂ ਸਪੈਂਡਿੰਗ ਕੰਟਰੋਲ ਕਰ ਸਕਦੇ ਹੈ ਨਾ ਕਿ ਹੁਣ ਆਇਆ ਕਿ ਜਾਂ ਤੁਸੀਂ ਵੀ ਨਹੀਂ ਇਸ ਤਰ੍ਹਾਂ ਕਰਨੀ ਇਦਾਂ ਹੈ ਕਿ ਚਲ ਸਾਲ ਲਹਿ ਗਿਆ ਹੁਣ ਹੋਰ ਵੀ ਜੰਗ ਪੂਰਾ ਛਾੜ ਕੇ ਜਾਵਾਂਗੇ राइट ਸੋ ਇਹ ਚੀਜ਼ ਜੀ ਵੀ ਹਨ ਮਿਲਦਾ ਕਿ ਮੈਂ ਕਈ ਵਾਰ ਅੱਗੇ ਵੀ ਗੱਲ ਕਰਦੇ ਹੁੰਦੇ ਆਂ ਵੀ ਉਹ ਇਹਨਾਂ ਜਦੋਂ ਹੁਣ ਇਲੈਕਸ਼ਨਸ ਹੋਈਆਂ ਸੀ ਨਾ ਪਿੱਛੇ ਕੋਵਿਡ ਤੋਂ ਬਾਅਦ ਜੀ ਇਹਨਾਂ ਨੇ ਸਰਵ ਵਗੈਰਾ ਬਣਿਆ ਸੀ ਤੇ ਉਦੋਂ ਟਰੂਡੋ ਸਾਹਿਬ ਨੂੰ ਪੂਰੀ ਮੀਟ ਸੀ ਵੀ ਮੈਨੂੰ ਮੈਜੋਰਟੀ ਮਿਲ ਜਾਣੀ ਹੈ ਜੀ ਤੇ ਉਦੋਂ ਇਹਨਾਂ ਆਪਾਂ ਕਿਸੇ ਆਪਾਂ ਨੇ ਮੰਨੀ ਨਹੀਂ ਗੱਲ ਉਹ ਮੈਜੋਰਟੀ ਦਿੱਤੀ ਨਹੀਂ ਹੈਗੀ ਹੁਣ ਉਹ ਗੁੱਸੇ ਹੋਏ ਹੋਏ ਆ ਤੇ ਉਹ ਰੋ ਹਿਉਨ ਜਿਹਦੀ ਕਰ ਰਿਹਾ ਵੀ ਮੈਂ ਤਾਂ ਜਾਂਦਾ ਜਾਂਦਾ ਤੁਹਾਡੇ ਤੇ ਕਰਜ਼ਾ ਪੂਰਾ ਚਾੜ੍ਹ ਕੇ ਜਾਉਂ ਪਰ ਇਹ ਵੀ ਨਾ ਇੰਟਰਸਟਿੰਗ ਜੀ ਹੈ ਭਾਜੀ ਪੋਲਿਟਿਕਸ ਜਿਹੜੀ ਹੈਗੀ ਹੈ ਨਾ ਉਹਦੇ ਕੋਈ ਬੜੀ ਕੁੱਤੀ ਚੀਜ਼ ਆ ਇਹ ਰਾਈਟ ਹੁਣ ਇਹਨਾਂ ਦਾ ਕੋਈ ਹੈ ਹੀ ਨਹੀਂ ਹੈਗਾ ਕਿ ਤੁਸੀਂ ਆ ਇੰਨੀ ਚੀਜ਼ਾਂ ਤੁਸੀਂ ਕਰ ਦੋ ਕਰਜ਼ਾ ਹੁਣ ਜਦੋਂ ਦੇ ਇਹ ਆਏ ਆ 2015 ਦੀ ਗੱਲ ਆ 600 ਬਿਲੀਅਨ ਦਾ ਜਿਹੜਾ ਡੈਫਿਸਟ ਸੀਗਾ ਹੁਣ 1.4 ਟ੍ਰਿਲੀਨ ਜਿਹੜਾ ਹੈਗਾ ਉਹ ਤੁਸੀਂ ਪਹੁੰਚ ਗਏ ਆਲਮੋਸਟ ਡਬਲ ਹੋ ਚੁੱਕਿਆ ਹੈ ਰਾਈਟ ਇਹਨਾਂ ਤੁਸੀਂ ਕਰਜ਼ਾ ਦੇਣਾ ਫਰੋਦੀ ਦੀ ਪੇਮੈਂਟ ਬਣਦੀ ਹੈ ਸਾਲ ਦੀ 54 ਬਿਲੀਅਨ ਡਾਲਰ ਬਣਦੀ ਹੈ ਇੱਕ ਵੀਕ ਦਾ ਇੱਕ ਬਿਲੀਅਨ ਡਾਲਰ ਐਜ਼ ਅ ਕੰਟਰੀ ਤੁਸੀਂ ਉਹਦੀ ਕਿਸ਼ਤ ਭਰ ਰਹੇ ਹੋ ਸਾਲ ਦੀ 54 ਬਿਲੀਅਨ ਹਾਂ ਕਿਲਾ ਉਹਦਾ ਆਈ ਥਿੰਕ ਇਹਦਾ ਉਹ ਕਿਸ ਜਿਹੜੀ ਜਾਂਦੀ ਆ ਰਾਈਟ ਤੇ ਉਹ ਫਿਰ ਤੁਸੀਂ ਥੋੜਾ ਕਿੱਥੇ ਬੁਰਾ ਹੋਣਾ ਹੈ ਯਾ ਰਾਈਟ ਪਰ ਤਾਂ ਹੀ ਦਾ ਜਿਹੜੇ ਰੂਲਸ ਲੈ ਕੇ ਆ ਰਹੇ ਜੀ ਹੁਣ ਬਈ ਜਿਵੇਂ ਕੈਪੀਟਲ ਗੇਨ ਵਧਾਤਾ ਤੇ ਕਿਤਨੇ ਕਿਤੇ ਮੈਂ ਤਾਂ ਲੜਦਾ ਸੀ ਜੀ ਇਹਨਾਂ ਨੇ ਉਹਦਾ ਕੈਪੀਟਲ ਗੇਨ ਦਾ ਵੀ ਅਸੀਂ ਕੱਲ ਗੱਲ ਕਰਦੇ ਸੀ ਵੀ 4 40 ਮਿਲੀਅਨ ਡਾਲਰ 40 ਮਿਲੀਅਨ ਜਿਹੜੇ ਲੋਕ ਰਹਿੰਦੇ ਨੇ ਇੱਥੇ ਉਹਦੇ ਵਿੱਚ ਜਿਹੜੇ 25 ਮਿਲੀਅਨ ਤਾਂ ਉਸ ਕੈਟਾਗਰੀ ਚ ਆਉਂਦੇ ਹੀ ਨਹੀਂ ਆਉਂਦੇ ਹੀ ਨਹੀਂ ਕੈਪੀਟਲ ਗੇਨ ਵਾਲੀ ਜਿਹੜਾ ਉੱਪਰਲਾ ਰਹਿੰਦਾ ਉਹਦੇ ਨਾਲ ਜਿਹੜਾ ਵੱਧੋ ਵੱਧ ਤੁਸੀਂ ਕਮਾ ਲਓਗੇ 6.9 ਬਿਲੀਅਨ ਡਾਲਰ ਦਾ ਉਹਨਾਂ ਤੁਸੀਂ ਕੀ ਕਰ ਲਓਗੇ ਇੱਕ ਇੱਕ ਬਿਲੀਅਨ ਡਾਲਰ ਦੀ ਤਾਂ ਤੁਸੀਂ ਕਿਸ਼ਤ ਭਰ ਰਹੇ ਹੋ ਰਾਈਟ ਹੁਣ ਤੁਸੀਂ ਇਥੋਂ ਪੈਸੇ ਕਿੱਥੋਂ ਦੇਣੇ ਆ ਤੁਹਾਡੇ ਕੋਲ ਦੋ ਚਾਂਸ ਨੇ ਤੁਸੀਂ ਕਾਰਡ ਕ੍ਰੈਡਿਟ ਕਰ ਕਮਾਈ ਚੱਲੋ ਕਮਾਈ ਚੱਲੋ ਜੇ ਤੁਹਾਡਾ ਰੈਵਨਿਊ ਸਰਪਾਸ ਨਹੀਂ ਕਰਦਾ ਉਸ ਬਿੱਲ ਨੂੰ ਯੂ ਹੈਵ ਟੂ ਹੈਵ ਲਿਕ x 10x ਜਿਹੜੀ ਤੋਂ ਡੀ ਰੈਵਨਿਊ ਜਾਂਦੀ ਆ ਫਿਰ ਤੁਸੀਂ ਘਰ ਪਾਉਂਗੇ ਅਦਰਵਾਈਜ਼ ਕੀ ਹੈ ਤੁਸੀਂ ਲੋਕਾਂ ਤੋਂ ਇਕੱਠੇ ਕਰਦੇ ਲੋਕਾਂ ਦੀ ਲਾਈਫ ਔਖੀ ਹੋ ਜਾਣੀ ਆ ਲੋਕਾਂ ਦਾ ਲੋਕੀ ਆਲਰੇਡੀ ਦੇਵ ਬੀਨ ਸਟਾਰਟਿੰਗ ਲਾਈਕ ਕਿ ਤੁਸੀਂ ਇੱਥੋਂ ਕੰਟਰੀ ਚ ਮੂਵ ਹੋ ਜਾਓ ਬਹੁਤ ਬਹੁਤ ਐਕਟਿਵਲੀ ਲੋਕੀ ਇਹ ਗੱਲ ਕਰ ਰਹੇ ਆ ਪਰ ਐਂਡ ਦਾ ਡੇ ਜੇ ਤੁਸੀਂ ਸਹੀ ਕਰਨਾ ਤੁਹਾਨੂੰ ਰੈਵਨਿਊ ਤਾਂ ਜਨਰੇਟ ਕਰਨੀ ਪੈਣੀ ਆ ਟੈਕਸਿਸ ਦੇ ਰੂਪ ਦੇ ਵਿੱਚ ਤੁਸੀਂ ਜਿਹੜਾ ਏਡਾ ਵੱਡਾ ਡੈਟ ਬਣਾ ਲਿਆ ਟੈਕਸਿਸ ਤੁਸੀਂ ਲਾ ਕੇ ਨਹੀਂ ਕਰ ਸਕਦੇ ਤੁਹਾਨੂੰ ਪ੍ਰੋਡਕਸ਼ਨ ਇੱਥੇ ਚੀਜ਼ਾਂ ਦੀ ਕਰਨੀ ਪੈਣੀ ਆ ਪ੍ਰੋਡਿਊਸ ਇੱਥੇ ਕਰਕੇ ਤੁਹਾਨੂੰ ਐਕਸਪੋਰਟ ਕਰਨਾ ਪੈਣਾ ਆ ਪਰ ਕਿਤੇ ਨਾ ਕਿਤੇ ਜੀ ਗਵਰਨਮੈਂਟ ਕੋਲ ਮੇਨ ਲੱਗਦਾ ਹੋਰ ਕੁਝ ਹੈ ਹੀ ਨਹੀਂ ਸਿਵਾਏ ਟੈਕਸਿਸ ਦੇ ਪੈਸਾ ਇਕੱਠਾ ਕਰਨਾ ਇਹਨਾਂ ਦਾ ਪਰ ਗੱਲ ਹੈ ਕਿ ਹੁਣ ਜਿਹੜੇ ਤੁਹਾਡੇ ਰਿਸੋਰਸਿਸ ਹੈਗੇ ਆ ਜੇ ਤੁਹਾਡੀ ਤੁਸੀਂ ਪ੍ਰੋਡਕਸ਼ਨ ਤੇ ਕੰਮ ਕਰੋ ਨਾ ਤੁਸੀਂ ਪ੍ਰੋਡਿਊਸ ਕੀ ਕਰ ਰਹੇ ਆ ਜੇ ਕੰਟਰੀ ਫੈਲ ਤਾਂ ਆਪਾਂ ਸੈਲਫ ਸਸਟੇਨੇਬਲ ਹੀ ਨਹੀਂ ਹੈਗੇ ਪ੍ਰੋਡਿਊਸ ਆਪਾਂ ਐਕਸਪੋਰਟ ਤਾਂ ਸੋਚ ਹੀ ਨਹੀਂ ਸਕਦੇ ਜੀ ਪ੍ਰੋਡਿਊਸ ਹੋ ਹੀ ਨਹੀਂ ਰਿਹਾ ਜੀ ਕਿਉਂਕਿ ਹੁਣ ਆਪਣੇ ਹੁਣ ਪਿਛਲੇ 10 ਸਾਲਾਂ ਤੋਂ ਲਾ ਲਓ ਜਾਂ 15 20 20 ਸਾਲ ਹੀ ਲਾ ਲਓ ਦੋ ਦੋ ਡੈਕੇਡਸ ਹੋ ਗਈਆਂ ਵੀ ਰੀਅਲ ਸਟੇਟ ਹੀ ਕਾਫੀ ਬੂਮ ਕਰ ਰਹੀ ਹੈ ਨਾ ਦ ਉਹ ਯਾਰ ਅਰਥ ਹੀ ਤਾਂ ਬੜਾ ਹੈ ਨਹੀਂ ਉਦੋਂ ਤੋਂ ਲੈ ਕੇ ਉੱਪਰ ਉੱਪਰ ਹੀ ਜਾ ਰਹੀ ਹੈ ਹੁਣ ਉਹਦੇ ਨਾਲ ਕੀ ਹੋਇਆ 2011 12 ਤੋਂ ਬਾਅਦ ਤਾਂ ਇੰਨਾ ਜ਼ਿਆਦਾ ਇਚ ਇਨਫਲਕਸ ਹੋ ਗਿਆ ਵੀ ਲੋਕਾਂ ਨੂੰ ਹੋ ਗਿਆ ਵੀ ਬਿਜ਼ਨਸ ਖੋਲਣ ਦਾ ਫਾਇਦਾ ਹੀ ਨਹੀਂ ਹੈ ਵੀ ਕਿੱਥੇ ਯੂਨਿਟ ਲੱਭਾਂਗੇ ਲਾਇਸੈਂਸ ਵਗੈਰਾ ਲੱਭਾਂਗੇ ਫਿਰ ਹਾਇਰਿੰਗ ਕਰਾਂਗੇ ਪ੍ਰੋਡਕਟ ਰੱਖਾਂਗੇ ਫਿਰ ਵੇਚਾਂਗੇ ਫਿਰ ਰੈਵਨਿਊ ਆਊਗਾ ਫਿਰ ਟੈਕਸ ਇਕੱਠੇ ਕਰਾਂਗੇ ਫਿਰ ਪੇ ਕਰਾਂਗੇ ਅਨਾ ਪੰਤੋੜ ਵੀ ਹੋਊਗੀ ਸਿੱਧੂ ਬੈਟਰ ਆ ਵੀ ਰੀਅਲ ਸਟੇਟ ਚੋਂ ਹੀ ਪੈਸਾ ਲਾ ਦਿੰਨੇ ਆ ਤੇ ਮਨੀ ਇਸ ਵਰਕਿੰਗ ਔਨ ਇਟਸ ਓਹਦੇ ਕਰਕੇ ਫਿਰ ਆਪਣੀ ਰੀਅਲ ਏਸਟੇਟ ਵੀ ਹੁਣ ਮਹਿੰਗੀ ਨਹੀਂ ਹੋਗੀ ਤਾਂ ਕਰਕੇ ਕਿਤੇ ਨਾ ਕਿਤੇ ਜਿਹੜਾ ਹੁਣ ਇਹਨਾਂ ਨੇ ਆ ਕੈਪੀਟਲ ਗੇਨ ਲਾਇਆ ਵਾ ਤੇ ਸ਼ਾਇਦ ਥੋੜਾ ਜਿਹਾ ਹੋਵੇ ਵੀ ਉੱਥੋਂ ਉਹਨੂੰ ਡੈਟਟਰ ਕਰਨ ਲਈ ਲਾਇਆ ਵੀ ਲੋਕ ਰੀਅਲ ਏਸਟੇਟ ਵੱਲੋਂ ਘਟ ਜਾਣ ਲਾਇਆ ਹਾਂਜੀ ਇੰਟੈਂਸ਼ਨ ਹੋ ਸਕਦੀ ਹੈ ਪਰ ਅਸਲ ਵਿੱਚ ਉਹ ਇਹ ਹੈ ਕਿ ਕੀ ਉਹ ਬਿਨਸ ਵਗੈਰਾ ਵਾਲਾ ਕੰਮ ਕਰਦੇ ਜਿਹਨੂੰ ਗਰਾਊਂਡ ਲੈਵਲ ਤੇ ਉਹ ਕਿੰਨਾ ਕੁ ਚੀਜ਼ਾਂ ਨੂੰ ਕੰਮ ਕਰਦਾ ਹੈ ਪੀਪਲ ਤੇ ਕੀਵਰ ਚੀਜ਼ਾਂ ਵਧੀਆ ਲੱਗਦੀਆਂ ਹੁੰਦੀਆਂ ਨੇ ਚੀਜ਼ਾਂ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਪਰ ਐਂਡ ਆਫ ਦਿ ਡੇ ਜਦੋਂ ਤੁਸੀਂ ਗਰਾਉਂਡ ਰਿਐਲਿਟੀ ਚੈੱਕ ਕਰਦੇ ਹੋ ਉਹਨੇ ਕੁਝ ਜ਼ਿਆਦਾ ਫਰਕ ਨਹੀਂ ਪਾਇਆ ਹੁੰਦਾ ਸੋ ਆਈ ਥਿੰਕ ਜਿਹੜਾ ਆਪਾਂ ਨੂੰ ਪੇਪਰਾਂ ਤੋਂ ਹਟ ਕੇ ਜਿਹੜੀ ਗਰਾਉਂਡ ਰਿਐਲਿਟੀ ਨੂੰ ਦੇਖ ਕੇ ਕੁਝ ਉਹਦਾਂ ਦੀਆਂ ਪਾਲਿਸੀਆਂ ਬਣਾਉਣ ਦੀ ਲੋੜ ਹੈਗੀ ਵੀ ਜਿਹੜੀਆਂ ਅਸਲ ਦੇ ਵਿੱਚ ਕੰਮ ਵੀ ਕਰਨ ਤੇ ਜਿਹੜੀਆਂ ਆਮ ਲੋਕਾਂ ਤੱਕ ਪਹੁੰਚਣ ਵੀ ਰਾਈਟ ਰੈਦਰ than ਕਿ ਅਪ ਬਜਟ ਪੀਸ ਕਰਤਾ ਹੋ ਗਈ ਚਲੋ ਜੀ ਪਰ ਜਿਹੜਾ ਕੈਪੀਟਲ ਗੇਨ ਆਇਆ ਸੀ ਤਾਂ ਫਿਰ ਜਿਵੇਂ ਜਿੰਨੇ ਵੀ ਪੁਰਾਣੇ ਘਰ ਲਈ ਬੈਠੇ ਸੀਗੇ ਬੰ ਤਾਂ ਪ੍ਰਿੰਸੀਪਲ ਹੈ ਰਿਵੀ ਹਾਊਸ ਐਗਜ਼ੈਮਟਰ ਰਾਈਟ ਜੀ ਸਿਰਫ ਇਨਵੈਸਟਮੈਂਟ ਤੇ ਹੀ ਆ ਆ ਉਹਦੇ ਤੇ ਮੈਨੂੰ ਥੋੜਾ ਚੈੱਕ ਕਰਨਾ ਪੈਣਾ ਮੈਨੂੰ ਲੱਗਦਾ ਸ਼ਾਇਦ ਹੈ ਕਿਉਂਕਿ ਪ੍ਰਿੰਸੀਪਲ ਤੇ ਲੱਗਦਾ ਸੀ ਸ਼ਾਇਦ ਕਰ ਦੇਣਗੇ ਆ ਪਰ ਉਹ ਕਹਿੰਦੇ ਪੋਲੀਟੀਕਲ ਸੁਸਾਇਟੀ ਹੋਗਾ ਕਿ ਅਮਰੀਕਾ ਜਿਹਾ ਹੈਗਾ ਜੇ ਪ੍ਰਿੰਸੀਪਲ ਤੇ ਵੀ ਹੈਗਾ ਤਾਂ ਪਹਿਲਾ ਪਹਿਲਾ ਮੇਰੇ ਖਿਆਲ 5 ਲੱਖਾਂ ਜਾਂ 2.5 ਲੱਖਾਂ ਉਹਦੇ ਤੇ ਹੈ ਨਹੀਂ ਬਾਕੀ ਤੇ ਅੱਦਾ ਅੱਦਾ ਜੀ ਤੇ ਪਰ ਕਹਿੰਦੇ ਕੈਨੇਡਾ ਚ ਜਾਂ ਨਹੀਂ ਸਕਦੇ ਕਿਉਂਕਿ ਜਿਹੜੇ ਪੁਰਾਣੇ ਬੂਮਰਸ ਬੈਠੇ ਆ ਫਿਰ ਉਹ ਉਹਨਾਂ ਨੇ ਉਹਨਾਂ ਨੇ ਵੋਟਾਂ ਨਹੀਂ ਇਹਨੂੰ ਕਦੇ ਵੀ ਪਾਉਣੀ ਆ ਜਿਹੜੇ ਬਹੁਤ ਲਾਇਲ ਨੇ ਇਹਨਾਂ ਦੇ ਹਨਾ ਤੇ ਪਰ ਫਿਰ ਵੀ ਹੁਣ ਜੇ ਤੁਸੀਂ ਇਨਵੈਸਟਮੈਂਟ ਵੀ ਲਈ ਹੋਵੇ ਫੋਰ ਐਗਜ਼ਾਮਪਲ ਆਪਾਂ ਦੇਖਦੇ ਹਾਂ ਵੀ ਚਲ 2010 ਦੀ ਲਈ ਹੋਵੇ 4 ਲੱਖ ਦੀ ਤੇ ਆਦੀ ਰੇਟ ਮਿਲੀਂਦੀ ਹੋਗੀ ਹਨਾ 6 ਲੱਖ ਤੋਂ ਬਾਅਦ ਫਿਰ ਹੁਣ 22 ਲੱਖ ਤੱਕ ਤੁਹਾਨੂੰ ਮਾਫ ਆ ਰਾਈਟ ਜੀ ਬਾਕੀ ਤੇ ਪਏਗਾ ਜੀ 68% ਜੀ ਹਮ ਸੋ ਇਹੀ ਸੀਗੀ ਚਲੋ ਆਪਣਾ ਜਿਹੜਾ ਅੱਜ ਮੇਨ ਟਾਪਿਕ ਸੀ ਉਹ ਦਾ ਹਾਈਸਟ ਤਾਂ ਸੀਗਾ ਜੀ ਆ ਵਧੀਆ ਲੱਗਿਆ ਬਾਈ ਤੁਸੀਂ ਸਾਰੀ ਡੀਟੇਲਸ ਕੱਢ ਕੇ ਲਗਾਇਆ ਕਾਨੂੰਨ ਥੋੜੇ ਚੇਂਜ ਹੋਣੇ ਚਾਹੀਦੇ ਆ ਯਾਰ ਤੇ ਪਲੱਸ ਹੁਣ ਇਹਦੇ ਚ ਹੁਣ ਜਿਹੜਾ ਬ੍ਰਿੰਗਸ ਵਾਲਿਆਂ ਨੇ ਉਹਨਾਂ ਨੂੰ ਲਾਅਸੂਟ ਕੀਤਾ ਜੀ ਕਰਨਾ ਵੀ ਚਾਹੀਦਾ ਕਿਉਂਕਿ ਹੁਣ ਇੱਕ ਆਮ ਬੰਦਾ ਆ ਰਿਹਾ ਨਕਲੀ ਬੇਅ ਬਿੱਲ ਲੈ ਕੇ ਉਹਨੂੰ ਸਿਕਿਉਰਿਟੀ ਨਹੀਂ ਰੋਕ ਰਹੀ ਅੰਦਰ ਜਾ ਕੇ ਤੁਸੀਂ ਲੋਡ ਵੀ ਪਿਕ ਕਰ ਰਹੇ ਹੋ ਬਾਹਰ ਜਾਂਦੇ ਹੋਏ ਫਿਰ ਚੈੱਕ ਹੁੰਦਾ ਉਹ ਨਹੀਂ ਕੋਈ ਕਿਸੇ ਨੇ ਕੀਤਾ ਹਨਾ ਸੋ ਬਹੁਤ ਵੱਡੇ ਯਾਨੀ ਸਿਕਿਉਰਿਟੀ ਲੈਪਸ ਹੋਇਆ ਜੀ ਹਾਂ ਜੀ ਸੋ ਇਹ ਸੀ ਜੀ ਗੱਲਬਾਤ ਜਿਹੜੀ ਆਪਣੀ ਹਾਈਸ ਤੇ ਅੱਜ ਆਪਾਂ ਗੱਲਬਾਤ ਕੀਤੀ ਹੈ ਤੇ ਹੁਣ ਆਪਾਂ ਪਾਜੀ ਫਿਰ ਕਰੀਏ ਸ਼ੋਰਟ ਪ੍ਰੋਗਰਾਮ ਹਨਾ ਸੋ ਬਣਾ ਥੋੜਾ ਟੈਕਨੀਕਲ ਫਾਲਟ ਕਰਕੇ ਨਾ ਕਾਲਾਂ ਕੁਲ ਨਾ ਪਹਿਲਾਂ ਮਿਸ ਹੋ ਗਈਆਂ ਜੀ ਸੋ ਕੌਜ਼ ਵਗੈਰਾ ਪਹਿਲਾਂ ਮਿਸ ਹੋ ਗਈਆਂ ਆ ਰਹੀਆਂ ਸੀਗੀਆਂ ਤੇ ਫੋਨ ਵਗੈਰਾ ਦੀ ਪ੍ਰੋਬਲਮ ਆ ਗਈ ਸੀ ਤੋਂ ਨਾ ਤਾਂ ਕਰਕੇ ਕੌਜ਼ ਵਗੈਰਾ ਨਹੀਂ ਲੈ पाए ਪ੍ਰੋਪਰ ਤੇ ਪਰ ਆਪਾਂ ਕੱਲੂ ਸੇਮ ਟਾਈਮ ਤੇ 12:30 ਵਜੇ ਮਿਲਦੇ ਹਾਂ ਜੀ ਤੁਹਾਨੂੰ ਇੱਕ ਹੋਰ ਟੌਪਿਕ ਲੈ ਕੇ ਜਿਨ੍ਹਾਂ ਨੇ ਸਾਡੇ ਨਾਲ ਹਿੱਸਾ ਪਾਇਆ ਇਸ ਪ੍ਰੋਗਰਾਮ ਦੇ ਵਿੱਚ ਕੌਜ਼ ਕਰਕੇ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਤੇ ਕਮੈਂਟਸ ਵੀ ਕਾਫੀ ਆਏ ਤੇ ਜਿਹੜੇ ਆਪਾਂ ਲੈ ਨਹੀਂ ਪਾਇਏ ਕੋਈ ਮੈਂ ਹਾਂਜੀ ਅ ਅਕੇ ਆਪਣੇ ਕਹਿ ਰਹੇ ਅਮਨ ਵਾਲੀ ਸਾਹਿਬ ਕਹਿ ਰਹੇ ਜੀ ਆਪਣੇ ਲੋਕ ਸਾਰੇ ਪਾਸੇ ਹੀ ਅੱਗੇ ਨੇ ਆ ਤਾਂ ਤੁਸੀਂ ਪੜ ਲਿਆ ਜਿਵੇਂ ਲੰਦਾ bro i am in dallas right now ਇਹ ਵੀ ਹੋ ਗਿਆ ਸੀ ਅੱਛਾ ਕੋਈ ਸਿੱਧੂ ਕਹਿ ਰਹੇ film prices goes up overnight ਹਾਂਜੀ ਕੱਲ 13% ਦਾ ਡੀਲੀਟਰ ਪਿੱਛੇ ਹੋਰ ਪੈ ਗਿਆ ਜੀ ਕੱਲ ਰਾਤ 12:00 ਵਜੇ ਤੋਂ ਬਾਅਦ ਕੋਸਟ ਡੂ ਇਸ ਇਸੇ ایر ਕੈਨਡਾ ਫੈਸਿਲਿਟੀ ਐਮਪਲੋਇਜ਼ ਗਾਟ ਪ੍ਰਾਈਸ ਕਾਊਂਟ ਡਾਊਨ ਡਨ ਐਂਡ ਡਰਾਈਵਰ ਹੈਸ ਟੂ ਪ੍ਰੇਜ਼েন্ট देयर ਫਰਸਟ ਲੋਡ ਨੀਡਸ ਟੂ ਬੀ ਰਿਲੀਜ਼ਡ ਅਚੋ ਕਹਿੰਦੇ ਵੀ ਡਰਾਈਵਰ ਉੱਥੇ ਪ੍ਰੇਜ਼েন্ট ਹੋਣਾ ਚਾਹੀਦਾ ਫਿਰ ਤਾਂ ਹੀ ਫਿਰ ਡਰਾਈਵਰ ਨੂੰ ਮਿਲਿਆ ਹੋਇਆ ਨਾ ਕਿਉਂਕਿ ਕਈ ਆ ਵੀ ਕੁਐਸਚਨ ਆ ਰਹੇ ਸੀਗੇ ਵੀ ਸ਼ਾਇਦ ਆ ਬੱਜ ਜਾਂਦੇ ਜੇ ਡਰਾਈਵਰ ਨੂੰ ਨਾ ਪਤਾ ਹੁੰਦਾ ਕਿ ਮੋਸਟਲੀ ਜਿਹੜੇ ਵੀ ਆਪਾਂ ਲੋਡ ਡਰਾਈਵਰ ਮੁੰਡੇ ਚੱਕਣ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਲੋਡ ਕੀ ਆ ਇੰਨਾ ਪਤਾ ਹੁੰਦਾ ਵੀ ਉਰੋਂ ਚੱਕਣਾ ਪਰ ਕਾਫੀ ਹੱਦ ਤੱਕ ਜੇ ਉਹ ਹੋਵੇ ਵੀ ਪਤਾ ਨਹੀਂ ਹੁੰਦਾ ਅੰਦਰ ਪ੍ਰ ਤੇ ਉਹ ਗੱਲ ਕਰ ਰਿਹਾ ਕੈਨ ਤੇ ਟੈਕ ਫਾਲੋਅਰ ਕਹਿ ਰਿਹਾ ਕੈਨੇਡਾ ਪੰਜਾਬ ਕੈਨੇਡਾ ਕੈਨੇਡਾ ਗoing to fully control ਪੰਜਾਬੀ ਤੇ ਖੁਸ਼ ਸਿੱਧੂ ਕਹਿ ਰਿਹਾ ਜੀ ਦੁਆਰਾ ਅੱਜਕੱਲ ਜੁਵੈਲਰੀ ਜੁਵਲਰਸ ਦੀ ਵੀ ਬਹੁਤ ਐਡਵਰਟਾਈਜ਼ਮੈਂਟ ਓਨ ਦੀ ਟਿਕਟੌਕ ਤੇ ਕਹਿੰਦੇ ਜੀ ਠੀਕ ਹੈ ਜੀ ਸਾਰੇ ਹੋ ਗਏ ਜੀ ਹਾਂ ਜੀ ਥੈਂਕ ਯੂ ਜੀ ਸਾਰਿਆਂ ਦਾ ਜੁੜਨ ਲਈ ਤੇ ਆਪਾਂ ਮਿਲਦੇ ਆ ਕੱਲ ਨੂੰ ਫੇਰ ਦੁਬਾਰਾ ਥੈਂਕ ਯੂ ਸੋ ਮਚ ਸਸਿਕਾ